ਕਰਜ਼ ਫਰਜ਼ ਤੇ ਲੋੜਾਂ ਤੋੜਾਂ ਅਕਸਰ ਘਰ ਛਡਵਾ ਦਿੰਦੀਆਂ ਨੇ। ਭੌ ਮਰਲੇ ਤੇ ਖਿੰਡੀਆਂ ਚੋਗਾਂ ਪੰਛੀ ਦੂਰ ਉਡਾ ਦਿੰਦੀਆਂ ਨੇ। ਸੁਪਨੇ ਫੜਨ ਦੀਆਂ ਹੀ ਖਾਹਿਸ਼ਾਂ ਟੇਢੇ ਮੇਢੇ ਰਾਹ ਦਿੰਦੀਆਂ ਨੇ। ਪਰ ਕੁਝ ਰਾਵਾਂ ਉਹ ਵੀ ਹੁੰਦੀਆਂ ਬੰਦੇ ਕਿਤੇ ਖਪਾ ਦਿੰਦੀਆਂ ਨੇ, ਬੰਦੇ ਹੀ ਕਿਤੇ ਖਪਾ ਦਿੰਦੀਆਂ ਨੇ। ਬਾਈ ਜਿਹੜੇ 12 ਮੁੰਡੇ ਆਪਾਂ ਡੌਂਕੀ ਲਵਾ ਕੇ ਬਾਹਰ ਭੇਜੇ ਸੀ ਨਾ, ਉਹਨਾਂ ਚੋਂ 8 ਮਰ ਗਏ। ਚੱਲ 4 ਤਾਂ ਪਹੁੰਚ ਗਏ, ਠੀਕ ਹੈ ਸਭ। ਐ ਤਾਂ ਆਪਣਾ ਕੰਮ ਹੀ ਬੰਦ ਹੋ ਜੂ। ਉਹ ਇੱਥੇ ਕਿਹੜੀਆਂ ਨੌਕਰੀਆਂ ਧਰੀਆਂ ਹੋਈਆਂ, ਜਦ ਤੱਕ ਮੁੰਡਿਆਂ ਨੇ ਬਾਹਰ ਜਾਣੋਂ ਨਹੀਂ ਹਟਣਾ ਆਪਣਾ ਕੰਮ ਨਹੀਂ ਬੰਦ ਹੁੰਦਾ। ਹਾਂਜੀ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਸਰਦਾਰ ਕਰਤਾਰ ਸਿੰਘ ਜੀ, ਉਹਨਾਂ ਦਾ ਪੁੱਤਰ ਸਰਦਾਰ ਪਰਮਿੰਦਰ ਸਿੰਘ ਜੋ ਪ੍ਰਦੇਸ਼ ਗਏ ਨੇ, ਉਸਦੀ ਸੁੱਖ ਦੀ ਕੋਈ ਖਬਰ ਨਹੀਂ ਮਿਲੀ। ਆਪ ਜੀ ਕਿਰਪਾ ਕਰੋ, ਪਰਿਵਾਰ ਦੀ ਸਹਾਇਤਾ ਕਰੋ, ਪਰ ਸਰਦਾਰ ਪਰਮਿੰਦਰ ਸਿੰਘ ਦੀ ਸੁੱਖ ਦੀ ਖਬਰ ਪਰਿਵਾਰ ਨੂੰ ਮਿਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉੱਠਣ ਤੇਰਾ ਫਾਲਤੂ ਪੁੱਤ ਜੀ, ਫਾਲਤੂ ਨਾ ਕਿਆ ਕਰੋ, ਫਾਲਤੂ ਹੈਗਾ ਤਾਂ ਫਾਲਤੂ ਆਖੂੰਗਾ। ਓਏ ਉੱਠ ਜਾ, ਓਏ ਉੱਠ ਜਾ, ਦੋ ਭੈਣਾਂ ਕਰੇ ਜਵਾਨ ਹੈ ਤੇਰੀਆਂ, ਤੈਨੂੰ ਨੀਂਦ ਕਿਵੇਂ ਆ ਜਾਂਦੀ ਆ? ਉਹ ਭੈਣਾਂ ਕਿਹੜੀਆਂ, ਮੇਰੇ ਸਰਾਣਾ ਗਿੱਧਾ ਪਾਉਣ ਨੇ ਜਿਹੜੀ ਮੇਰੀ ਨੀਂਦ ਉੱਡ ਜੂਗੀ। ਤੂੰ ਹੀ ਸਵੇਰ ਦਾ ਰੌਲਾ ਪਾਉਣ ਡਿਆ ਬਾਪੂ ਯਾਰ, ਅਮਰੀਕਾ ਦੇ ਸੁਪਨੇ ਤੇ ਲੈਣ ਦਿਆ ਕਰ। ਜੇ ਅਮਰੀਕਾ ਨੂੰ ਪਤਾ ਲੱਗੇ ਨਾ ਤੇਰਾ ਸੋਹਣਾ ਬਦਲਾ ਨਾ ਕਰਾਤਾ ਤੇ ਮੇਰੀ ਮੁੱਛ ਬਣਾ ਦੀ। ਮੁੱਛ ਬਣਾ ਦੇ ਹਟਾ, ਤੂੰ ਅੰਮ੍ਰਿਤ ਮਾਣ ਖਾਜਾ, ਤੇਰੀ ਵੇਲੜੀ ਹੱਟ ਨੂੰ ਦੱਸਦਾ ਮੈਂ। ਖਾਜਾ ਖਾਜਾ ਖਾਜਾ, ਜੀ ਇੱਕ ਪੈ ਗਈ ਨਾ, ਓਏ ਵੇਲੜਾ। ਤੁਸੀਂ ਦੋਵੇਂ ਨੇ ਨਾ ਇਹਨੂੰ ਸਿਰ ਚੜਾਇਆ, ਉਹ ਕੋਈ ਕੰਮ ਧੰਦਾ ਕਰ ਲਾ ਕੋਈ ਕੰਮ ਧੰਦਾ, ਤੇਰੇ ਨਾਲ ਦੇ ਸਾਰੇ ਕੰਮੇ ਲੱਗ ਗਿਆ। ਕਿਹੜੇ ਕੰਮੀ ਲੱਗ ਗਏ, ਬੜੇ ਕਿਤੇ ਸਵਿਸ ਬੈਂਕ 'ਚ ਜੋਬ ਲੱਗੇ ਹੋ, ਇੱਕ ਕਦਮ 'ਚ ਬੋਰੀਆਂ ਕਿਣਦਾ, ਦੂਜੇ ਨੇ ਹਸਪਤਾਲ 'ਚ ਕੰਟੀਨ ਖੋਲੀ ਹੈ। ਇਮਿਲਿਟੀ ਚੱਲ ਚੰਗਾ, ਹਾਲੇ ਤਾਂ ਲੱਗਿਆ, ਤੇਰੇ ਵਾਂਗੂ ਮੰਜੀ ਤਾਂ ਨਹੀਂ ਤੋੜਦੇ ਬਾਪੂ? ਕਿਹੜੇ ਦਿਨ ਜਾ ਕੇ ਤੇ ਮੇਰੀ ਮੰਜੀ ਦਾ ਸਿਰੂ ਪੁਆ ਕੇ ਲੈ, ਮੰਜੇ ਤੋੜਦੇ ਗੱਲਾਂ ਬਦਲ ਵੇਖ, ਗੱਲਾਂ ਬਦਲ। ਤੈਨੂੰ ਦੱਸਾਂ ਗੱਲ, ਮੈਂ ਤੇਰੇ ਮਾਮੇ ਨੂੰ ਚੰਗੀ ਨੌਕਰੀ ਲਵਾਇਆ, ਤੂੰ ਉਹ ਛੱਡ ਕੇ ਆ ਗਿਆ, ਫਿਰ ਆਰ ਤੇ ਤਰਲਾ ਮਿਹਨਤ ਕਰਕੇ ਸਿਫਾਰਿਸ਼ ਪਵਾ ਕੇ ਤੈਨੂੰ ਸੋਹਣੀ ਨੌਕਰੀ ਦਵਾਈ, ਫਿਰ ਦੋ ਵੀ ਛੱਡ ਕੇ ਆ ਗਿਆ। ਕੁਛ ਕਰ ਲਾ ਨਹੀਂ ਤਾਂ ਬਾਅਦ ਚ ਪਛਤਾਏਗਾ। ਯਾਰ ਬੜਾ ਬਾਪੂ, ਤੁਸੀਂ ਮੈਨੂੰ SSP ਲਵਾ ਦਿੱਤਾ ਸੀਗਾ, ਮਕੈਨੀਕਲ ਇੰਜੀਨੀਅਰਿੰਗ ਕੀਤੀ ਮੈਂ, 12,000 ਰੁਪਇਆ ਲੈਣ ਡਿਆ, ਮੈਨੂੰ ਆਪਣੇ ਆਪਣੀ ਸ਼ਰਮ ਆਉਣ ਦੀ ਪਤਾ। ਸ਼ੁਕਰੀਆ, ਮੇਰੇ ਪੁੱਤ ਨੂੰ ਸ਼ਰਮ ਤਾਂ ਆਈ, ਵਾਹ, ਮੈਨੂੰ ਤਾਂ ਲੱਗਾ ਤੈਨੂੰ ਉਹ ਵੀ ਨਹੀਂ ਹੈਗੀ। ਫਾਲਤੂਆ, ਓਹੋ ਬਾਹਰ ਜਾ ਕੇ ਕੰਮ ਹੀ ਤਾਂ ਕਰਨਾ ਵੀਰੇ ਨੇ, ਕਰ ਲੈਣ ਦੋ, ਮਹੀਨਾ ਖੰਡ ਐਸ਼ ਮੇਰੇ ਭਰਾ ਨੂੰ। ਜੇ ਕੋਈ ਫੈਸਲਾ ਹੋ ਗਿਆ ਹੋਵੇ ਤਾਂ ਆ ਕੇ ਰੋਟੀ ਖਾ ਲਓ। ਆਪਣੇ ਵਿਹਲੇ ਪੁੱਤ ਨੂੰ ਖਵਾ ਰੋਟੀ। ਬਾਪੂ ਤੂੰ ਜਿੰਨਾ ਮੈਨੂੰ ਵਿਹਲਾ ਵਿਹਲਾ ਕਹਿੰਦਾ ਨਾ, ਮੈਨੂੰ ਇੱਕ ਵਾਰੀ ਅਮਰੀਕਾ ਪਹੁੰਚ ਲੈਣ ਦੇ, ਤੇਰੀ ਡਾਲਰ ਗਿਣ ਦੇ ਥੁੱਕ ਮੁੱਕ ਜਾਣੀ ਥੁੱਕ। 6 ਮਹੀਨੇ ਖਰਚ ਕਰ ਲਾ ਆਪਣੇ ਪੁੱਤਰ ਤੇ, ਸਾਰੇ ਕਰਜ਼ੇ ਲਾ ਦੂੰਗਾ ਮੈਂ। ਤੇਰੇ ਤੇ ਖਰਚਾ ਕਰਨ ਤੋਂ ਚੰਗਾ ਮੈਂ 4 ਮੱਝਾਂ ਹੋਰ ਪਾ ਲਾਂ, ਘੱਟੋ ਘੱਟ ਦੁੱਧ ਤਾਂ ਖੁੱਲਾ ਡੁੱਲਾ ਹੋਊਗਾ। ਮੱਝਾਂ ਤਾਂ ਪਹਿਲਾਂ ਵੀ 4 ਹੀ ਆ ਘਰ, ਆਹੋ, ਪਰ ਦੁੱਧ ਕਦੇ 1 ਕਿਲੋ ਵੀ ਨਹੀਂ ਘਰ ਲਿਆਂਦਾ, ਸਾਰਾ ਦੋਜੀ ਨੂੰ ਪਾ ਦਿੰਦਾ। ਜਿੰਨਾ ਕੰਜੂਸ ਬਾਪੂ ਤੂੰ ਲੱਭਣਾ ਬੇਬੇ, ਇਹਦਾ ਵਸ ਚੱਲਣਾ ਕੁੱਕੜੀਆਂ ਵੀ ਚੋਲੇ। ਹੁਣ ਤੁਰ ਪਿਆ ਗਲੀਆਂ ਲੱਗਣ। ਹਾਂਜੀ ਮੈਡਮ ਜੀ, ਪਰਮਿੰਦਰ ਸਿੰਘ ਬੋਲ ਰਹਾ ਜੀ, ਜਲੰਧਰ ਪੰਜਾਬ ਸੇ। ਹਾਂਜੀ ਫਿਰ ਪੰਜਾਬੀ ਚ ਬੋਲੋ ਨਾ। ਹਾਂਜੀ ਮੈਡਮ ਜੀ, ਮੈਂ ਅਮਰੀਕਾ ਦਾ ਪੁੱਛਣਾ ਸੀਗਾ ਜੀ, ਵੀਜ਼ਾ ਗਰੰਟੀ ਨਾਲ ਲੱਗ ਜਾਂਦਾ ਜੀ? ਹਾਂਜੀ ਤੁਸੀਂ ਜਲੰਧਰ ਵਾਲੇ ਆਫਿਸ ਜਾ ਕੇ ਮਿਲ ਲਓ। ਅੱਛਾ ਮੈਡਮ ਜੀ, ਖਰਚਾ ਕਿੰਨਾ ਕਹੂਗਾ ਜੀ? ਕੋਈ ਖਰਚਾ ਨਹੀਂ, ਬਸ 10,000 ਫਾਈਲ ਤੇ ਲੱਗਣਾ। ਸਿਰਫ 10,000 ਲੱਗਣਾ ਜੀ ਪਹਿਲਾਂ? ਹਾਂਜੀ ਹਾਂਜੀ ਠੀਕ ਹੈ ਜੀ। 10,000 ਕਿੱਥੋਂ ਆਊਗਾ ਹੁਣ? ਉਹ ਪੰਮਿਆ ਕੀ ਬਣਿਆ ਪੇਮੈਂਟ ਦਾ? ਅੱਛਾ ਤੂੰ ਦੁਕਾਨ ਤੇ ਬੈਠਾ, ਮੈਂ ਸਮਝ ਤੇਰੇ ਘਰ ਚਲਾ ਸੀ। ਲੈ ਇੱਥੇ ਫੜਾ ਦੇ, ਕਿੰਨੀ ਜਮਾਂ ਕਰਾਂ? ਕਿੰਨੇ ਕੀ? ਬਸ ਸਾਰੀ ਦੇ ਦਿੰਦੇ ਆ, ਬਸ ਲਿਮਿਟ ਚੱਕਣ ਲੱਗਣਾ ਜ਼ਮੀਨ ਤੇ, ਬੈਂਕ ਚੱਲੇ ਬਾਪੂ। ਲਿਮਿਟ ਤੁਸੀਂ ਪਹਿਲਾਂ ਨਹੀਂ ਚੱਕੀ ਹੋਈ? ਪਹਿਲਾਂ 2 ਕਿੱਲਿਆਂ ਤੇ ਚੱਕੀ ਸੀ, ਹੁਣ ਬਾਕੀ ਜ਼ਮੀਨ ਤੇ ਚੱਕਣ ਲੱਗੇ ਆ। ਅੱਛਾ ਚਾਹੋ ਬਾਪੂ ਨੂੰ ਕਿਹਾ ਵੀ 10,000 ਰੁਪਇਆ ਫੜ ਲਈ ਉਹਨਾਂ ਬੈਂਕ ਚ, ਫਿਰ ਉਹ ਕਮਿਸ਼ਨ ਵੀ ਲੱਗਦਾ ਨਾ। ਇਹ ਤਾਂ ਹੈ।
ਲੈ ਚੈੱਕ ਅੱਜ ਹੀ ਮਿਲ ਜੂ ਨਾ। ਹਾਂ 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 ਅੱਜ ਹੀ ਮਿਲ ਜੂ, ਬਾ ਬੈਂਕ ਚ ਲੈਣਾ ਬੰਦ ਨਾ ਜੀ। ਉਹ ਕਰਤਾਰ ਤੂੰ ਇੱਥੇ ਫਿਰਦਾ? ਜਵਾਨਾ ਆਟਾ ਪੀ ਦੇ। ਹਾਂ ਤੂੰ ਗਿਆ ਨੀ ਹਲੇ, ਬੈਂਕ ਬੰਦ ਨਾ ਹੋ ਜੇ। ਤੇ ਹੋ ਜੇ ਬੰਦ, ਮੈਂ ਕਿਹੜਾ ਤੇ ਨੌਕਰੀ ਲੱਗਾ। ਉਹ ਪਰ ਤੂੰ ਲਿਮਟਰੀ ਚੁੱਕਣੀ ਜ਼ਮੀਨ ਤੇ? ਉਹ ਚੁੱਕੀ ਤਾਂ ਹੈਗੀ ਆ, ਹੋਰ ਕਿੰਨੀ ਕੁ ਚੁੱਕਣੀ ਆ? ਓਏ ਉਹ ਤਾਂ 2 ਕਿੱਲਿਆਂ ਤੇ ਚੱਕੀ ਆ, ਬਾਕੀ ਜ਼ਮੀਨ ਤੇ ਬਾਕੀ ਹੈ ਕਿ ਨਹੀਂ? 3 ਕਿੱਲੇ ਆ। ਪਰ ਪੰਮਾ ਤਾਂ ਮੇਰੇ ਤੋਂ 10,000 ਲੈ ਗਏ ਕਹਿ ਕੇ। ਉਹ ਤੂੰ ਹੋਰ 10,000 ਫੜਾਤਾ ਉਹਨੂੰ? ਹਾਂ ਉਹ ਤੇਰਾ ਭਲਾ ਹੋ ਜੇ, ਮੈਂ ਪਹਿਲਾਂ ਜਾ ਕੇ ਪੈਸੇ ਫੜਾ ਕੇ ਖਰਚ ਨਾ ਕਰਦੇ ਯਾਰ ਤੂੰ ਵੀ ਨਾ। ਉਹ ਚੱਲ ਸੱਟ ਹੁਣ ਖੁੰਬਾ ਦਾ ਬੀ ਕਹਿੰਦਾ ਸੀ ਨਾ, ਤੂੰ ਬੀ ਲਿਆ ਕੇ ਦਿੱਤਾ, ਨਹੀਂ ਮਿਲਦਾ ਤਾਂ ਭਰਾਵਾ ਪੈਸੇ ਮੋੜ ਦੇ। ਚਾਚਾ ਮੈਂ ਇੱਕ ਅੱਧਾ ਦਿਨ ਖੜਦਾ, ਥੋੜਾ ਨਾ ਬਾਪੂ ਢਿੱਲਾ ਹੈ। ਕੀ ਹੋ ਗਿਆ ਬਾਪੂ ਨੂੰ? ਬਾਪੂ ਦੇ ਨਾਲ ਪਿੱਤੇ ਚ ਪੱਥਰੀ ਹੋਈ, ਆਪਰੇਸ਼ਨ ਕਰਾਉਣਾ ਪੈਣਾ। ਵਾਹਿਗੁਰੂ ਵਾਹਿਗੁਰੂ। ਚੰਗਾ ਚਾਚਾ ਮੈਂ ਚੱਲਦਾ, ਬਾਪੂ ਦੇ ਨਾਲ ਪੀੜ ਬੜੀ ਹੋਣ ਡੇ। ਚੰਗਾ ਠੀਕ ਆ ਭਾਈ, ਆ ਚੱਕ ਅੱਜ। ਉਹ ਕਰਤਾਰਿਆ ਹਾਂ, ਇਹੋ ਜਿਹੇ ਹਾਲ ਚ ਘਰੇ ਟਿਕਣਾ ਚਾਹੀਦਾ ਬੰਦੇ ਨੂੰ? ਇਹੋ ਜਿਹੇ ਹਾਲ ਨੂੰ ਮੈਂ ਕਿਹੜਾ ਨਿਆਣਾ ਜੰਮਿਆ? ਨਿਆਣਾ ਤਾਂ ਨਹੀਂ ਜੰਮਿਆ, ਪਿੱਤੇ ਚ ਪੱਥਰੀ ਤਾਂ ਹੈਗੀ ਆ। ਉਹ ਪੱਥਰੀ ਉਹ ਤੇਰੇ, ਮੈਨੂੰ ਤਾਂ ਸੁਖਣਾ ਕਦੇ ਬੁਖਾਰ ਨਹੀਂ ਹੋਇਆ। ਉਹ ਸਾਨੂੰ ਕਿਹੜਾ ਸੁਪਨੇ ਆਉਂਦੇ ਆ? ਪੰਮਾ ਦੱਸ ਕੇ ਗਿਆ ਕਿ ਬਾਪੂ ਦਾ ਆਪਰੇਸ਼ਨ ਕਰਾਉਣਾ। ਆਪਰੇਸ਼ਨ ਤਾਂ ਅੱਜ ਪੰਮੇ ਦਾ ਹੋਊ। ਪੰਮਿਆ ਪੁੱਤ ਤੇਰਾ ਕਰਦਾ ਆਪਰੇਸ਼ਨ ਮੈਂ। ਲੱਡੂ ਖਾਓ, ਸਾਡੇ ਮੁੰਡੇ ਦਾ ਵੀਜ਼ਾ ਲੱਗ ਗਿਆ। ਕਿੱਥੋਂ ਦਾ ਵੀਜ਼ਾ ਲੱਗਿਆ ਵੀਰੇ? ਆਸਟ੍ਰੇਲੀਆ ਦਾ ਲੱਗਿਆ ਵੀਰੇ। ਅੱਛਾ ਜੀ, ਵਧਾਈਆਂ ਬਾਈ। ਓਕੇ ਮੈਡਮ, ਮੈਂ ਤੁਹਾਨੂੰ ਫੋਨ ਕੀਤਾ ਹੈ। ਸਰ ਹਿੰਦੀ ਮੈਂ ਬਾਤ ਕਰੇ। ਮੈਡਮ ਉਹ ਤਾਂ ਕਹਿੰਦੇ ਪੰਜਾਬੀ ਚ ਬੋਲੋ ਜੀ। ਸਰ ਉਹ ਮਾਰੇ ਟੈਲੀਕਾਲਰ ਬਾਤ ਕਰਤੇ ਆ। ਅੱਛਾ ਹਾਂਜੀ, ਇੱਥੇ ਕਿਹਨੂੰ ਮਿਲਣਾ ਮੈਡਮ? ਮੈਡਮ ਜੀ ਹਾਂਜੀ ਦੱਸੋ। ਮੈਡਮ ਜੀ ਅਮਰੀਕਾ ਦੀ ਫਾਈਲ ਆਈਡੀ ਕਰਾਉਣੀ ਸੀ। ਹਾਂਜੀ ਆ ਜੀ। ਠੀਕ ਹੈ। ਤੇ 8,000 ਤੁਸੀਂ ਬਾਹਰ ਜਮਾ ਕਰਾ ਦਿਓ। ਤੁਸੀਂ 10,000 ਕਿਹਾ ਸੀਗਾ ਜੀ ਮੈਨੂੰ। ਉਹ ਤਾਂ ਫਾਈਲ ਖਰਚਾ ਨਾ, ਤੇ 8,000 ਸਾਡੀ ਫੀਸ। ਠੀਕ ਹੈ। ਹੈਲੋ ਜੀਜਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀਜਾ, ਮੈਂ ਤੈਨੂੰ ਇਹ ਦੱਸਣ ਰਹਿਣਾ, ਬਾਪੂ ਨੇ ਤੇਰੇ ਵਾਸਤੇ ਬੁਲਟ ਲੈ ਕੇ ਆਂਦਾ। ਸੱਚੀ ਓਏ? ਹਾਂ, ਉਹ ਤੂੰ ਨਾ ਭੈਣ ਨੂੰ ਨਾ ਦੱਸੀ, ਉਹ ਨਾ ਸਰਪ੍ਰਾਈਜ਼ ਰੱਖਿਆ ਘਰ ਦੇ ਨੇ ਤੁਹਾਡੇ ਲਈ ਨਾ। ਚੱਲ ਠੀਕ ਆ, ਮੈਂ ਤੇਰੀ ਭੈਣ ਨੂੰ ਸ਼ਾਮੀ ਲੈ ਕੇ ਆਉਣਾ ਘਰੇ। ਹਾਂ ਆ ਜਾ। ਤੇ ਨਾ ਮੈਂ ਕਹਿੰਦਾ ਸੀ ਆਉਂਦਾ ਵੀ ਆਪਦੇ ਸਾਲੇ ਵਾਸਤੇ ਕੋਈ ਨਾ ਕੋਈ ਮੋਬਾਈਲ ਲੈ ਆਉਂਦਾ ਯਾਰ। ਉਹ ਲੈ ਆਉਂਗਾ, ਤਿਆਰ ਹੋਣ ਦੇ ਮੈਨੂੰ। ਆ ਜਾ ਫਿਰ ਜੀਜਾ, ਸ਼ਾਮ ਨੂੰ ਮਿਲਦੇ ਹੈਂ। ਚੰਗਾ ਚੰਗਾ, ਆ ਜਾ ਫਿਰ। ਅਮਰੀਕਾ ਕੀ ਤਰ੍ਹਾਂ ਖਾਣ ਨੂੰ ਛਿੱਤਰਾ? ਓਏ ਕਦੋਂ ਮੇਰੀ ਪੱਥਰੀ ਦਾ ਆਪਰੇਸ਼ਨ ਆਵੇ, ਕਦੋਂ ਮੇਰਾ ਗੋਡ ਟੁੱਟਾ ਸੀ? ਉਹ ਗੱਡੀ ਮੱਟਾ ਜਾ ਜਣੀ, ਬਾਪੂ ਪੈ ਗਿਆ ਜੇ। ਹਾਂ ਹੈ ਕਿਉਂ ਮਗਰ ਪੈ ਜਾਂਦੇ ਹੋ ਆਉਂਦੇ ਹੀ ਮੁੰਡੇ ਦੇ? ਲੈ ਹੱਥ ਹੋ ਗਈ ਡੰਡਾ ਚੁੱਕ। ਮੈਂ ਮੁੰਡੇ ਦੇ ਮਗਰ ਪਿਆ? ਇਹ ਮੇਰੇ ਮਗਰ ਪਿਆ? ਉਹ ਕਿਉਂ ਮੇਰੀ ਪੱਗ ਰੋਲਣ ਤੇ ਲੱਗਾ ਤੂੰ? ਪੱਗ ਬੰਨਦਾ ਕਦੋਂ ਆ ਬਾਪੂ ਤੂੰ? ਜਦੋਂ ਵੇਖੋ ਤੇਰੇ ਤੇ ਡੱਬੀਆਂ ਵਾਲਾ ਪਰਨਾ ਬੰਨਿਆ ਹੁੰਦਾ। ਗੱਲ ਨਾ ਬਦਲ, ਗੱਲ ਨਾ ਬਦਲ। ਫਿਰ ਤੂੰ ਆਪਣਾ ਸੁਭਾਅ ਬਦਲ ਲੈ, ਜਦੋਂ ਵੇਖੋ ਹਰ ਵੇਲੇ ਖਿਜੀ ਰਹਿਣਾ ਯਾਰ। ਖਿਜਣਾ ਤੇ ਹੋਰ ਕੀ ਕਰਾਂ, ਹਰ ਬੰਦੇ ਨੂੰ ਝੂਠ ਮਾਰ ਕੇ ਠੱਗੀ ਜਾਣਾ। ਐਹ ਟੱਕਣ ਬਾਪੂ, ਮੈਂ ਕਿਹੜਾ ਨਸ਼ੇ ਕਰਦਾ ਯਾਰ, ਅਮਰੀਕਾ ਜਾਣ ਦੀ ਟਰਾਈ ਕਰ ਰਿਹਾ। ਕਿਉਂ ਕਰ ਰਿਹਾ? ਜੇ ਇਹਦਾ ਹੀ ਵੀਜ਼ੇ ਲੱਗਣਾ ਤੇ ਹਰ ਬੰਦਾ ਅਮਰੀਕਾ ਚਲਾ ਜਾਏ। ਤੇ ਜਾ ਵੀ ਰਹੇ ਆ ਕਿੰਨੇ ਲੋਕੀ, ਮੇਰੇ ਪਤਾ ਕਿ ਨਹੀਂ ਯਾਰ ਤੋਂ ਸੈੱਟ ਹੋਏ ਉੱਥੇ ਜਾ ਕੇ। ਪਰ ਤੂੰ ਤੇ ਇੱਥੇ ਹੀ ਸੈੱਟ ਆ। ਉਹ ਕਿੱਥੇ ਆ ਪੰਮਿਆ? ਚੀਜ਼ੇ ਹੁਣੀ ਆ ਗਏ, ਹੁਣ ਉਹਨਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰੀ, ਤੈਨੂੰ ਮੈਂ ਦੱਸਦਾ। ਅੱਗ ਲਾਓ ਇੱਥੇ ਡੰਡੇ। ਵੀਰਾ ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ ਵੀਰ ਦਾ? ਕਿਹੜਾ ਲਿਆਂਦਾ ਫਿਰ? ਸਿਲਵਰ
ਕਾਲਾ ਲਿਆਉਣਾ ਹੀ ਯਾਰ, ਸਿਰ ਕਾਲਾ ਮਾੜਾ ਹੁੰਦਾ। ਪਰੌਣੇ ਨੇ ਤਾਂ ਚੰਗਾ ਹੀ ਸਰਵ ਦੇਤਾ ਅੱਜ। ਓ ਬੇਬੇ, ਸਰਵ ਨਹੀਂ ਹੁੰਦਾ, ਸਰਪ੍ਰਾਈਜ਼ ਹੁੰਦਾ। ਯਾਰ ਕੁਝ ਨਹੀਂ ਹੁੰਦਾ, ਚਲੋ ਅੰਦਰ ਜਾ ਕੇ ਸਿਖਾ ਲਿਓ ਬਾਕੀ ਅੰਗਰੇਜ਼ੀ। ਚਲੋ ਵੀ ਚਲੋ, ਓ ਯਾਰ ਇੱਥੇ ਹੀ ਮਿਲਦੀਆਂ ਕਰਨੀਆਂ ਸਾਰੀਆਂ, ਚਲੋ ਚਲੋ। ਆਜਾ ਪੁੱਤ ਆਜਾ, ਆਜਾ ਆਜਾ। ਲਿਆ ਬੈਗ ਅੰਦਰ ਰੱਖ ਦੇ। ਹਾਂ ਬਹਿ ਜਾਓ, ਮੈਂ ਚਾਹ ਲੈ ਕੇ ਆਉਂਦੀ ਹਾਂ। ਬੇਬੇ ਮਿੱਠਾ ਘੱਟ ਪਾਇਓ। ਬੁਲਟ ਦੇਦਾ ਨੀਗਾ ਕਿਤੇ, ਹੁਸ਼ ਹਨ ਡੈਡੀ ਨੂੰ। ਸਬਰ ਕਰੋ, ਬੁਲਾਇਆ ਤੇ ਦੇਖ ਹੀ ਤੋਰਨਗੇ, ਕਾਲੇ ਨਾ ਪਿਆ ਕਰੋ। ਅੱਜ ਬਸਦੇ ਆ ਪ੍ਰਾਹੁਣਿਆਂ। ਉਹ ਡੈਡੀ ਮੋਟਰਸਾਈਕਲ ਖਰਾਬ ਹੋ ਗਿਆ ਸੀ, ਐਵੇਂ ਮਾਰ ਮਾਰ ਕਿੱਕਾਂ ਮਾਰ ਕਿੱਕਾਂ ਜੱਭ ਜਾਈਦਾ ਸੀ, ਉਹ ਵੇਚਤਾ ਮੈਂ। ਸਿਆਣ ਵਿੱਚ ਹੁੰਦੀ ਆ ਵੀ ਪਹਿਲਾਂ ਨਵੀਂ ਚੀਜ਼ ਲੜੋ ਫਿਰ ਪੁਰਾਣੀ ਵੇਚੀ ਦੀ ਹੁੰਦੀ ਆ। ਡੈਡੀ ਮੈਂ ਤਾਂ ਕੀ ਕਰਨਾ ਸੀ ਦੱਸੋ, ਤੁਸੀਂ ਹੁਣ ਬੁਲਟ ਲਿਆ ਹੀ ਆ ਮੇਰੇ ਲਈ। ਮੈਂ ਕਦੋਂ ਬੁਲਟ ਲਿਆ ਤੇਰੇ ਲਈ? ਮੈਨੂੰ ਆਪ ਆ ਮੈਨੂੰ ਦੱਸਿਆ ਆ। ਪੰਮੇ ਨੇ ਤੇ ਕੁਝ ਮੰਗਾਇਆ? ਹਾਂ ਫੋਨ ਮੰਗਾਇਆ ਉਹਨੇ ਮੇਰੇ ਕੋਲ। ਫਿਰ ਚਾਬੀ ਬੁਲਟ ਦੀ ਉਹ ਤੋਂ ਲੈ ਲਈ। ਆਪਣੇ ਲੱਗ ਸੇ ਮੰਗੇ ਥੇ ਜੀ ਸਰ, ਜਾਈਏ ਅੰਦਰ। ਠੀਕ ਹੈ ਜੀ। ਫਾਦਰ ਸਾਹਿਬ ਕੀ ਕਰਦੇ? ਖੇਤੀਬਾੜੀ ਕਰਦੇ ਬਾਈ ਜੀ। ਦੇਖ ਯਾਰ, ਝੂਠ ਬੋਲ ਕੇ ਮੈਂ ਤੇਰਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ। ਅਮਰੀਕਾ ਦੀ ਫਾਈਲ ਨੂੰ ਲੱਗਦੇ 10-12 ਸਾਲ। ਫਿਰ ਭਾਜੀ ਫਿਰ ਤੂੰ ਐਂ ਕਰ, ਛੋਟੀ ਕੰਟਰੀ ਦਾ ਵੀਜ਼ਾ ਲਵਾਲਾ। ਕਿੰਨੀ ਕੁ ਛੋਟੀ ਭਾਜੀ? ਯਾਰ ਆਹੀ ਦੁਬਈ, ਬਹਿਰੀਨ, ਸਾਊਦੀ ਅਰੇਬੀਆ। ਨਹੀਂ ਨਹੀਂ ਭਾਜੀ, ਮੈਂ ਅਮਰੀਕਾ ਜਾਣਾ ਭਾਜੀ ਮੈਂ। ਫਿਰ ਤਾਂ ਇੱਕ ਹੋਰ ਆਇਆ ਜਹਾਜ਼ਾਂ ਤੇ ਕੋਈ ਰਾਹ ਜੀ, ਹੋਰ ਕਿਹੜਾ ਉੱਤੇ ਸੜਕਾਂ ਬਣੀਆਂ ਹੁੰਦੀਆਂ ਜੀ। ਉਹ ਮੇਰਾ ਮਤਲਬ ਹੈ ਦੂਜਾ ਰਾਹ, ਦੂਜਾ ਮਤਲਬ 2 ਨੰਬਰ ਦਾ ਜੀ। ਮੈਂ ਪਹੁੰਚ ਤਾਂ ਜਾਊਂਗਾ ਨਾ ਜੀ। ਉਹ ਬਥੇਰੇ ਭੇਜੇ ਆ, ਪਹੁੰਚ ਜਾਏਗਾ, ਪਰ ਖਰਚਾ ਲੱਗੂ 15-17 ਲੱਖ। ਹਾਂ ਜੇ ਡਾਇਰੈਕਟ ਫਲਾਈਟ ਕਰਾਉਣੀ ਹੋਈ ਤਾਂ 8 ਲੱਖ ਐਕਸਟਰਾ ਲੱਗੂ। ਮੈਂ ਘਰਦਿਆਂ ਨਾਲ ਸਲਾਹ ਕਰਕੇ ਦੱਸੂਗਾ ਭਾਈ ਤੁਹਾਨੂੰ। ਠੀਕ ਹੈ ਬਾਈ, ਤੇਰੀ ਮਰਜ਼ੀ। ਦੱਸੂਗਾ ਜੀ ਮੈਂ। ਬੇਬੇ ਬਾਪੂ ਸੁੱਕੀ ਰੋਟੀ ਖਾਈ ਜਾਂਦਾ, ਭੋਰਾ ਮੱਖਣ ਪਾ। ਹਾਂ ਹਾਂ ਮੈਂ ਲਿਆਈ। ਕੋਈ ਲੋੜ ਨਹੀਂ। ਵੀਰੇ ਮੈਕਸੀਕੋ ਦੀ ਫਲਾਈਟ ਡਾਇਰੈਕਟ ਹੈ? ਹਾਂ ਡਾਇਰੈਕਟ ਡਾਇਰੈਕਟ, ਮੈਕਸੀਕੋ ਪਹੁੰਚ ਕੇ ਤੇ ਅਮਰੀਕਾ ਨਾਲ ਹੀ। ਵੀਰੇ ਅਮਰੀਕਾ ਤੋਂ ਮੇਰੇ ਲਈ ਆਈਫੋਨ ਭੇਜ ਦੀ। ਲੈ ਲਿਆ ਕੇ ਦਿੰਦਾ ਮੈਂ ਤੈਨੂੰ ਆਈਫੋਨ, ਪਹਿਲਾਂ ਮੈਂ ਬਾਪੂ ਦੇ ਪੈਸੇ ਲਾਉਂਗਾ। ਕੇ ਤੂੰ ਪੈਸੇ ਲਾਉਣੇ ਨੀ ਪੁੱਤ, ਲਵਾਉਣੇ ਆ, ਪਰ ਮੈਂ 1 ਰੁਪਇਆ ਨੀ ਲਾਉਣਾ। ਇੱਕੋ ਇੱਕ ਤਾਂ ਮੁੰਡਾ ਆ, ਜੇ ਉਹਨੂੰ ਵੀ ਸੈੱਟ ਨਹੀਂ ਕਰੋਗੇ ਤਾਂ ਕਿਸ ਵਾਸਤੇ ਆ ਸਭ? ਸਭ ਸਭ ਤਾਂ ਤੂੰ ਐਂ ਆਖਣੀ ਆ ਜਿਵੇਂ ਆਪਣੇ ਛੈਲ ਚੱਲਦੇ ਹੁਣ। ਉਹ ਝੁੱਗੇ 'ਚ 3 ਕਿੱਲੇ ਪੈਲੀ ਆ, 2 ਕਿੱਲੇ ਗਹਿਣੇ ਪਈ ਆ, ਆਹ 2 ਕੁੜੀਆਂ ਦਾ ਵਿਆਹ ਕਰਨਾ। ਹਜੇ ਤਾਂ ਮੈਂ ਛੋਟੀ ਹਾਂ ਤੇ ਮੈਂ 4 ਸਾਲ ਬਾਅਦ ਕਰਾ ਲੂ ਵਿਆਹ, ਕਿਤੇ ਨਹੀਂ ਮੈਂ ਬੁੱਢੀ ਹੋਣ ਲੱਗੀ। 4 ਸਾਲ ਰੁਕਣਗੇ ਮੁੰਡੇ ਵਾਲੇ, ਵੱਡੀਆਂ ਭਰਾ ਦੀਆਂ ਚਮਚੀਆਂ। ਨਾ ਰੁਕਣ, ਮੇਰੇ ਵੀਰੇ ਨੇ ਮੇਰੇ ਲਈ 12 ਹੀ ਮੁੰਡਾ ਲੱਭ ਦੇਣਾ। ਕਿਉਂ ਵੀਰੇ? ਯੈਸ ਨਾ, ਹਾਂਜੀ ਸੰਗਲੀ, ਮੈਂ ਸੈੱਟ ਹੋ ਗਿਆ, ਇਹਨਾਂ ਦੇ ਵੀ ਤੇ ਵਿਆਹ ਵਧੀਆ ਕਰੂੰਗਾ ਨਾ, ਇਹਤੇ ਵੱਡੀਆਂ ਕੋ ਇਹਨਾਂ ਨੂੰ ਵੀ ਚੁਣੀ ਚੜਾ ਕੇ ਤੋਰਨਾ ਪੈਣਾ। ਆਵੇ ਆਪਾਂ ਨਹੀਂ ਵਿਆਹ ਕਰਾਉਂਦੇ ਫਿਰ। ਮੰਨ ਵੀ ਜਾਓ, ਕੀ ਪਤਾ ਮੁੰਡੇ ਦਾ ਕੁਛ ਬਣ ਹੀ ਜਾਏ। ਇਹਦਾ ਕੁਛ ਨਹੀਂ ਬਣਨਾ ਬਾਪੂ, ਤੂੰ ਇੰਨਾ ਨੈਗੇਟਿਵ ਕਿਉਂ ਆ? ਉਹ ਕੀ ਹੁੰਦਾ ਨੈਸ਼? ਹੈਵੇਂ ਨੈਸ਼? ਨੈਗੇਟਿਵ ਦਾ ਮਤਲਬ
ਉੱਚੀ ਸੋਚ ਵਾਲਾ ਜਿਹੜਾ ਆਪਣੇ ਤੋਂ ਪਹਿਲਾਂ ਆਪਣੇ ਨਿਆਣਿਆਂ ਦਾ ਸੋਚਦਾ ਹੁੰਦਾ। ਠੀਕ ਆ, ਮੈਨੂੰ ਥੋੜਾ ਟਾਈਮ ਦੋ ਸੋਚਣ ਲਈ। ਹਾਂਜੀ, ਸੋਚੋ ਸੋਚੋ ਆਰਾਮ ਨਾਲ। ਸੋਚ ਲਿਆ? ਹਾਂ, ਤੂੰ ਨੀ ਜਾਣਾ ਕਿਤੇ ਵੀ। ਨੈਗੇਟਿਵ ਨਹੀਂ ਸੀ ਹੁੰਦਾ। ਪੰਮੇ ਪੁੱਤ, ਰੋਟੀ ਤਾਂ ਖਾ ਕੇ ਜਾ, ਪੈ ਗਈ ਠੰਡ। ਕੋਈ ਨੀ, ਭੁੱਖ ਲੱਗੀ ਤਾਂ ਆਪੇ ਰਾਤ ਨੂੰ ਉੱਠ ਕੇ ਖਾ ਲੂਗਾ। ਤੇਰੀਆਂ ਭੈਣਾਂ ਵੀ ਆ ਕੇ ਮੁੜ ਗਈਆਂ, ਤੇਰੀ ਮਾਂ ਵੀ ਮੁੜ ਗਈ। ਪਿਓ ਦੀ ਤੇ ਮੰਨ ਲਾ। ਪਿਓ ਬੜੀ ਮੰਨਦਾ ਮੇਰੀ, ਕਿੰਨੇ ਰਿਕਾ ਬਾਹਰ ਭੇਜਦੇ। ਉਹ ਤਾਂ ਭੇਜ ਤਾਂ ਦਈਏ ਪਰ ਚਿੱਤ ਨਹੀਂ ਮੰਨਦਾ। ਮੈਂ ਕਿਹੜਾ ਆਪਣੇ ਆਪ ਲਈ ਚੱਲਿਆ ਯਾਰ, ਮੈਂ ਵੀ ਤਾਂ ਤੁਹਾਡੇ ਲਈ ਚੱਲਿਆ। ਮੇਰਾ ਕਿਹੜਾ ਚਿੱਤ ਮੰਨਦਾ ਤੁਹਾਨੂੰ ਛੱਡ ਕੇ ਜਾਣ ਨੂੰ। ਇੱਥੇ ਕੁਝ ਨਹੀਂ ਹੋਣਾ ਬਾਪੂ, ਮਿਹਨਤ ਤਾਂ ਕਰਨ ਚੱਲਿਆ ਯਾਰ। ਕਿੰਨੇ ਪੈਸੇ ਲੱਗਣੇ ਆ? ਜੇ ਡਾਇਰੈਕਟ ਫਲਾਈਟ ਕਰਾਈਏ ਤੇ 8 ਲੱਖ ਫਾਲਤੂ ਲੱਗਣਾ। ਡਾਇਰੈਕਟ ਹੀ ਕਰਵਾ ਲਾ। ਬੇਬੇ ਕਿਹੋ ਪਾਲੋ ਆ ਗਿਆ ਜੇ। ਹਾਂ ਪਛਿੰਦਰ, ਆਇਆ ਕੋਈ ਫੋਨ ਮੇਰੇ ਦਾ? ਨਹੀਂ ਪੁੱਤ, ਕੋਈ ਫੋਨ ਨਹੀਂ ਆਇਆ।
ਵੀ ਚਿਹਰੇ ਜਿਹੇ ਚੁੱਪ ਨੇ। ਜਦੋਂ ਮਿਲੇ ਸੀ ਬਹੁਤ ਬੋਲਦੇ ਸੀ ਕਿ ਅਮਰੀਕਾ ਪਹੁੰਚ ਕੇ ਐਂ ਕਰਾਂਗੇ ਓਂ ਕਰਾਂਗੇ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕਿੰਨੇ ਪਹੁੰਚਣਾ ਤੇ ਕਿੰਨੇ ਨਹੀਂ। ਜਿਉਣ ਦੀ ਆਸ 'ਚ ਤੁਰੇ ਸੀ ਪਰ ਮੌਤ ਦੇ ਰਾਹ 'ਤੇ ਪੈ ਗਏ। ਅਮਰੀਕਾ ਕਿੱਥੇ? ਭਾਜੀ ਅਮਰੀਕਾ ਕਿਹੜੇ ਪਾਸੇ? ਇਸ ਪਾਸੇ। ਨਹੀਂ ਮੇਰਾ ਮਤਲਬ ਇਹ ਰਸਤਾ ਕਿਹੜਾ ਜਾਂਦਾ ਹੈ? ਤੂੰ ਡੰਡੀਓ ਡੰਡੀ ਜਾਣਾ, ਬਹੁਤ ਦੂਰ ਆ। ਮੇਰੇ ਜੰਡ ਕੇ ਅਸੀਂ ਬਾਹਰ ਨਿਕਲੇਗਾ, ਸਾਹਮਣੇ ਅਮਰੀਕਾ ਹੋਏਗਾ। ਪੈਸਾ ਮੋਬਾਈਲ ਚੱਲਦਾ? ਹਾਂਜੀ, ਤਸਵੀਰਾਂ ਲਈ ਚੱਲਦਾ, ਬੈਲੈਂਸ ਨਹੀਂ ਹੈਗਾ। ਜੇ ਉਹ ਜੇ ਤੇਰਾ ਲੱਛਣ ਹੈ ਤੂੰ ਨਹੀਂ ਤੋੜ ਪੜਦਾ। ਇੱਕ ਸੈਲਫੀ ਹੋ ਜਾ। ਉਹ ਬੰਦਾ ਮੈਨੂੰ ਲੋਕਲ ਲੱਗਦਾ, ਉਹਨੂੰ ਪੁੱਛਦੇ। ਜਿਸ ਤਰ੍ਹਾਂ ਦੀ ਸ਼ਕਲ ਹੈ ਨਾ, ਬੈਲੈਂਸ ਉਹਦੇ ਕੋਲ ਵੀ ਨਹੀਂ ਹੋਣਾ। ਐਕਸਕਿਊਜ਼ ਮੀ ਬ੍ਰੋ, ਫੋਨ ਮੋਬਾਈਲ। ਉਹ ਪੰਜਾਬੀ 'ਚ ਗੱਲ ਕਰ ਲਾ ਭਰਾਵਾ, ਅੰਗਰੇਜ਼ੀ ਅੰਗਰੂਜ਼ੀ ਨਹੀਂ ਆਉਂਦੀ। ਤੂੰ ਵੀ ਪੰਜਾਬੀ ਯਾਰ, ਜਿਸ ਹਿਸਾਬ ਨਾਲ ਪੰਜਾਬੀ ਟੱਕਰਨ ਡਿਆ ਮੈਨੂੰ ਲੱਗਦਾ ਏਜੰਟ ਕਿਤੇ ਸਾਨੂੰ ਤਰਨ ਤਾਰਨ ਤੇ ਨਹੀਂ ਲਾ ਗਿਆ। ਤੁਸੀਂ ਕਿੱਥੇ ਜਾਣਾ? ਅਮਰੀਕਾ ਜਾਣਾ। ਉਹ ਗਲਤ ਉੱਤਰ ਗਏ ਜੇ, ਇਹ ਕੀ ਟੋ ਆ? ਅੱਗੇ ਅਮਰੀਕਾ ਹੀ ਜਾਣਾ ਔਰ ਲਾਹੌਰ ਆ ਜਾਣਾ। ਇਹਨੇ ਬੈਗ ਚੁੱਕੀ ਫਿਰ ਤੂੰ ਵੇਚਦੇ ਹੋ ਭਾਈ ਸਾਹਿਬ? ਐਨਕਾਂ ਲਾ ਲਓ, ਹੋਰ ਵੀ ਭੈੜੇ ਲੱਗਦੇ ਹੋ। ਪੈਦਲ ਯਾਤਰਾ ਵਾਲੇ ਲੱਗਦੇ ਜੇ ਹੈ। ਲੈ ਪੈਦਲ ਯਾਤਰਾ ਵਾਲੇ, 8 ਲੱਖ ਰੁਪਇਆ ਲੈ ਤਾਂ ਦਿੱਤਾ ਵੀਰ, ਸਵੇਰ ਦੀ ਫਲੈਟ ਸਿੱਧੀ ਮੈਕਸੀਕੋ ਦੀ ਸਵੇਰੇ, ਮੈਂ ਨਹੀਂ ਇੱਥੇ ਕਲੋਣਾ ਕਲੋਣਾ। ਬੀਐਨ ਹਾਂ, ਯੈਸ ਮੈਂ ਆਤੀ ਸਤੇ ਇਸਮਾਨਦਾਰ ਐਲ ਕਰ ਰੋ। ਕੀ ਆਂਦਾ? ਅੱਛਾ, ਲੈਣ ਆਇਆ ਮੈਨੂੰ ਪਿੱਛੇ। ਵੀਰ ਲੈ ਜਾ, ਜੇ ਉਹਨੇ ਵੇਖ ਲਿਆ ਤੇ ਲੜਨਾ ਹੈ। ਕਿਉਂ ਲੜਨਾ? ਉਹਨੇ ਆਪ ਬਿਠਾਇਆ ਮੈਨੂੰ। ਵੇਖਦੇ ਏਅਰਪੋਰਟ ਤੋਂ ਸਵਾਰੀਆਂ ਤੇ ਨਹੀਂ ਚੁੱਕਦਾ। ਆਹੋ ਚੁੱਕਦਾ। ਮਸਾ ਮਸਾ ਪਰਨ ਹੋ ਜਾਓ। ਭਾਜੀ ਕਿੱਥੋਂ ਦੇ ਹੋ? ਕਿੱਥੋਂ ਦਾ ਲੱਗ ਰਿਹਾ? ਮੈਨੂੰ ਤੇ ਪੰਜਾਬ ਦੇ ਲੱਗਦੇ ਪਏ ਹੋ। ਬਸ ਫਿਰ ਮੈਂ ਗੁਰਦਾਸਪੁਰ ਤੋਂ ਜੀ। ਤੈਨੂੰ ਪੁੱਛਿਆ? ਪਾਕਿਸਤਾਨ ਗੁਜਰਾਂ ਵਾਲੇ ਸ਼ਹਿਰ ਤੋਂ ਰਹਿਣ ਵਾਲਾ ਮੈਂ। ਸਾਡੇ ਸ਼ਹਿਰ ਦੇ ਚੀੜੇ ਬੜੇ ਮਸ਼ਹੂਰ ਨੇ। ਸਮਝ ਗਿਆ ਮੈਂ। ਭਾਜੀ ਹੁਣ ਆਪਣਾ ਸ਼ਹਿਰ ਵੀ ਦੱਸ ਦਿਓ। ਆ ਜਲੰਧਰ। ਮੇਰਾ ਨਾਮ ਵਕਾਰ ਹੈ ਜਨਾਬ। ਪੰਮਾ ਹੈਲੋ, ਜੈਰੀ ਗੱਲ ਕਰ ਰਿਹਾ ਭਾਜੀ। ਜੈਰੀ ਜੀ ਜੀ, ਠੀਕ ਹੈ ਜੀ। ਭਾਜੀ ਜ਼ਰਾ ਬਾਹਰ ਧਿਆਨ ਰੱਖਣਾ, ਅਮਰੀਕਾ ਜਾਣਾ ਕਿਤੇ ਹੋਰ ਦੇ ਨਾਲ ਆ ਜਾਵੇ ਅੰਨੀ ਦਾ। ਤੂੰ ਅਮਰੀਕਾ ਗੱਡੀ 'ਤੇ ਜਾਣਾ, ਫਲਾਈਟ ਜਾਂਦੀ ਹੈ? ਉਹ ਭਰਾਵਾ ਕੋਈ ਫਲਾਈਟ ਫਲੂਟ ਨਹੀਂ ਜਾਂਦੀ, ਪਨਾਮਾ ਦੇ ਜੰਗਲਾਂ 'ਚੋਂ ਲੈ ਕੇ ਜਾਣਾ ਇਹਨਾਂ ਨੇ ਸਾਨੂੰ। ਜਿਵੇਂ ਮਰਜ਼ੀ ਲੈ ਕੇ ਜਾਵੇ, ਜਿੰਨਾ ਚਿਰ ਤੂੰ ਸਾਡੇ ਨਾਲ, ਤੂੰ ਐਨਕ ਲਾ ਕੇ ਰੱਖਣੀ ਹੈ। ਕਿਉਂ ਭਾਜੀ? ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਖੋ ਲਈ ਹੈ। ਜੇ ਮੇਰਾ ਹੋਟਲ, ਮੇਰਾ ਸਟੇ ਵੀ ਇੱਥੇ, ਮੇਰੀ ਡਾਇਰੈਕਟ ਫਲੈਟ ਏ। ਮੇਰਾ ਵੀ ਇੱਥੇ ਸਟੇ? ਯੂ ਮੀਨ ਤੁਸੀਂ ਦੋਨੋਂ ਮੇਰੇ ਹੋਟਲ 'ਚ ਰੁਕ ਰਹੇ ਹੋ? ਮੇਰੇ ਹੋਟਲ ਨੂੰ ਤੂੰ ਜਿਵੇਂ ਇੱਥੇ ਵੇਟਰ ਲੱਗਾ। ਵਾਹ ਓਏ ਬਾਪੂ, ਬਚਾਤੀ ਆਪਣਾ ਪੁੱਤ ਬਾਹਰ। ਸੀਨੀਅਰ, ਨਹੀਂ 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 ਨਹੀਂ, ਸੌਸ ਨਹੀਂ ਖਾਂਦਾ ਮੈਂ। ਅਮਰੀਕਾ ਪਹੁੰਚ ਗਿਆ ਪੁੱਤ? ਨਾ ਨਾ ਜੀ, ਅਮਰੀਕਾ ਕਿੱਥੇ, ਅਜੇ ਤਾਂ ਰਾਜ ਇੱਕ ਮੁਲਕ 'ਚ ਸਟੇ ਵੇ।
ਓ ਅੱਛਾ ਓਏ ਕਿਹੜਾ ਅਮਰੀਕਾ ਤਾਂ ਘੱਟ ਏ ਕਿੰਨਾ ਚਿਰ ਲੱਗਣਾ ਅੱਗੇ ਪੁੱਤ ਚਿਹਰਕਾ ਦਾ ਬਸ ਰੋਟੀ ਪਾਣੀ ਖਾਣ ਲੱਗਿਆ ਤੇ ਸਵੇਰੇ ਫਲੈਟ ਇੱਕ ਮਿੰਟ ਇੱਕ ਮਿੰਟ ਤਾਂ ਚੰਗਾ ਬਾਪੂ ਖੂਨ ਕੱਟ ਯਾਰ ਮੈਂ ਕੁੜੀ ਨੂੰ ਪੁੱਛਣਾ ਕੁਝ ਲੈ ਕੇ ਆਈਓ ਖਾਣਾ ਪੀਣਾ ਕਾਹਦੇ ਨਾਲ ਉਹ ਤਾਂ ਹਰ ਚੀਜ਼ ਮੂੰਹ ਨਾਲ ਖਾਈ ਦੀ ਆ ਬਹੁਤਾ ਸਾਇੰਸਦਾਨ ਬਣ ਪਰੌਂਠੀ ਲੈ ਕੇ ਆਈਓ ਕੱਟ ਫੋਣ ਯਾਰ ਹਾਂਜੀ ਖਾਣਾ ਕਿਵੇਂ ਹਾਊ ਈਟ ਕਿਵੇਂ ਖਾਵਾਂ ਐਸੋ ਇਸ ਲੋ ਕੇ ਲੇ ਪੁਏਦੋ ਦਾਰ ਈ ਸੀ ਨੋ ਐਸ ਪੋਰ ਵੈਸਟਰੋ ਕਮੀਨੋ ਨਾ ਨਾ ਐਕਸਟਰਾ ਨਹੀਂ ਚਾਹੀਦਾ ਮੈਨੂੰ ਆਈ ਦੱਸਦੇ ਕਿਵੇਂ ਖਾਣਾ ਪਤਾ ਇਹਨੂੰ ਵੀ ਨਹੀਂ ਪਤਾ ਠੀਕ ਹੈ ਜੀ ਓਕੇ ਥੈਂਕ ਯੂ ਗੋ ਸਤਿ ਸ਼੍ਰੀ ਅਕਾਲ ਹਾਂਜੀ ਇਹੀ ਗੱਲ ਬੈਗ ਬੁੱਕ ਚੱਕੀ ਬੈਠੇ ਰਾਤ ਹੋਟਲਾਂ ਨੇ ਬਾਹਰ ਕੱਢਤਾ ਅਸੀਂ ਕੋਈ ਇੱਥੇ ਮੰਗਣ ਨਹੀਂ ਬੈਠੇ ਡੌਂਕਰ ਨੂੰ ਉਡੀਕਣ ਡਿਆ ਲੈ ਮੇਰਾ ਤੇ ਆ ਵੀ ਗਿਆ ਆਪਾਂ ਚੱਲੀਏ ਏਅਰਪੋਰਟ ਤੁਹਾਡੇ ਵਾਲਾ ਵੀ ਇਹੋ ਹੀ ਮਤਲਬ ਉਹ ਭਰਾਵਾ ਸਾਡੇ ਏਜੰਟ ਆਡਿਆ ਡੌਂਕਰ ਸੇਮ ਹੀ ਆ ਯੋ ਡੌਂਕਰ ਡੁੰਕੋ ਯਾਰ ਮੈਂ ਡੌਂਕੀ ਲਾਉਣੀ ਨੀ ਮੈਂ ਤੇ ਸਿੱਧੀ ਫਲੈਟ ਏ ਮੈਂ ਕਰਦਾ ਇਹਦੇ ਨਾਲ ਗੱਲ ਬਾਏ ਆਈ ਪੇ 8 ਲੱਖ ਐਕਸਟਰਾ ਬਾਏ ਦੇ ਗੋਇੰਗ ਵਿਦ ਮੀ ਦੇ ਨੋ ਆਬਲੋ ਇੰਗਲਿਸ਼ ਮੈਂ ਨਾ ਐਸ ਕੋਚੇ ਅੱਛਾ ਸੌਰੀ 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 ਮੇਰੀ ਉਹ ਗੱਡੀ ਏ ਮੈਂ 8 ਲੱਖ ਸਪੈਸ਼ਲ ਜਾਣ ਦਾ ਦਿੱਤਾ ਚੰਗਾ ਚੱਲਦਾ ਆਇਓ ਰੋਲਦੇ ਜੰਗਲਾਂ ਜੰਗਲਾਂ ਚੋਂ ਓਏ ਏਅਰਪੋਰਟ ਵਾਲੀ ਗੱਡੀ ਹੈ ਜੰਗਲ ਵਾਲੀ ਗੱਡੀ ਦੂਜੀ ਹੈ ਪਰ ਜਾਣਾ ਅਸੀਂ ਇਸੇ ਚ ਯਾਰ ਤੈਨੂੰ ਸਮਝ ਨਹੀਂ ਆਈ ਜਾਂਦੀ ਜੰਗਲ ਵਾਲੀ ਗੱਡੀ ਦੂਜੀ ਹੈ ਉਹ ਚਲਾ ਗਿਆ ਡਾਲਰ ਵੀ ਲੈ ਗਿਆ ਉਹ ਉਹਨੇ ਲੈਣੇ ਸੀ ਗੋ ਬ੍ਰਦਰ ਗੱਲਾਂ ਹੀ ਬਣੀਆਂ ਨੇ ਡੌਂਕੀ ਔਖੀ ਏ ਕਾਹਦੀ ਔਖੀ ਏ ਗੱਡੀ ਜਾ ਰਹੇ ਮਿਊਜ਼ਿਕ ਸੁਣ ਰਹੇ ਮਜ਼ੇ ਆ ਰਹੇ ਮਜ਼ੇ ਮੇਰੇ 8 ਲੱਖ ਕਰਕੇ ਆ ਰਹੇ ਨੇ ਇਹ ਗੱਲ ਪੱਕੀ ਆਪਣੇ ਦਿਮਾਗ 'ਚ ਪਾ ਲਓ ਅੱਗੇ ਤੁਹਾਨੂੰ ਤੁਰਨਾ ਹੀ ਪੈਣਾ ਜੀ ਪਹਿਲੇ ਕਦੀ ਤੁਰੇ ਨਹੀਂ ਨਾ ਤੁਰ ਲਾਂਗੇ ਲਾ ਜ਼ਰਾ ਰਾਤ ਫਤਲ ਦੀ ਸਿੱਧੀ ਇੰਜੋਏ ਕਰਾ ਜ਼ਰਾ ਸਾਨੂੰ ਆਹ ਇਹ ਕਿੰਨੀ ਕੁ ਦੇਰ ਤੱਕ ਅਮਰੀਕਾ ਲਾ ਦੇਗਾ ਜਿਸ ਸਪੀਡ ਨਾਲ ਜਾ ਰਿਹਾ ਨਾ ਸ਼ਾਮ ਤੱਕ ਤਾਂ ਲਾ ਹੀ ਦੇਗਾ ਹੈਲੋ ਬ੍ਰਦਰ ਅਮਰੀਕਾ ਕਿਤਨਾ ਕਰਾ ਗਿਆ ਹੈ ਆਈ ਡੋਨਟ ਅੰਡਰਸਟੈਂਡ ਮੈਨ ਹਾਂ ਕੀ ਕਹਿ ਰਿਹਾ ਗਾਲ ਕੱਢੀ ਸੀ ਚਲੋ ਕੁਆਲਿਟੀ ਹੈ ਜੀ ਡੋਂਕਰ ਵਾਲੀ ਗੱਡੀ ਖਿੱਚੀ ਜਾ ਰਿਹਾ ਹੈ ਓਏ ਹੌਲੀ ਚਲਾ ਨਹੀਂ ਦਿਆ ਕਿਧਰੇ ਅਮਰੀਕਾ ਪਿੱਛੇ ਹੀ ਨਾ ਰਹਿ ਜਾਵੇ ਤੇਰੇ ਸੱਚੇ ਅਮਰੀਕਾ ਦਾ ਨਹੀਂ ਪਤਾ ਕਿਵੇਂ ਮਸਕਰੀਆਂ ਕਰ ਰਹੇ ਆ ਯਾਰ ਮੇਰੇ ਏਜੰਟ ਨੇ ਆਖਿਆ ਸੀ ਜਿੱਥੇ ਜਹਾਜ਼ ਉਤਰੇਗਾ ਨਾ ਜਹਾਜ਼ ਦਾ ਅਗਲਾ ਹਿੱਸਾ ਅਮਰੀਕਾ ਹੋਏਗਾ ਉਹ ਅਮਰੀਕਾ ਬੜੀ ਦੂਰ ਏ ਮੈਂ ਤਾਂ ਫਿਰ ਵੀ ਛੇਤੀ ਪਹੁੰਚ ਜਾਣਾ ਮੇਰੀ ਡਾਇਰੈਕਟ ਫਲਾਈਟ ਏ ਤੁਹਾਨੂੰ 1.5-2 ਮਹੀਨਿਆਂ ਲਈ ਹੋਰ ਲੱਗਣੇ ਨੇ ਇੱਥੇ ਕਿਉਂ ਰੋਕ ਲਈ ਸੂ ਮੇਰੇ ਖਿਆਲ ਪਿਸ਼ਾਬ ਆਇਆ ਸੂ ਕਮਾਨ ਕਮਾਨ ਗੈਟ ਆਫ ਕਮਾਨ ਹਰੀ ਅਪ ਵੈਸੇ ਅੰਨੀ ਦੇ ਬੱਚੇ ਨੇ ਬੰਦੇ ਡੋਡੋ ਕੇ ਨਾ ਘਰ ਚੰਗਾ ਬਣਾ ਕਮ 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 ਵਾਟ ਇਜ਼ ਦਿਸ ਇਹ ਕਿਵੇਂ ਦਾ ਗੇਟ ਹੈ ਇਹ ਇਲੈਕਟ੍ਰੋਨਿਕ ਗੇਟ ਆ ਸੁੱਚ ਨੱਪੇਗਾ ਨਾ ਦਰਖਤ ਖੜਾ ਹੋ ਜਾਏਗਾ ਉਹ ਡੰਗਰਾਂ ਵਾਸਤੇ ਵਾੜ ਕੀਤੀ ਏ ਓਏ ਇੱਥੇ ਗੇਟ ਹੁੰਦੇ ਹੀ ਨਹੀਂ ਇੱਥੇ ਕਿਹੜਾ ਚੋਰੀ ਸ਼ਿਕਾਰੀ ਹੁੰਦੀ ਏ ਸ਼ਰੀਫ ਲੋਕ ਨੇ ਪਿਸਤੌਲ ਵਿਖਾ ਕੇ ਪੈਸੇ ਲੁੱਟ ਲੈਂਦੇ ਨੇ ਚੱਲ ਅੰਦਰ ਚਲੋ ਓਏ ਆ ਵੀ Come, come, come. You stay here, huh? I will make the next arrangement for you. Whatever happens, I'm not responsible. Wait, I'll come back. Yeah? ਸਮਝ ਗਿਆ ਜੀ ਕੀ ਆਖਿਆ ਉਹਨੇ ਕੀ ਆਖਿਆ ਉਹ ਕਹਿੰਦਾ ਇਹਦੇ ਅੰਦਰ ਹੀ ਰਹਿਣਾ ਜੇ ਜੇ ਕਿਤੇ ਬਾਹਰ ਬੂਰ ਨਿਕਲਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਅਮਰੀਕਾ ਲੈ ਜਾਣ ਦੀ ਉਹ ਯਾਰ ਅਸੀਂ ਬਾਹਰ ਆਣਾ ਹੀ ਕਿਉਂ ਹੈ ਉਹ ਠੀਕ ਹੈ ਹੋਟਲ ਦੇ ਭੀੜੇ ਭੀੜੇ ਕਮਰਾ ਲੈਣਾ ਤੇ ਖੁੱਲਾ ਡੁੱਲਾ ਮਕਾਨ ਹੈ ਹਾਂ ਇਸ ਗੱਲ ਹੋਏ ਸਾਰੇ ਆਓ ਯਾਰ ਇਹ ਤਾਂ ਸਾਰਾ ਹੀ ਖੁੱਲਾ ਡੁੱਲਾ ਓਏ ਉਹਨਾਂ ਨੇ ਧੁੱਪ ਧੁੱਪ ਵਾਸਤੇ ਬਰਾਂਡਾ ਓਪਨ ਛੱਡਿਆ ਕਮਰੇ ਅੰਦਰ ਹੋਣਗੇ ਯਾਰ ਵੈਸੇ ਵੀ ਗੱਡੀ 'ਚ ਬਹਿ ਕੇ ਨਾ ਲੱਤਾਂ ਸੁੰਗੜ ਗਈਆਂ ਨੇ ਜਾ ਕੇ ਬੈਡ 'ਤੇ ਲੰਮੇ ਪੈਨੇ ਹਾਂ ਆਓ ਇਹ ਕੀ ਹੈ ਇਹ ਲੋਬੀ ਕਮਰਾ ਅੱਗੇ ਹੋਏਗਾ ਇੱਧਰ ਵੇਨਾ ਯਾਰ ਕੀ ਹੈ ਤੂੰ ਉੱਧਰ ਵੇਖ ਮੈਂ ਇੱਧਰ ਵੇਨਾ ਇੱਥੇ ਕਮਰਾ ਹੋਏਗਾ ਕੋਈ
कोई बम बम चलिया लगते थे। सारिया लॉबियां ने कमरा कोई नहीं, एक घर मैं लगता इन्हें गर्मियों नहीं बनाया। ओ किथे? ओ इधर आओ, किथे तुही? ओ आ रहे हैं। ओ जारी किथे मैं? ओ इधर आ जाओ, किथे जे यार? आ जाओ आ जाओ, इधर देखो यार। इथे बड़ी टाउन सीलिंग हुई है, ये भी तो कंधा ही ने। ओ जारी तेरी तस्वीर भी बनी है। पेंटर लभ के मारने पैना। क्यों? तस्वीर इधर नाल भी सोहनी बनाती सु। एक तस्वीर हो जाए जारी नाल। आ जाओ आ जाओ, तेरे नाल नहीं, ओदे नाल आ जाओ यार। आ जा नी दिया, आ जा। वो ले रहे नजारे भाजी, कादे नजारे भाजी, खज्जल हो रहे हैं भाजी। तुम्हें तो मैंने डायरेक्ट फ्लाइट क्या ही भाजी, भाजी बिना शर्त वाला घर वेख के अपने घर की याद आ रही भाजी। वो घर इस निहाल आदी होर पैसों दा होर कादे पैसे भाजी। फोन दे तस्वीर बनानी दे यार। 41 11 32 92। हेलो 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 भाई, तुम 100 लगे भाई फोन ना कटे भाई। भाजी हेलो भाजी, भुखण पाने बैठे भाई। हेलो भाजी, ओए एजेंट एवें ही कर देंदे ने सोनिया। सोना नहीं कहना, क्योंकि तेरे मुंह च सोना भी सोना नहीं लगता। क्यों भाजी? अच्छा वह तुम अमरीका को चले जे? ये सवाल साडा पूछना बनता है। सच दस, झूठ ना बोली। तेनू एजेंट ने एक बार भी नहीं कहा भी अही तेरे पैसे नहीं फड़ने? क्या ते होना ही। ओ यार मैं ता गलती ना पंजाब च पैदा हो गया, मैं ते बने अमरीका लई। ये गलती ते पंजाब वाले भी मनते ने। क्यों भाजी? मैं इनका लाल वा, मैं सोना है। लाई रख, अही भी सोना है। क्यों भाजी? जी भाजी, योर चॉइस। शुरू शुरू च सब ठीक सी, चंगा होटल चंगी गड्डी, पर बाद च जिवें जिवें शहर बदले चीजा बदलनिया शुरू हो गई सी। हे गाइस, कम 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 अलोंग, कम आ गए डॉक्टर, आ गए। उठो, कितने मर गया सावे? वेर वेर, आई पेड 8 लाख एक्स्ट्रा, 8 लाख लैता दिता मैं तेनू। ते असि समझे तू रोटी लैन गया, पानी भी इतने तू रखे जिन्हें छोटी डड्डी तरन ले गए। ओ यार छोटी डड्डी तू मीट बनाना यार, ओदा अन्नी दा बच्चा पिनिया भी नाल लै गया, ना छाते ना सराना ना कोई चीज उते लैन आली। आखिर मैं तेरा गेस्ट हां? तू दी साली दा मुंडा। आई डोंट लाइक दिस बुलशिट, तुम समझ आ गई झटरा जा? आई डोंट नो मैन। ओ यार उनको बोली जांदे जे एजेंट नु बोलो, ओ नाराज हो गया ना तो अमरीका नहीं जाया जाना। यार नहीं अमरीका जाया जाना ना, जाए तू एंडका लाई। 8 लाख? ओए 8 लाख रुपया ला के खज्जल हो रहे हैं यार। ओ खज्जल हो के भी अमरीका पहुंच गया तां भी बहुत बड़ी गल है। ओ चला गया ना ते मेन गेट भी नहीं लभना, ये दस दें तानू। लेट्स गो लेट्स गो हरी। जी हेलो भाजी, भाजी 8 लाख रुपए गोडे चलाने थोड़ा दिते भाई तुम। मैं भाजी बंद कर फुकड़िया, तू मरवाएगा सानू। ना लगता मेरे मरिया स्पाइडर मैन जा रहे हैं। ओए अगे आ जा, हार ना जाई। गल सुनो गल सुनो, जे किसी गोली बची ते जीत चीक ना निकले नहीं ते सारे मर जावांगे। गोली तू ही मरवाएगा सानू। रेड़ के अमरीका कौन जाता है? असी
ਉਹ ਇੱਦਾਂ ਰੁੜ ਕੇ ਵੀ ਪਹੁੰਚੀਏ ਤਾਂ ਵੀ ਬਹੁਤ ਗੱਲ ਆ। ਉਹ ਵੀਰ ਐਨਕ ਲਾਲਾ ਕਿਉਂ ਲੋ ਪੀਤਾ ਹੀ? ਤੇਰੀ ਤੇ ਅਮਰੀਕਾ ਦੀ ਫਲੈਟ ਸੀ, ਹੁਣ ਅਮਰੀਕਾ ਪਹੁੰਚਦੇ ਤੱਕ ਤੇਰੀ ਧੁੱਲੀ ਵੀ ਚਲੀ ਜਾਣੀ। ਅੰਨੀ ਦਾ ਬੱਚਾ ਦੂੜੋਂ ਹੀ ਪੁੱਟੀ ਆਉਂਦਾ। Vamos, 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 vamos. ਇਹ ਤੇ ਮੈਨੂੰ ਅਮਰੀਕਾ ਨਹੀਂ ਲੱਗਦਾ। ਕਿਉਂ ਭਾਜੀ? All right, man. Boss, come. ਕੀ ਕਹਿ ਰਿਹਾ? ਕਿਹੜੀ ਬੱਸ? Okay. ਇਹ ਕੀ? ਕਿਹੜੀ? ਇਹ ਕੀ ਕਹਿ ਰਿਹਾ ਹੈ? ਮੇਰੀ ਏਜੰਟ ਨਾਲ ਚੈਟ ਹੋਈ ਸੀ, ਇੱਥੋਂ ਅੱਗੇ ਅਸੀਂ ਬੱਸ ਤੇ ਜਾਣਾ। ਅੱਛਾ, ਇਹ ਤਾਂ ਮਤਲਬ ਅਮਰੀਕਾ ਨੇੜੇ ਹੀ ਹੈ। ਹਾਂ, ਚਲੋ ਬੱਸ ਤੇ ਜਾਣਾ। ਮੈਂ ਨਹੀਂ ਜਾਣਾ, ਮੈਂ ਕਰਦਾ ਆਪਣੀ ਏਜੰਟ ਨਾਲ ਗੱਲ। ਉਹ ਰਹਿਣ ਦੇ, ਉਹਨੇ ਕੱਟ ਹੀ ਦੇਣਾ, ਮੈਂ ਆਪਣੇ ਆਪ ਨੂੰ ਕਰਨਾ। ਵੱਡਾ ਚੌਧਰੀ ਬਣਿਆ ਫਿਰਦਾ। ਹਾਂਜੀ ਜੀ। ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਕੀ ਹੋ ਗਿਆ? ਹਜੇ ਬੈਲ ਜਾ ਰਹੀ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਸਲਾਮ। ਉਹ ਡੋਂਕਰ ਸਾਨੂੰ ਰਾਹ ਤੇ ਛੱਡ ਕੇ ਵੱਜ ਗਿਆ, ਖੋਤੀ ਦਾ ਬੱਚਾ। ਉਹ ਕੋਈ ਨੀ, ਅੱਗੋਂ ਬੱਸ ਤੇ ਜਾਣਾ। ਅੱਛਾ, ਅੱਗੋਂ ਬੱਸ ਤੇ? ਨਾਲੇ ਅੱਗੋਂ ਔਰਤਾਂ ਆਣਗੀਆਂ ਤੁਹਾਨੂੰ ਲੈਣ। ਹਾਂਜੀ ਹਾਂਜੀ, ਅੱਗੋਂ ਔਰਤਾਂ ਲੈਣ ਆ ਰਹੀਆਂ। ਹਾਂ ਹਾਂ। ਅੱਛਾ 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 ਅੱਛਾ, ਹਾਂ ਚਲੋ ਹੁਣ ਅਮਰੀਕਾ ਪਹੁੰਚ ਕੇ ਗੱਲ ਹੁੰਦੀ ਹੈ। ਆਪਣਾ ਖਿਆਲ ਰੱਖਣਾ। ਠੀਕ ਹੈ, ਅੱਲਾ ਹਾਫਿਜ਼। ਅੱਲਾ ਹਾਫਿਜ਼। ਇੱਥੇ ਬੱਸ ਸੈਂਟਰ ਬਹੁਤ ਛੱਡੇਗੀ, ਅੱਗੇ ਛੁੱਟੀ ਨਾ ਟੱਪਣੀ, ਸਾਹਮਣੇ ਅਮਰੀਕਾ ਹੈ। ਨਾਲੇ ਮਜ਼ੇਦਾਰ ਦੀ ਗੱਲ ਏ, ਅੱਗੇ ਸਾਨੂੰ ਔਰਤਾਂ ਲੈਣ ਆ ਰਹੀਆਂ ਨੇ। ਆਓ, ਆ ਗਈ ਬੱਸ ਵੀ, ਆ ਗਈ। ਚੱਲ ਮੇਰਾ ਭਰਾ, ਮੈਂ ਨਹੀਂ ਜਾਣਾ। ਆ ਜਾ ਨਾ, ਤੁਸੀਂ ਜਾਓ, ਮੈਂ ਨਹੀਂ ਜਾਣਾ। It's so much fun, bro. I know it is. ਜੈਰੀ, ਲੱਗਦਾ ਇੰਜੀ ਪਿਆ ਕਿ ਜਿਵੇਂ ਤੇਰੀ ਬਰਾਤ ਨਾਲ ਚੱਲੇ, ਪਿੱਛੇ ਤੇਰੇ ਤਾਏ ਦੇ ਮੁੰਡੇ ਨੱਚ ਰਹੇ ਨੇ। ਵੈਸੇ ਆਪਸ ਦੀ ਗੱਲ ਏ, ਬਸ ਅਮਰੀਕਾ ਜਾਣ ਵਾਲੀ ਨਹੀਂ ਲੱਗ ਰਹੀ। ਤੇਰਾ ਵੀ ਅਮਰੀਕਾ ਜਾਣ ਵਾਲਾ ਨਹੀਂ ਲੱਗ ਰਿਹਾ। ਸਿੱਧਾ ਵੇਖ, ਹੁਣ ਚੰਗਾ ਰਿਹਾ? ਅੰਨੀ ਦਾ ਬੱਚਾ ਪਤਾ ਨੀ ਕਿਉਂ ਏਡੀ ਹੌਲੀ ਚਲਾ ਰਿਹਾ। ਪਿਛਲਾ ਡਰਾਈਵਰ ਚੰਗਾ ਹੀ, ਦੂੜਾ ਪੁੱਟੀ ਆਇਆ। ਇਹੋ ਜਿਹਾ ਬੰਦਾ ਘਰ ਦੱਸ ਕੇ ਆਉਂਦਾ, ਮੈਂ ਲੇਟ ਆਵਾਂਗਾ। ਹਾਂ ਦੱਸ। ਹੈਲੋ। ਹਾਂਜੀ ਭਾਈ, ਫੋਨ ਤੇ ਚੱਕ ਲਿਆ ਕਰੋ ਭਾਜੀ। ਆਹੋ, ਬੰਦੇ ਦੀ ਇਨਸਲਟ ਹੁੰਦੀ ਏ। ਹਾਂਜੀ 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 ਭਾਜੀ, ਅੱਗੇ ਤੇ ਫਲੈਟ ਨਾ, ਬੱਸ ਤਾਂ ਨਹੀਂ ਖੱਜਲ ਹੋਣਾ ਪੈਣਾ ਜੀ। ਪਰ ਮੈਂ ਫਲੈਟ ਪੱਕ। ਨਹੀਂ ਨਹੀਂ, ਫਿਕਰ ਨਾ ਕਰ, ਉਹ ਲੈਣ ਆਉਣਗੇ ਤੈਨੂੰ। ਅੱਛਾ ਜੀ, ਭਾਜੀ। ਹੈਲੋ, ਗੱਲ ਇਹਦੀ ਹੁਣ ਵੀ ਪੂਰੀ ਨਹੀਂ ਹੋਈ, ਇਹਦੀ ਗੱਲ ਅਮਰੀਕਾ ਜਾ ਕੇ ਪੂਰੀ ਹੋ ਰਹੀ ਹੈ। ਇੰਨਾ ਸਮਾਨ ਲੈਣ ਨਾਲ ਦੋ ਮਜ਼ਦੂਰ ਵੀ ਲੈ ਆਉਂਦਾ। Where do you want to go? Stay. It's a good place. Oh yeah, I think I've started to like it. Amigo. ¿Qué pasa? USA. USA? Yeah. Yes. Yes. USA. USA. ਆਪਾਂ ਉੱਥੇ ਲੱਗਦੇ ਹਾਂ। ਉਹ ਸੰਤੇ ਔਰਤ ਨੇ ਲੈਣਾ ਸੀ। ਉਹ ਸਾਈਂ ਔਰਤ ਨੇ ਤੁਹਾਨੂੰ ਲੈਣ ਆਉਣਾ ਸੀ ਪੈਦਲ ਯਾਤਰਾ ਵਾਲਿਆਂ ਨੂੰ। ਮੇਰੀ ਡਾਇਰੈਕਟ ਫਲਾਈਟ ਹੈ, ਮੇਰੇ ਵਾਲੇ ਇਹੀ ਨੇ। Hey, come on, come yes, on, come on, come on, let's go. ਚੰਗਾ, come on. ਚੰਗਾ, ਚੰਗਾ, move, move. ਚੰਗਾ, come on. ਚੰਗਾ, ਚੰਗਾ ਯਾਰ, ਡਾਇਰੈਕਟ ਫਲਾਈਟ ਹੈ। Let's go. Yes. ¿Sois los hombres del móvil?
ਓਏ ਕਿਤੇ ਰਿਸ਼ਤੇਦਾਰ ਤਾਂ ਨਹੀਂ ਤੇਰੀਆਂ? ਇਹ ਸਾਡੇ ਕੋਲ ਕਿਉਂ ਆਈਆਂ ਨੇ? ਕਿਤੇ ਆਪਾਂ ਇਹਨਾਂ ਨੂੰ ਪਸੰਦ ਨਹੀਂ ਆ ਗਿਆ? ਔਰਤਾਂ ਨੇ ਲੈਣ ਨਹੀਂ ਆਉਣਾ ਸੀ? ਹਾਂਜੀ ਮੈਂ ਜੀ ਇਹ ਨਿੱਕਾ ਉਹ ਤੇ ਬੰਬੇ ਤੇ ਸਿਰੋਂ ਹਾਰ ਰਹੀਆਂ ਨੇ, ਉਹ ਇਹ ਉਹਨੂੰ ਵੀ ਲੈਣ ਆਈਆਂ ਨੇ ਤੇ ਉਹ ਕਿਹਦੇ ਨਾਲ ਚਲਾ ਗਿਆ? ਹੁਣ ਵੀ ਲੱਗਦਾ ਪਹੁੰਚ ਜਾਗੇ। ਪਾਕਿਸਤਾਨ ਚ ਸਾਡੇ ਨਾਂ ਦੀਆਂ ਤੂਤੀਆਂ ਬੋਲਦੀਆਂ। 30 ਲੱਖ ਰੁਪਇਆ ਲਾ ਕੇ ਇੱਥੇ ਅਸੀਂ ਖੱਜਲ ਹੋਣ ਡਏ। ਆ ਮਿਲਿਆ ਤੇ ਹੈ ਇੱਕ ਬੰਦਾ, ਦਫ਼ਤਰ ਚ ਲੈ ਕੇ ਆਇਆ। ਚੱਲ ਮੈਂ ਤੈਨੂੰ ਜਹਾਜ਼ ਚ ਬਹਿ ਕੇ ਫੋਨ ਕਰਨਾ। ਉਹ ਤੁਹਾਡੇ ਚ ਕੋਈ ਚਾਹ ਪਾਣੀ ਨਾਸ਼ਤੇ ਦਾ ਰਿਵਾਜ ਨਹੀਂ ਹੈਗਾ? 30 30 30 ਲੱਖ ਰੁਪਇਆ ਲਾਇਆ ਭਾਜੀ, ਕੋਈ ਚਾਹ ਪਾਣੀ ਤੇ ਬਣਦੀ ਹੈ ਕਿ ਨਹੀਂ? ਤੁਸੀਂ ਵੀ ਆਪਣਾ USA ਡਾਇਰੈਕਟ ਫਲਾਈਟ ਹੈ। ਸਾਡਾ ਵੀ ਜਹਾਜ਼ ਸਿੱਧਾ ਹੀ ਜਾਣਾ, ਸਾਡੇ ਜਹਾਜ਼ ਨੇ ਕਿਹੜਾ ਐ ਕਰਕੇ ਜਾਣਾ? ਕਾਕਾ ਬੋਲਦਾ ਨਹੀਂ, ਤੈਨੂੰ ਗਲੂਕੋਜ਼ ਲੱਗਾ ਜਾਂ ਤੇਰੀ ਜ਼ਬਾਨ ਟੁੱਕੀ? ਤੂੰ ਜ਼ਰੂਰ ਮੇਰੇ ਮੂੰਹ ਕੋ ਸੁਣਨਾ। ਅੱਛਾ ਪਰੇਸ਼ਾਨ ਜਿਹੋ ਜਿਹੇ ਤੁਹਾਡੇ ਕੱਪੜੇ ਭਰੇ ਨੇ, ਮੈਨੂੰ ਲੱਗਦਾ ਤੁਹਾਨੂੰ ਘੋੜਿਆਂ ਪਿੱਛੇ ਧਰੂ ਕੇ ਲਿਆਏ ਨੇ। ਤਗਦੀ 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 ਸਾਗ ਖਾ ਲੋ। ਇਹ ਜੇ ਇਹਨਾਂ ਦਾ ਕੁੱਕ ਕਹਿੰਦਾ ਆ ਜਾਓ ਸਾਗ ਖਾ ਲਓ। ਚਲਾ 30 ਲੱਖ ਲਾਇਆ ਸਾਡੇ ਸਿਰ ਤੇ, ਨਾਸ਼ਤਾ ਕਰਾਈਏ ਤੈਨੂੰ। Kneel down. Kneel down. ਇਹ ਕਰਨ ਕੀ ਲੱਗੇ ਨੇ? ਸਾਡੇ ਹੱਥ ਕਿਉਂ ਬੰਨ ਰਹੇ ਨੇ? ਮੈਂ ਸੁਣਿਆ ਇੱਧਰ ਗੁਰਦੇ ਕਰਦੇ ਕੱਢ ਲੈਂਦੇ ਨੇ। ਗੁਰਦੇ ਕੱਢ ਦੇ? ਉਹ ਮੇਰਾ ਗੁਰਦਾ ਇਹਨਾਂ ਦੇ ਕਿਸੇ ਕੰਮ ਦਾ ਨਹੀਂਗਾ, ਉਹਦੇ 'ਚ ਪੱਥਰੀ ਏ। ਤੂੰ ਇਹਨਾਂ ਨੂੰ ਕਹਿ ਗੁਰਦਾ ਰਹਿਣ ਦੇ, ਪੱਥਰੀ ਕੱਢ ਦੇ। ਉਹ ਡਾਕਟਰ ਨਹੀਂ ਹੈਗੇ, ਉਹ ਡਾਕੂ ਨੇ। ਮਾਰੇ 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 ਕੇ ਮੇ ਮਾਰੇ ਮਾਰੇ ਬੈਗ ਉਹ ਨਹੀਂ ਦੇਣੇ ਭਰਾਵਾ ਉਹਨਾਂ ਨੇ ਬੈਗ। ਚੱਲ ਚੱਲੀਏ। ਲੁੱਟਿਆ ਗਿਆ ਸੀ ਮੈਂ, ਮੁੰਡਿਆਂ ਦਾ ਪਤਾ ਨਹੀਂ ਕੀ, ਪਰ ਇੱਕ ਗੱਲ ਦਾ ਹੌਸਲਾ ਸੀ ਕਿ ਸ਼ੁਕਰ ਆ ਮੇਰੇ ਵਰਗਾ ਕੋਈ ਮੇਰੇ ਨਾਲ ਆ। ਪਰ ਸੌਰੀ, ਅੱਛਾ ਯਾਰ ਇਹ ਮੇਰੇ ਵਰਗਾ ਨਹੀਂ ਸੀ, ਇਹ ਕੋਈ 13ਵੀਂ ਆਈਟਮ ਹੀ ਸੀ। ਪਾਗਲ ਬਣਾ ਕੇ ਲੁੱਟਦੇ ਨੇ ਅਗਲੇ ਨੂੰ। ਇੱਥੇ ਹੀ ਮੈਂ ਕਿਤੇ ਖਲੋਤਾ ਸੀ। ਕਿੱਥੇ? ਥੋੜਾ ਪਿੱਛੇ ਹੋ, ਥੋੜਾ ਇੱਧਰ ਹੋ। ਹਾਂ ਇੱਥੇ ਮੈਂ ਖਲੋਤਾ ਸੀ, ਉਹ ਆ ਕਹਿੰਦਾ US agent ਤੇ ਮੈਂ ਉਹਦੇ ਨਾਲ ਟੁਰ ਪਿਆ। ਮੇਰੇ ਨਾਲ ਵੀ ਸੇਮ ਹੀ ਹੋਈ ਹੈ, ਮੈਂ ਪਿੱਛੋਂ ਮੜਿਆ ਹੋਰ ਹੋ, ਪਰ ਮੈਂ ਇੱਥੇ ਖਲੋਤਾ ਹੈ ਤੇ ਮੇਰੇ ਨੇੜੇ ਨੇ ਲੱਗਣਾ, ਇੰਨੇ ਫਰਕ ਤੁਰਨਾ, ਸਮਝ ਆ ਗਈ ਤੈਨੂੰ? ਮੈਨੂੰ ਮੱਲੇ 'ਚ ਜੋਕ ਕਹਿੰਦੇ ਨੇ। ਭਾਜੀ ਵੇਖਿਓ ਮੇਰੀ ਅੱਖ 'ਚ ਕੁਛ ਪਿਆ, 200 ਪੈਣ। ਵੈਸੇ ਤੇਰੀ ਮੇਰੀ ਸੋਚ ਕਿੰਨੀ ਮਿਲਦੀ ਏ, ਮੈਂ ਜਰਾਬਾਂ 'ਚ ਪੈਸੇ ਪਾਏ ਨੇ, ਤੂੰ ਬੂਟਾਂ 'ਚ ਪੈਸੇ ਪਾਏ ਨੇ। ਭਰਾ ਆਪਾਂ ਸ਼ੁਰੂ ਤੋਂ ਅਸੂਲ ਰੱਖੀਦਾ, ਜਦੋਂ ਬਾਹਰ ਅੰਦਰ ਜਾਈਦਾ ਥੋੜੇ ਥੋੜੇ ਪੈਸੇ ਅੱਡ ਅੱਡ ਥਾਵਾਂ 'ਤੇ ਪਾ ਕੇ ਰੱਖਦਾ। ਭਰਾ ਜਿੱਥੇ ਮੰਗਦੇ ਪੈਸੇ ਦੇ ਦਿਓ ਥੋੜੇ ਬਹੁਤੇ, ਜਾਨ ਨਹੀਂ ਗਵਾਉਣੀ। ਕਿਹੜਾ ਪਿੰਡ ਤੇਰਾ? ਤੈਨੂੰ ਮੈਂ ਪਿੰਡ ਦਾ ਲੱਗਦਾ? ਔਰ ਤੂੰ ਨਿਊਯਾਰਕ ਡੰਕੀ ਲਾਉਣਾ ਆ? ਸੋਹਣਿਆ ਤੂੰ ਜਾਣਦਾ ਨਹੀਂ, ਮੇਰੇ ਨਾਂ ਦੀ ਤੂਤੀ ਬੋਲਦੀ ਹੈ। ਕੀ ਨਾਂ ਤੇਰਾ? ਮੇਰਾ ਨਾਂ ਗੁੱਡੂ। ਤੇਰਾ ਤੇਰੇ ਨਾਂ ਤੋਂ ਤੂਤੀ ਵੱਡੀ ਹੁੰਦੀ ਹੈ, ਨਾਲ ਜਦੋਂ ਅੰਦਰ ਤੇਰੇ ਕੁੱਟ ਪੈਣ ਡੇ ਸੀ ਉਦੋਂ ਨੀ ਤੇਰੇ ਨਾਂ ਦੀ ਤੂਤੀ ਬੋਲੀ? ਓਏ ਉਹਨਾਂ ਨੇ ਪਿਸਤੌਲ ਕੱਢਿਆ ਮੇਰੀਆਂ ਅੱਖਾਂ 'ਚ ਹਨੇਰਾ ਆ ਗਿਆ, ਨਾਲੇ ਉਹਨਾਂ ਨੇ ਮੇਰੇ ਸਾਰੇ ਪੈਸੇ ਖੋਲੇ ਨੇ। ਮੇਰੀ ਉਸੇ ਜਰਾਬ 'ਚ ਸਭ ਤੋਂ ਬਹੁਤੇ ਪੈਸੇ ਸਨ। ਕਿੰਨੇ ਸਨ? $20। ਉਹਨਾਂ ਮੇਰਾ ਮੋਬਾਈਲ ਵੀ ਖੋਲਿਆ, ਉਹ ਆਉਣ ਲੱਗਿਆ ਮੈਂ ਨਵਾਂ ਲੈ ਕੇ ਆਇਆ ਸਾਂ ਸੈਕਿੰਡ ਹੈਂਡ। ਅੱਛਾ ਯਾਰ ਗੱਲ ਸੁਣ, ਯਾਰ ਤਰਲਾ ਮਿੰਤ ਕਰਕੇ ਆਪਣਾ ਲਾਲ ਬੈਗ ਲੈ ਆਈਏ, ਪੱਛ ਬੜਾ ਜ਼ਰੂਰੀ ਸਮਾਨ ਸੀ। ਜਾ ਲੈ ਆ, ਮੈਂ ਇੱਥੇ ਖਲੋਤਾ, ਤੂੰ ਬੈਗ ਲੈ ਆ। ਉਹ ਜਾ, ਉਹ ਜਾਂਦਾ ਨਹੀਂ ਹੁਣ। ਉਹ ਇੱਥੇ ਕਿਸੇ ਨੂੰ ਪੁੱਛ ਲਈਏ, ਤੇ ਬੜਾ ਤੈਨੂੰ ਕਿਸੇ ਨੇ ਦੱਸ ਦੇਣਾ ਵੀ ਸੱਜਾ ਹੱਥ ਮੋੜ ਮੋੜ ਕੇ ਨਾਲ ਕਿਤੇ ਨਾਲ ਵਾਲਾ ਘਰ ਡੌਂਕਰ ਦਾ। ਉਹ ਤੂੰ ਚੁੱਪ ਰਹਿ, ਮੈਂ ਤੈਨੂੰ ਲੈ ਜਾਂਗਾ, ਬਸ ਤੂੰ ਪਤਾ ਕਰਕੇ ਨੇੜੇ ਕਿਤੇ ਕੋਈ ਠੇਕਾ ਹੈ। ਇਹਨੂੰ ਮੈਂ ਨਾਲ ਦੱਸਦਾ, ਉਹਦੇ ਨੋਟਾਂ ਦੀ ਕਾਪੀ ਨਾ ਲਿਆ ਦਿਆਂ। ਇੱਧਰਲੀ ਜਿਹੜੀ ਹੈ ਨਾ ਇਹ ਕੋਈ ਖੁੱਲ ਕੇ ਨਹੀਂ ਨੱਚ ਰਹੀ। ਓਏ ਲਾਏ ਤੈਨੂੰ ਕਿ ਤੇਰੀ ਚਾਹੋ
ਮੈਂ ਚੱਲੀ ਓਏ ਜੇ ਨਾਲ ਚੱਲਣੀ ਚੱਲ ਫਿਰ ਨਾ ਕੀ ਬਾਕੀ ਜਰਾਬਾਂ ਵੀ ਖੋਲੀਆਂ ਇਹਨਾਂ ਨੇ ਠਹਿਰ ਜਾ ਮੈਨੂੰ ਵੀ ਲੈ ਜਾ ਯਾਰ ਏਜੰਟ ਨੇ ਡਾਇਰੈਕਟ ਫਲੈਟ ਦਾ ਕਹਿ ਕੇ ਘੱਲਿਆ ਸੀ ਹੁਣ ਫੋਨ ਨਹੀਂ ਚੱਕ ਰਿਹਾ ਤੂੰ ਏਜੰਟ ਨੂੰ ਪੈਸੇ ਪੂਰੇ ਦਿੱਤੇ ਸੀ ਉਹ ਤੇ ਕੁਇਟੋ ਉਤਰਦੇ ਬਾਪੂ ਫੜਾਇਆ ਸੀ ਯਾਰ ਜਾ ਕੇ ਉਹ ਯਾਰ ਤੂੰ ਏਜੰਟ ਨੂੰ ਛੱਡ ਦੇਖ ਮੈਂ ਤੇ ਘਰ ਵੀ ਫੋਨ ਨਹੀਂ ਕਰ ਸਕਦਾ ਮੇਰਾ ਮੋਬਾਈਲ ਹੀ ਉਹਨਾਂ ਨੇ ਖੋ ਲਿਆ ਉੱਤੋਂ ਮੈਨੂੰ ਕਿਸੇ ਦਾ ਨੰਬਰ ਵੀ ਯਾਦ ਨਹੀਂ ਗਾ ਛੱਡ ਯਾਰ ਐਵੇਂ ਫਿਕਰ ਕਰਨਗੇ ਫਿਕਰ ਸਾਨੂੰ ਕਰਨੀ ਚਾਹੀਦੀ ਹੈ ਫਿਰ ਨਾ ਨਾ ਲੁੱਟੇ ਜਾਈਏ ਤੇ ਹੁਣ ਲੁੱਟੇ ਜਾਣਾ ਆਪਣੇ ਕੋਲ ਹੈ ਕੀ ਇੱਜ਼ਤ ਲੱਗਦਾ ਕੋਈ ਰਹਿੰਦਾ ਨਹੀਂ ਇੱਥੇ ਓਏ ਆਹੋ ਯਾਰ ਚਲਾ ਯਾਰ ਕੁਛ ਆਉਣ ਦਾ ਜਗਾੜ ਕਰੀਏ ਆਹ ਕੀ ਹੋਏ ਆਪਸ ਚ ਹਾਂ ਯਾਰ ਮੈਂ ਤਾਂ ਨਾ ਪੈਥੀ ਰਾਤ ਕੱਟ ਲਈਏ ਬਹੁਤ ਅੱਛੇ ਇੱਥੇ ਰਾਤ ਕੱਟਣੀ ਇਹਦੇ ਨਾਲ ਚੰਗਾ ਉੱਥੇ ਨਾ ਕੱਟ ਲੈਂਦੇ ਨਾਲੇ ਮਾਈਆਂ ਦਾ ਡਾਂਸ ਡੂਸ ਵੇਖ ਲੈਂਦੇ ਹੋਰੇ ਸਾਨੂੰ ਰੋਟੀ ਪਾਣੀ ਵੀ ਪੁੱਛ ਲੈਂਦੀਆਂ ਉੱਥੇ ਬੜੀ ਤੇਰੀ ਭੂਆ ਨੇ ਕੜੀ ਚੌਲ ਧਰੇ ਹਨ ਯਾ ਜਾਂਦਾ ਨਹੀਂ ਮਿਸਟਰ ਬੀਨ ਦੇ ਮੂੰਹ ਵਾਲਾ ਜੋ ਵੀ ਹੈ ਵੈਸੇ ਇਸ ਮਿਊਜ਼ਿਕ ਨੇ ਸਾਡਾ ਦਿਲ ਲਾਇਆ ਹੋਇਆ ਅੱਛਾ ਇਹਨਾਂ ਨੇ ਹੋਰ ਕਿੰਨੀ ਕੁ ਦੇਰ ਨੱਚਣਾ ਮੈਂ ਬੁੱਕ ਕੀਤੀਆਂ ਯਾਰ ਮੈਂ ਸੋਣਾ ਮੇਰਾ ਜੀ ਕਰੀ ਜਾਂਦਾ ਮੈਂ ਟ੍ਰਾਂਸਫਰਮ ਦਾ ਘੋੜਾ ਸਿੱਟਾਂ ਵਜਾ ਕੇ ਉਹ ਭੈੜਿਆ ਮਿਊਜ਼ਿਕ ਲਵਰ ਬਣ ਅੱਖਾਂ ਬੰਦ ਕਰ ਵੇਖ ਠੁਮਕੇ ਲੱਗ ਰਹੇ ਨੇ ਆ ਯਾਰ ਤੂੰ ਮੇਰੀ ਹੈਲਪ ਕਰੇਗਾ ਪੈਸੇ ਨਾ ਉਧਾਰ ਮੰਗੀ ਉਂਜ ਦੱਸ ਯਾਰ ਤੂੰ 2 ਮਿੰਟ ਚੁੱਪ ਕਰ ਪਲੀਜ਼ ਮੇਰੀ ਅੱਖ ਲੱਗ ਲੈਣ ਦੇ ਭਾਵੇਂ ਸਾਰੀ ਰਾਤ ਝੂਮਰ ਪਾਈ ਜਾਈ ਤੂੰ ਏਡਾ ਸੜਿਆ ਕਿਉਂ ਰਹਿੰਦਾ ਤੇਰੀ ਮੋਟਰਸਾਈਕਲ ਦੀ ਕੋਈ ਹਵਾ ਕੱਢ ਗਿਆ ਅੱਛਾ ਮੈਨੂੰ ਇੱਕ ਗੱਲ ਦੱਸ ਤੂੰ ਅਮਰੀਕਾ ਕਿਵੇਂ ਚੱਲਾ ਜਾਣਾ ਤੇ ਯਾਰ ਜਹਾਜ਼ ਤੇ ਸੀ ਹੁਣ ਮੈਨੂੰ ਲੱਗਦਾ ਪੈਦਲ ਜਾਣਾ ਪੈਣਾ ਮੈਂ ਤੇਰੇ ਕੋਈ ਯਾਤਰਾ ਦਾ ਸ਼ਡਿਊਲ ਨਹੀਂ ਪੁੱਛਿਆ ਅਮਰੀਕਾ ਕੀ ਕੰਮ ਚੱਲਾ ਕੰਮ ਹੀ ਲੱਭਣ ਚੱਲਾ ਤੇ ਤੂੰ ਕੀ ਪੁੱਛ ਲਿਆ ਯਾਰ ਬੜੀ ਲੰਮੀ ਕਹਾਣੀ ਚੱਲ ਫਿਰ ਰਹਿਣ ਦੇ ਮੋਟੀ ਮੋਟੀ ਤੇ ਸੁਣ ਲੈ ਨਹੀਂ ਤੂੰ ਰਹਿਣ ਦੇ ਥੋੜੀ ਜਿਹੀ ਤੇ ਸੁਣ ਲੈ ਚੱਲ ਮੈਂ ਸੁਣਨਾ ਤੂੰ ਸੁਣਾ ਫਿਰ ਸੌਂਦਾ ਇੰਜੇ ਜਿਵੇਂ ਸਵੇਰੇ ਸਭ ਤੋਂ ਪਹਿਲੀ ਇਹਨੇ ਮੱਝ ਚੋਣੀ ਹੈ ਯਾਰ ਨਾ ਕੁਝ ਰਾਤੀ ਖਾਧਾ ਪੀਤਾ ਤੇ ਨਾ ਹੀ ਚੱਜ ਨਾਲ ਸੁੱਤੇ ਆ ਤੂੰ ਜੰਟ ਵੀ ਨਹੀਂ ਫੋਨ ਚੱਕੀ ਜਾਂਦਾ ਇਹਦੇ ਨਾਲ ਤਾਂ ਪੰਜਾਬ ਹੀ ਚੰਗੇ ਆ ਮੈਂ ਪਤਾ ਨਹੀਂ 30 ਲੱਖ ਰੁਪਏ ਟੁਰਨ ਦਾ ਦਿੱਤਾ ਹੈ ਉਹਨਾਂ ਨੂੰ ਉਹ ਟਰੱਕ ਫਲਾਈਟ ਟਰੱਕ ਫਲਾਈਟ ਆ ਜਾ ਜਹਾਜ਼ ਤਿਆਰ ਹੈ ਅੱਛਾ ਓਏ ਓਏ ਨਾ ਜਾਈ ਇਹ ਡਾਇਰੈਕਟ ਫਲੈਟ ਦਾ ਕਹਿ ਕੇ ਫਿਰ ਲੁੱਟ ਲੈਣਗੇ ਨਹੀਂ ਨਹੀਂ ਆਪਣੇ ਨੇ ਆ ਜਾ ਵੇਖ ਲਈ ਓਏ ਹੈਰਾਨ ਨਾ ਹੋ ਭਾਵੇਂ ਆ ਜਾ ਮੇਰਾ ਵੀਰ ਆ ਜਾ ਆ ਜਾ ਆ ਜਾ ਧਿਆਨ ਨਾਲ ਧਿਆਨ ਨਾਲ ਇੱਥੇ ਤੇ ਲੱਗਦਾ ਬੰਦਿਆਂ ਦਾ ਟਰੱਕ ਉਲਟਿਆ ਇਹ ਵੀ ਆਪਣੇ ਨਾਲ ਦੇ ਹੀ ਨੇ ਤੇਰੇ ਨਾਲ ਦਾ ਤੇ ਇਹਨਾਂ ਚੋਂ ਮੈਨੂੰ ਇੱਕ ਵੀ ਨਹੀਂ ਨਜ਼ਰ ਆਉਣ ਡਿਆ ਭਾਵੇਂ ਕੌਣ ਇਹਦੇ ਨਾਲ ਦੀ ਤੂਤੀ ਬੋਲਦੀ ਅੱਛਾ ਅੱਛਾ ਵਾਜਿਆਂ ਲੈ ਵਾਜਿਆਂ ਵਾਲੇ ਦੀ ਜੇਬ ਚੋਂ 250 ਨਹੀਂ ਨਿਕਲਦਾ ਤੇ ਮੈਂ ਇੱਥੇ ਆਉਣ ਦਾ 30 ਲੱਖ ਲਾਇਆ 30 ਲੱਖ ਦੀ ਲਾਂਤਾ ਤੇਰੇ ਤੇ ਫਿਰ 6.5 ਲੱਖ ਲੋਤਾ ਇਹਦੀ ਵੀ ਡਾਇਰੈਕਟ ਫਲਾਈਟ ਹੈ ਇੱਥੇ ਸਾਰੇ ਡਾਇਰੈਕਟ ਫਲਾਈਟ ਵਾਲੇ ਨੇ ਓਏ ਤੇਰੇ ਅਣਕਾ ਕਿੱਥੇ ਨੇ ਉਹ ਵੀਰ ਜੀ ਹੋਣਾ ਡੈਲੀ ਹੈ ਸੂਟ ਵੀ ਕਰ ਰਹੀਆਂ ਨੇ ਤੇਰੀ ਅੱਖਾਂ ਦਾ ਕੀ ਕਰੀਏ ਕੱਢ ਦਿੰਦੇ ਆ 5 ਤਾਂ ਮਿੰਟ ਲੱਗੇ ਨੇ ਅੱਛਾ ਬੈਠ ਜਾਓ ਗਰੁੱਪ ਹੋਰ ਆ ਗਿਆ ਨਾ ਤੇ ਖਲੋ ਕੇ ਸੌਣਾ ਪੈਣਾ ਬੈਠੋ ਕਾਕਾ ਤੇਰਾ ਮਾੜਾ ਜਿਹਾ ਇੱਧਰ ਤੇ ਹੋ ਓਏ ਹੋਏ ਇਹਨਾਂ ਸਾਰਿਆਂ ਨੇ ਜਾਣਾ ਉਹ ਯਾਰ ਇਹ ਗਰੁੱਪ ਬਣਾ ਕੇ ਭੇਜਦੇ ਨੇ ਸਵੇਰ ਦੇ 2 ਗਰੁੱਪ ਤੁਰ ਗਏ ਨੇ ਅਗਲੀ ਵਾਰੀ ਆਪਣੀ ਤੇ ਰੋਟੀ ਸਹੀ ਮਿਲਦੀ ਇੱਥੇ ਰੋਟੀ ਮਿਲਦੀ ਹੈ ਨਮਕ ਜ਼ਿਆਦਾ ਹੁੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਨਮਕ ਘੱਟ ਪਾਓ ਮੈਂ ਕੋਈ ਆਪਣੇ ਸੱਸ ਦੇ ਘਰ ਨਹੀਂ ਆਇਆ ਨਮਕ ਘੱਟ ਪਾਓ ਹੁਣ ਤੇ ਛੱਡ ਯਾਰ ਤੂੰ ਮਾੜਾ ਮਾੜਾ 10 ਵੈਜ ਮਿਲਦਾ ਕਿ ਨਹੀਂ ਇੱਥੇ ਪੁੱਛ ਲੈਨੇ ਵੇਟਰ ਇਹ ਕਿਹੜੀ ਚੀਜ਼ ਦਾ ਗੋਸ਼ਤ ਹੈ ਬਸ ਕਿਸੇ ਇਨਸਾਨ ਦਾ ਨਾ ਹੋਵੇ ਮੈਨੂੰ ਤਾਂ ਖੁੱਤ ਦਾ ਗੋਸ਼ਤ ਲੱਗਣ ਡਿਆ ਖਾ ਲਾਂਗੇ ਠੀਕ ਹੈ ਵਿੱਚ ਚ ਕੀ ਹੈ ਸਿਰਫ ਚਾਲ ਫੋਨ ਦੇ ਆਨਲਾਈਨ ਆਰਡਰ ਕਰਨ ਲੱਗਾ ਯਾਰ ਪੜਾ ਹਲ ਇਹ ਬੰਦਾ ਦੂਸਰੀ ਵਾਰ ਲੈਣਾ ਹੈ ਕੋਈ ਨਾ ਇਹ ਰਾਈਟ ਹੀ ਨਹੀਂ ਪਿਆ ਚੱਲ ਅੱਗੇ ਹੋ ਹੈਲੋ
ਹੈਲੋ ਭਾਜੀ ਪੰਮਾ ਬੋਲਦਾ ਭਾਈ ਭਾਈ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੱਕਦੇ ਭਾਜੀ ਉਹ ਯਾਰ ਤੂੰ ਫੋਨ ਹੀ ਇੰਨੇ ਕਰਦਾ ਭਾਜੀ ਇੰਨੇ ਫੋਨ ਕਿੱਥੇ ਕਰਦਾ ਜਦੋਂ ਕਿਤੇ ਮੁਸ਼ਕਿਲ 'ਚ ਨੌ ਨਹੀਂ ਕਰਦਾ ਨਹੀਂ ਭਾਈ ਤੁਸੀਂ ਡਾਇਰੈਕਟ ਫਲੈਟ ਦਾ ਕਹਿ ਕੇ ਮੇਰੇ ਨਾਲ ਧੋਖਾ ਕਰਦੇ ਪਏ ਹੋ ਓਏ ਕੀ ਧੋਖਾ ਓਏ ਟਰੰਪ ਨੇ ਸਟ੍ਰਾਈਕ ਕੀਤੀ ਆ ਬਾਰਡਰ ਤੇ ਤੇ ਭਾਜੀ ਫਿਰ ਪੈਸੇ ਵੀ ਉਹਦੇ ਟਰੰਪ ਤੋਂ ਪੁੱਛ ਕੇ ਫੜਨੇ ਸੀ ਭਾਜੀ ਭਾਜੀ ਮੈਂ ਨਹੀਂ ਜੰਗਲਾਂ ਜਾਣਾ ਮੇਰੀ ਡਾਇਰੈਕਟ ਫਲੈਟ ਕਰਾਓ ਨਾ ਹੁਣ ਤੇਰੇ ਲਈ ਚੋਪਰ ਭੇਜ ਦਿਆਂ ਭਾਜੀ ਮੇਰੇ ਪਿਓ ਨੇ ਕਿੱਲਾ ਵੇਚ ਕੇ ਮੈਨੂੰ ਭੇਜਿਆ ਜੀ ਮੈਂ ਕਿਸੇ ਪਾਸੇ ਜੋ ਗਏ ਰਹਿਣਾ ਭਾਜੀ ਯਾਰ ਪਲੀਜ਼ ਕੋਈ ਨਾ ਕੋ ਕਰੋ ਯਾਰ ਉਹ ਭਾਈ ਡਾਇਰੈਕਟ ਰੁਕਟ ਫਲਾਈਟ ਨਹੀਂ ਹੋਣੀ ਇੰਜ ਹੀ ਜਾਣਾ ਪੈਣਾ ਹੁਣ ਸੱਚੀ ਨਹੀਂ ਹੋਣੀ ਭਾਜੀ ਚਲੋ ਭਾਈ ਘੱਟੋ ਘੱਟ ਇਹਨਾਂ ਨੂੰ ਇਹਨਾਂ ਤੇ ਕਹਿ ਦਿਓ ਮੇਰੇ ਲਈ ਵੈਜ ਫੂਡ ਬਣਾ ਦਿਆ ਕਰਨ ਹੈਲੋ ਭਾਜੀ ਯਾਰ ਵੈਸੇ ਇਹਦੇ ਤੇ ਧਣੀਏ ਦਾ ਛੱਟਾ ਲੱਗਾ ਹੁੰਦਾ ਨਾ ਬਹੁਤ ਮਜ਼ਾ ਆਉਣਾ ਸੀ ਤੇਰੀ ਅੱਗੇ ਜਾਣ ਵਾਲੀ ਹਰਕਤਾਂ ਨਹੀਂ ਹੈਗੀਆਂ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਮੈਂ ਸੱਚੀ ਡੌਂਕੇ ਨਹੀਂ ਸੀ ਲਾਉਣੀ ਚਾਹੁੰਦਾ ਪਰ ਹੁਣ ਲਾਉਣੀ ਪੈਣੀ ਸੀ ਕਿਉਂਕਿ ਘਰਦਿਆਂ ਨੇ ਬਹੁਤ ਔਖਾ ਹੋ ਕੇ ਮੈਨੂੰ ਭੇਜਿਆ ਸੀ ਦਿਲ ਤਾਂ ਕਰਦਾ ਸੀ ਕਿ ਮੈਂ ਵਾਪਸ ਚਲ ਜਾਂ ਪਰ ਜੇ ਮੈਂ ਪਿੰਡ ਵਾਪਸ ਚਲਾ ਜਾਂਦਾ ਤਾਂ ਲੈਣਦਾਰਾਂ ਨੇ ਗੇੜੇ ਮਾਰ ਮਾਰ ਕੇ ਬਾਪੂ ਦਾ ਜਿਉਣਾ ਔਖਾ ਕਰ ਦੇਣਾ ਸੀ ਬੈਗ ਤੇ ਇਹਦਾ ਵੀ ਖੋਲਿਆ 30 ਲੱਖ ਵਾਲੇ ਦਾ ਮੈਂ ਤੈਨੂੰ ਬੜਾ ਕਿਹਾ ਵੀ ਜ਼ਰੂਰੀ ਸਮਾਨ ਜਾ ਕੇ ਲੈ ਆਈਏ ਪਰ ਇਹ ਕਿੱਥੇ ਗਿਆ ਮੇਰੇ ਨਾਲ ਚਵਲ ਇਹਨੇ ਵੀ ਸਾਡੇ ਨਾਲ ਜਾਣਾ ਹੋਰ ਕਿਹੜਾ ਆਪਣਾ ਗਵਾਚਿਆ ਭਰਾ ਲੱਭਣਾ ਹੀ ਨਾਲ ਹੀ ਜਾਏਗੀ ਪੜ੍ਹੀ ਲਿਖੀ ਕੁੜੀ ਲੱਗਦੀ ਹੈ ਇਹਨੂੰ ਪੁੱਛ ਖਾਂ ਅਮਰੀਕਾ ਦਾ ਪੁੱਛਣ ਦੇ ਹੈਲੋ ਰਾਮ ਕੌਣ ਕੀ ਕਿਹਾ ਸੋ ਗਾਲ ਕੱਢੀ ਸੋ ਤੈਨੂੰ ਗਾਲਾਂ ਕੱਢਣ ਵਾਲੀ ਲੱਗਦੀ ਹੋ ਗਾਲ ਕੱਢੀ ਸੋ ਮੈਂ ਕਰਦਾ ਗੱਲ ਵੇਅਰ ਯੂ ਫਰੋਮ ਬੇਹਕੋਫ ਸਾਹਿਬ ਵੇਰਾਮ ਕੌਣ ਲੱਗਦਾ ਗਾਲ ਹੀ ਕੱਢੀ ਸੋ ਮੈਂ ਗੱਲ ਕਰਦਾ ਹੁਣ ਤੇ ਗਾਲ ਕੱਢੀ ਨਾ ਤੈਨੂੰ ਠੁੱਡੇ ਮਾਰੇਗੀ ਚਲੋ ਰਹਿਣ ਦਿੰਦੇ ਓਏ ਸੁਣਦੀ ਪਈ ਜੇ ਅਮਰੀਕਾ ਪਹੁੰਚ ਕੇ ਸਭ ਤੋਂ ਪਹਿਲੇ ਇਹਨੇ ਸਾਡੇ ਤੇ ਕੇਸ ਕਰਾਉਣਾ ਯਾਰ ਅਮਰੀਕਾ ਪਹੁੰਚਣਾ ਕਦੋਂ ਹੈ ਇਹ ਇੱਕ ਨਹਿਰ ਹੈ ਇਹ ਤੂਫਾਨ ਰੌਲਾ ਮਕਾਨ ਅੱਛਾ ਤੈਨੂੰ ਅਜੇ ਵੀ ਲੱਗਦਾ ਵੀ ਆਹ ਨਹਿਰ ਦੇ ਪਰਲੇ ਪਾਸੇ ਅਮਰੀਕਾ ਹੈ ਉਹ ਕਿੰਨੇ ਜੰਗਲ ਟੱਪਣੇ ਪੈਣੇ ਨੇ ਕਿੰਨੇ ਮੁਲਕ ਟੱਪਣੇ ਪੈਣੇ ਨੇ ਫੇਰ ਅਮਰੀਕਾ ਆਉਣਾ ਅੰਨੀ ਦਿਆ ਅੱਜ ਪਹਿਲੀ ਵਾਰੀ ਨੇ ਮੇਰੀ ਬੇਇੱਜ਼ਤੀ ਕੀਤੀ ਆਦਤ ਪਾ ਲੈ ਹੁਣ ਰੋਜ਼ ਹੋਣੀ ਹੂੰ ਚਲੋ ਬੇਇੱਜ਼ਤੀ ਬੁਇੱਜ਼ਤੀ ਕਰਾਉਂਦੇ ਵੀ ਅਮਰੀਕਾ ਪਹੁੰਚੇ ਤੇ ਬੜੀ ਗੱਲ ਹੈ ਸਭ ਠੀਕ ਆ ਅੱਛਾ ਮੇਰੀ ਗੱਲ ਸੁਣੋ ਮੈਂ ਕੀ ਕਹਿ ਰਿਹਾ ਮੈਂ ਪਹੁੰਚ ਗਿਆ ਬਸ ਥੋੜਾ ਲੱਗ ਗਿਆ ਟੈਨਸ਼ਨ ਨਹੀਂ ਲੈਣੀ ਕੰਮ ਤੇ ਲੱਗ ਗਿਆ ਮਾਸ਼ਾਅੱਲਾ ਅਮਰੀਕਾ ਪਹੁੰਚ ਕੇ ਨਾ ਹੀ ਦੁਕਾਨ ਬਣਾਏਗਾ ਓਕੇ ਹੈਲੋ ਓਏ ਇੱਧਰ ਸਾਨੂੰ ਵਹਾ ਓ ਯਾਰ ਤੁਸੀਂ ਆਫਿਸ ਜਾਣਾ ਹੈਲੋ
मम्मी मम्मी वीरे दा फोन आया है। अच्छा हाँ पम्मे। हाँ बेबे सत श्रीकाल। सत श्रीकाल पुत जींदा रहे। कदों कुन पहुंचना? बस दो तीन दिन लगनगे फिर मैक्सिको एंटर हो जाना। अच्छा चल कोई गल नहीं पुत अपना ध्यान रखी। आ फोन खोई जांदियां ले वड्डी ना गल कर। ਕਿਵੇਂ ਮਾਣੋ? ਮੈਂ ਤਾਂ ਠੀਕ ਹੈ ਵੀਰੇ, ਤੂੰ ਬਸ ਬਾਪੂ ਨੂੰ ਫੋਨ ਫਾਨ ਕਰ ਲਿਆ ਕਰ, ਮੈਨੂੰ ਤੇ ਛੋਟੀ ਨੂੰ ਤੇਰੇ ਫੋਨ ਬਾਰੇ ਪੁੱਛਦਾ ਰਹਿੰਦਾ। ਕਿਵੇਂ ਬਾਪੂ? ਤੇਰੇ ਜਾਣ ਤੋਂ ਬਾਅਦ ਨਾ ਚੁੱਪ ਚੁੱਪ ਜਾ ਰਹਿੰਦਾ। ਬਾਪੂ ਤੂੰ ਸਵੇਰੇ 4 ਵਜੇ ਉੱਠ ਕੇ ਬਾਂਗਾਂ ਦੇਣ ਲੱਗ ਪੈਂਦਾ, ਇਹ ਕਰਨ ਤੋਂ ਚੁੱਪ ਰਹਿਣ ਲੱਗ ਪਿਆ। ਅੱਛਾ ਤੇਰੀ ਬਾਪੂ ਦੇ ਨਾਲ ਗੱਲ ਕਰਾਉਣੀ ਆ। ਹਾਂ ਕਰਾ ਕਰਾ ਕਰਾ। ਬਾਪੂ ਵੀਰੇ ਦਾ ਫੋਨ ਹੈ। ਹਾਂ ਬੰਮਿਆ। ਹਾਂ ਬਾਪੂ ਮੱਥਾ ਟੇਕਦਾ। ਕਿਵੇਂ ਤੂੰ? ਠੀਕ ਹੈ? ਤੂੰ ਦੱਸ ਕਿਵੇਂ ਆ? ਮੈਂ ਤਾਂ ਠੀਕ ਹਾਂ। ਹਾਂ ਮੈਂ ਬਸ ਨਿਕਲ ਨਹੀਂ ਲੱਗਿਆ ਸਾ, ਮੈਂ ਕਿਹਾ ਇੱਕ ਵਾਰੀ ਫੋਨ ਕਰਕੇ ਦੱਸਦਾ ਉਹ ਕਈ ਵਾਰੀ ਰਾਹ 'ਚ ਨੈਟਵਰਕ ਰਹਿੰਦਾ ਹੁੰਦਾ, ਫਿਰ ਉਹ ਗੱਲ ਕਰੀ ਹੋਵੇ ਕਿ ਨਾ। ਚੱਲ ਚੰਗਾ ਕੀਤਾ। ਹੋਰ ਰੋਟੀ ਪਾਣੀ ਠੀਕ ਠਾਕ ਮਿਲ ਜਾਂਦਾ? ਹਾਂ ਬਾਪੂ ਸਭ ਚੜ੍ਹਦੀ ਕਲਾ, ਸਭ ਕੁਝ ਮਿਲ ਜਾਂਦਾ ਵੇਲੇ ਸਿਰ। ਚੱਲ ਵਧੀਆ ਗੱਲ। ਠੀਕ ਨਹੀਂ? ਠੀਕ ਹੈ ਠੀਕ ਹੈ ਬਾਪੂ, ਮੱਥਾ ਟੇਕਦਾ, ਧਿਆਨ ਰੱਖਿਓ। ਚੱਲ ਠੀਕ ਹੈ, ਧਿਆਨ ਨਾ ਜਾਈ। ਉਹ ਡਰੈਗ ਫਲਾਈਟ ਆ ਜਾ, ਬੂਟ ਪਾ ਲੈ, ਜਹਾਜ਼ ਵਿੱਚ ਬਹੁਤ ਤੁਰਨਾ ਪੈਣਾ ਵੀਰ ਨੂੰ। ਕਮ ਆਨ ਕਮ ਆਨ ਕਮ ਆਨ, ਲੈਟਸ ਗੋ, ਲੈਟਸ ਮੂਵ ਇਟ। ਉਹ ਇਹਨਾਂ ਚੀਜ਼ਾਂ ਦੇ ਪੈਸੇ ਦੇਣੇ ਪੈਣਗੇ। ਹੋਰ ਤੇਰੀ ਭੂਆ ਦੇ ਮੁੰਡੇ ਆ। ਵਨ ਬੋਟਲ ਵਾਟਰ $10। ਮੇਰੇ ਗੱਲ ਸਾਰੀਆਂ ਦੇ ਸਮਝ ਗਿਆ। ਵਨ ਵਨ ਵਾਟਰ ਬੋਟਲ ਵਨ। ਆਈ ਸੈਡ $10। $10 ਮੈਂ ਅੰਗਰੇਜ਼ੀ ਦੀ ਬੋਤਲ ਮੰਗ ਲਈ ਇਹ ਤੋਂ, ਸਾਡੇ ਵਾਲੇ ਤੇ 500-600 ਬਣ ਗਏ ਯਾਰ। ਸਾਡੀ ਸਾਈਡ ਤੇ 1200 ਬਣ ਗਿਆ ਸਿੱਧਾ। ਮੈਂ ਕਹਿੰਦਾ ਖਾਲੀ ਬੋਤਲਾਂ ਕਿਤੇ ਨਲਕੇ ਤੋਂ ਨਾ ਭਰ ਲਈਏ। ਮਜਬੂਰੀ ਏ, ਉਹਨੂੰ ਪਤਾ ਰਾਹ ਚੋਂ ਕੁਛ ਨਹੀਂ ਲੱਭਣਾ, ਇਹ ਚੀਜ਼ਾਂ ਲੈਣੀਆਂ ਪੈਣੀਆਂ ਨੇ। ਔਰ ਰਾਹ ਰਹਿ ਕਿਤਨਾ ਗਿਆ, ਬੜੇ ਜੰਗਲ ਟੱਪਣੇ ਪੈਣੇ ਨੇ, ਬੜੇ ਮੁਲਕ ਟੱਪਣੇ ਪੈਣੇ ਨੇ, ਫਿਰ ਜਾ ਕੇ ਅਮਰੀਕਾ ਆਉਣਾ। ਅੰਨੀ ਦਿਆ ਕਿਉਂ ਭਾਜੀ? ਜੀ ਭਾਜੀ ਯਾਰ, ਆ ਬੂਟ ਲੈਣੇ ਜ਼ਰੂਰੀ ਨੇ। ਬਿਲਕੁਲ ਜ਼ਰੂਰੀ ਨੇ, ਕਿਉਂਕਿ ਜਿਹੜੇ ਜੰਗਲਾਂ 'ਚ ਆਪਾਂ ਲੰਘਣਾ ਨਾ, ਉੱਥੇ ਸੱਪ ਲੜ ਜਾਂਦੇ ਨੇ। ਅੱਜ ਮੈਨੂੰ ਗੁੱਸਾ ਆਉਣ ਡਿਆ ਉਸ ਡੰਕਰ ਤੇ, ਜਿੰਨੇ ਤੇਰੀਆਂ ਐਨਕਾਂ ਖੋਈਆਂ ਨੇ। ਅਮਰੀਕਾ ਜਾ ਕੇ ਪਹਿਲੇ ਤੈਨੂੰ ਐਨਕ ਲੈ ਕੇ ਦੇਣੀ, ਬਾਅਦ 'ਚ ਬੌਂਡ ਭਰਨਾ। ਯਾਰ ਮੈਂ ਨਾ ਥੋੜ੍ਹਾ ਸਮਾਨ ਲੈਣ ਵਾਲੀ, ਕਿੰਨਾ ਖਾ ਲਾਂਗੇ ਕਿਤੇ ਰਾਹ 'ਚ। ਸਹੀ ਗੱਲ ਹੈ। ਬੂਟ ਬੂਟ ਵਾਟ ਸਾਈਜ਼? ਮੀਡੀਅਮ। ਪਜਾਮਾ ਲੈਣ ਲੱਗਾ, ਨੰਬਰ ਦੱਸ। ਦਸ ਨੰਬਰ। ਟੈਨ 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 ਨਾਈਨ ਸੈਵਨ ਸੈਵਨ ਏਟ ਨਾਈਨ ਟੈਨ। ਰਾਤ ਵਾਲੀ ਕੁੜੀ ਨੇ ਆਪਣੇ ਨਾਲ ਨੀ ਆਣਾ, ਦਿਸਦੀ ਨੀ ਪਈ ਕਿਤੇ, ਅੰਦਰ ਵੀ ਨੀ ਸੀ। ਬਾਜੀ ਤੇ ਕੋਨੀ ਏ। ਚਲੋ ਕੋਈ ਗੱਲ ਨਹੀਂ, ਅਮਰੀਕਾ ਕਿਹੜਾ ਨੇੜੇ, ਪਹੁੰਚਦਾ ਪਹੁੰਚਦਾ ਬਾਜੀ ਦੇ ਵਾਲ ਇੱਥੋਂ ਤੱਕ ਆ ਜਾਣੇ ਨੇ। ਨਾ ਕਰੋ ਯਾਰ, ਉਹ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਆਈ ਹੈ। ਹਰੀ ਅਪ ਹਰੀ ਅਪ, ਮੂਵ ਮੂਵ ਮੂਵ, ਕਮ ਆਨ। ਚਲੋ 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 ਚਲ ਆ ਜਾ ਆ ਜਾ। ਚਲੋ ਫੇਰ। ਵੇਟ ਵੇਟ, ਯੂ ਦੇਰ, ਹਰੀ ਅਪ। ਨੋ ਯੂ ਦਿਸ ਵੇ। ਓਕੇ ਦਿਸ ਵੇ, ਹਰੀ ਅਪ, ਕਮ ਆਨ, ਮੈਨੂੰ ਚੁੱਕੋ, ਕਮ ਆਨ, ਗੈਟ ਆਨ। ਆ ਜਾ ਉਤਰੇ। Hey, stop. You, go there. You, here. No, you wait. No, go there. ਦਾਣਿਆਂ ਖਾਤਰ ਆਲਣਿਆਂ ਤੋਂ ਦੂਰ ਗਏ, ਰਾਜੀ ਵਸਣ ਤੇ ਕਿਰਤਾਂ ਨੂੰ ਬੂਰ ਪਵੇ। ਜੋ ਦਾਣਿਆਂ ਖਾਤਰ ਆਲਣਿਆਂ ਤੋਂ ਦੂਰ ਗਏ, ਰਾਜੀ ਵਸਣ ਤੇ ਕਿਰਤਾਂ ਨੂੰ ਬੂਰ ਪਵੇ। ਲੰਮੜੇ ਰਾਹੀਂ ਤੁਰ ਗਏ ਪੁੱਤਰ ਮਾਵਾਂ ਦੇ, ਰੱਬ ਰਖਵਾਲਾ ਸਭ ਦਾ ਪੈਰੋ ਪੈਰ ਹੋਵੇ। ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ, ਪਲੀ ਕਰੇ ਕਰਤਾਰ ਸ
ਸਭ ਦੀ ਖੈਰ ਹੋਵੇ। ਹੱਥੀ ਲਾਇਆ ਰੁੱਖ ਕਿਸੇ ਦਾ ਸੁੱਕੇ ਨਾ, ਬੱਚਿਆਂ ਵਾਲੇ ਘਰੋਂ ਲਵੇਰਾ ਮੁੱਕੇ ਨਾ, ਫਿਕਰਾਂ ਵਾਲਾ ਬੋਝ ਕਿਸੇ ਤੇ ਹੋਵੇ ਨਾ, ਸ਼ੁਕਰਾਂ ਦੀ ਅਰਦਾਸੀ ਇੱਠੇ ਪੈਰ ਹੋਵੇ। ਭਲੀ ਕਰੇ ਕਰਤਾਰ, ਭਲੀ ਕਰੇ ਕਰਤਾਰ, ਸਭ ਦੀ ਖੈਰ ਹੋਵੇ। ਚਲੋ ਭਾਵੇਂ ਪਾਸਪੋਰਟ ਦਾ ਕਰ ਛੱਡ ਚੱਲਿਆ। ਓਏ ਹੋਏ, ਉਹ ਤੇਰੇ ਬਿਨਾਂ ਮੈਂ ਕਾਹਦੇ ਜੋਗਾ ਯਾਰ। ਆ ਵੀ ਆ, ਗੱਡੀ ਤਾਂ ਖੜੀ ਆ ਯਾਰ। ਮਾਮਾ ਵੀ ਆ ਗਿਆ। ਕੋਈ ਨੀ ਪੁੱਤ, ਮੋਹ ਕਰਦਾ। ਚਲੋ ਆ ਜਾਓ। ਲੈ ਬੜੇ ਟਾਈਮ ਨਾਲ ਆਏ, ਭਾਂਡੇ ਦਾ ਮਾਮਾ ਨਿਕਲ ਚੱਲਿਆ ਸੀ। ਮਾਮੀ ਮੰਦਰ ਹੈ। ਅੱਛਾ, ਮਾਮਾ ਮਾਮੀ ਦੇਖ ਗਏ, ਵੱਡਾ ਵੀਰਾ ਤਾਂ ਨਹੀਂ ਦੇਖਿਆ? ਸੌਰੀ ਵੀਰੇ ਯਾਰ, ਵੱਡਾ ਭਾਈ ਤਾਂ ਮੈਨੂੰ ਦੂਜੇ ਪਿੰਡ ਦੇਖ ਜਾਂਦਾ। ਹੋਰ ਵੀਰੇ, ਭੂਆ ਫੁੱਪਾ ਠੀਕ ਨੇ? ਹਾਂ ਠੀਕ ਨੇ। ਫਲੈਟ ਕਿੰਨੇ ਵਜੇ ਤੇਰੀ? ਫਲੈਟ ਤਾਂ ਵੀਰੇ ਸਮਾਂ ਦੀ 9:30 ਦੀ ਯਾਰ, ਮੈਂ ਲੇਟ ਹੋ ਗਿਆ, ਮੈਂ ਕਹਿੰਦਾ ਨਿਕਲਦੇ ਆ। ਅੱਛਾ, ਯਾ ਚ ਡੇਰੀ ਡੂਰੀ ਨਾ, ਜੇ ਉਲਟੀ ਉਲਟੀ ਆਵੇ ਨਾ ਤਾਂ ਡਰਾਈਵਰ ਨੂੰ ਕਹਿ ਦੀ ਆਪੇ ਰੋਕੇ ਕਰਾ ਦੂੰਗਾ। ਠੀਕ, ਤੇਰਾ ਨਾਮ ਵੀ ਲੈ ਦੂੰਗਾ ਵੀ ਹੌਲੀ ਹੌਲੀ ਚੱਲ, ਮੈਨੂੰ ਕੋਈ ਕਾਹਲੀ ਨੀ। ਲੈ ਦੀ, ਸ਼ਾਇਦ ਜਾਣਦਾ ਹੋਵੇ, ਬਥੇਰਾ ਚਿਰ ਰੇਲਵੇ ਚ ਨੌਕਰੀ ਕੀਤੀ ਆ। ਲੈ ਯਾਰ, ਲੈ ਹੋ ਗਈ ਰੇਲ ਕ੍ਰੋਸਿੰਗ। ਜੀਜਾ ਸਤਿ ਸ੍ਰੀ ਅਕਾਲ। ਮਿਲ ਲਓ। ਸਤਿ ਸ੍ਰੀ ਅਕਾਲ ਭੈਣ। ਸਤਿ ਸ੍ਰੀ ਅਕਾਲ ਯਾਰ, ਵਿੱਚ ਬੈਠੋ ਸਾਰੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਾਲ ਜਾਵਾਂਗੇ ਨਾ? ਨਾਲ ਜਾਣ ਨੂੰ ਰੈਲੀ ਤੇ ਚੱਲਿਆ, 에ਅਰਪੋਰਟ ਤੇ ਜਾਣਾ ਆ। ਮੇਨ ਮੇਨ ਬੰਦੇ ਜਾਣਗੇ ਉੱਥੇ। ਚੱਲ ਜਿੰਦਰ। ਮੈਂ ਨਹੀਂ ਜਾਣਾ, ਤੁਸੀਂ ਜਾਓ। ਜੀਜਾ ਤੂੰ ਵੀ ਇੱਥੇ ਰਹਿ ਯਾਰ, ਉਹਨੇ ਰੋਣਾ ਪਿੱਛੋਂ। ਉਹ ਬੰਮਿਆ, ਉੱਥੇ ਜਾ ਕੇ ਤਿੰਨਾਂ ਕੈਮਰਿਆਂ ਵਾਲਾ ਫੋਨ ਭੇਜ ਦੀ, ਗੋਲਡ ਕਲਰ ਦਾ। ਯਾਰ ਪਹਿਲਾਂ ਜਾ ਤੇ ਲੈਣ ਦੋ। ਓਏ ਤੂੰ ਮੇਰੀ ਗੱਲ ਸੁਣ, ਆਹ ਨਾ ਛੋਟੀ ਜਿਹੀ ਲਿਸਟ ਹੈ, ਆ ਸਮਾਨ ਭੇਜੀ ਮੈਂ ਉਹਨੂੰ। ਫੋਟੋ ਹੀ ਖਿੱਚ ਲੈਂਦਾ। ਫੋਟੋ ਯਾਰ, ਆ ਜੂਗੀ ਫੋਟੋ 'ਚ। ਹੋ ਗਈ ਸਕੈਨ ਅਕਸਰ ਪਾਣ ਜਾ ਕੀ ਦਾ, ਮੇਰੇ ਤੇ ਦਿਮਾਗ ਗਿਆ। ਚੱਲ ਓ ਯਾਰ, ਚਲੋ ਯਾਰ। ਲੱਗੀ ਨਜ਼ਰ ਕਾਵਾਂ ਦੀ, ਲੱਗੀ ਨਜ਼ਰ ਕਾਵਾਂ ਦੀ, ਭੁੱਖੇ ਢਿੱਡ ਪੁੱਤ ਸੌ ਗਏ, ਭੁੱਖੇ ਢਿੱਡ ਪੁੱਤ ਸੌ ਗਏ, ਰੂਹ ਕੰਬਦੀ ਰਹੀ ਮਾਵਾਂ ਦੀ, ਰੂਹ ਕੰਬਦੀ ਰਹੀ ਮਾਵਾਂ ਦੀ, ਰੂਹ ਛਾਵਾਂ ਵੰਡਦਾ ਏ ਬੋੜ ਕੋਈ, ਛਾਵਾਂ ਵੰਡਦਾ ਏ ਬੋੜ ਕੋਈ, ਬਾਪੂ ਤੇਰੇ ਕੋਲ ਹੁੰਦਿਆਂ, ਬਾਪੂ ਤੇਰੇ ਕੋਲ ਹੁੰਦਿਆਂ, ਨਾ ਜਾਪੀ ਰੱਬ ਦੀ ਵੀ ਲੋੜ ਕੋਈ, ਨਾ ਜਾਪੀ ਰੱਬ ਦੀ ਵੀ ਲੋੜ ਕੋਈ, ਨਾ ਜਾਪੀ ਰੱਬ
हां जी सत श्री अकाल दोस्तों, डोंकी लग रही है, जंगलां च बैठे हैं, बारिश होके हटी है, देखो पिछे किन्ने बंदे हाल ने। आ मेरा वीर हरियाणवी भरा मेरा, की कहना चाहेंगे भरा? राम राम सारे भाइया ने। यार उरे दो दिन हो गए जंगल में पड़े, ना रोटी मिल रही ना कुछ। अगर हमारी वीडियो देखे या रोटी पहुंचा दो, सारा बहुत बहुत धन्यवाद। ठीक है ठीक है। ओ मेरा वीर पिछे जलंधर गया भरा मेरा बैठा पम्मा, इनू एजेंट ने कहा ही भी तेरी डायरेक्ट फ्लाइट है, एदी फ्लाइट इत्थे लैंड होगी, की कहेगा भरा? एजेंट कितने मैनू मिल जाए सही, बहुत खज्जल हो रहा है एजेंटा दे आखे ना लगे हो जी, दो दिन तो इत ही बैठे हैं, इत ही दरख्तों दुख्तों के खलो के कपड़े बदलते पाए हैं, कद कुछ कद कुछ। आ वेखो जी दरख्त ते इंज बैठा जिवें टार दिन हुंदा, हाथ च ब्रेड फड़ी, एदा नां है जी गुड्डू, एदा नां दी तूती बोलदी सी, हुण की बोलिया? हुण ते पी बोल गई, दो दिन हो गए है सारा खाना पीना मुक गया, ए ब्रेड बची है, ए हुण पता नहीं मैं गारे ना ला के खानी। खा सकना तू? ओ वीरो मैं तुहानू दसा डोंकी दे चक्कर च ना पैना, जिथे हैगे हो उथे ही रवो जी। आजा आजा इधर लाया, लो जी कारगल करान लगे। सलाम अलैकुम मां जी, वीडियो बना रहा, एदा नां है जी वकार, ए आया पाकिस्तान तो, ते रिश्तेदारां दे चक्कर च खज्जल हो रहा, उहनां च बुगरी मार बैठा वी मैं अमरीका चलिया, ते वेखो दोस्तो बिल्कुल डोंकी नहीं लवानी, ए खच दी खच्चां ने दो दिन ते छड गए ने, खोती दा बचा आ पता नहीं कित्थे चला गया, वापस नहीं आया। इहदिया मैं तुहानू इक होर फिराव खाना, बकवास ना कर। ठीक हो गया लाओ जी मित्रो, ओ मेरा वीर पिछे बैठा अंबरसरिया फाजिलका तो भरा मेरा, ते मैं ताडा अपना जहरी पनामा दे जंगला तो। यार वीडियो बंद हो गई यार। दो दिन हो गए सी जंगल च बैठे, कोई नहीं सी लैन आया, यार पम्मी मैं तो डर लग रहा है। डर तो मैनू भी लग रहा है यार, जिनी रात हो गई है ना मैनू नहीं लगता डोंकर आएंगे। यार मैनू लगता अपन रात ना दरख्तों उत्ते लम्मे पैके कटनी पैनी। मैं कहना टाइम तो बहुत है, दरख्त कट के दो मंजे ना बना दें तुहानू। हाँ तेनू तो काम भी आ। यार वैसे एजेंट बड़े जालम होंदे ने यार, वापस मुड़ नहीं सकदा मैं, नहीं तेनू दस दिंदा मैं जी पाए। एजेंट दे फोन तू मेरे ख्याल माफी मंगण वास्ते कर रहा। हैलो। ओ हैलो। हां जी भाजी पैसे नहीं पहुंचे तेरे? हां जी भाजी होर पैसे? होर पैसे नहीं बकाया, वो ताही अगे पहुंचेगा। ठीक है भाई, कल नु शाम नु बापू नु घाल दूंगा जी। तू आखरी गल पहले करया कर, क्योंकि तेरी सुनता तो है नहीं। तू हसना है ते जैरी पता लगता है बंदा है, नहीं ते स्पीड ब्रेकर ही लगना है सानू। यार पम्मी परेशान लगती है। परेशान है तो डंकी लाउण आई है, नहीं तो अगली सीधी एमिरेट्स ना जाती। ਉਹ ਵੇਖ ਸਾਹਮਣੇ ਮੁੰਡਾ ਨੀ ਬੈਠਾ, ਇਹੋ ਜਿਹਾ ਬੰਦਾ ਥਾਮਲ ਫਿਰ ਮੈਂ ਸਟਾਰਟ ਤੇ ਮਰ ਜਾਂਦਾ। ਜੈਰੀ ਹੱਸਣਾ ਤੇਰੇ ਵਰਗੇ ਹੀਰੋ ਆਪਣੀ ਫਿਲਮ ਵੇਖ ਕੇ ਕਹਿਣਦੇ ਇਹਨੇ ਨਹੀਂ ਜੇ ਚੱਲਣਾ। ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਦੋਨੇ ਜਾਣੇ ਤੁਸੀਂ ਆਪਣੀ ਮਰਜ਼ੀ ਨਾਲ ਅਮਰੀਕਾ ਚੱਲੇ ਹੋ ਕਿ ਤੁਹਾਨੂੰ ਪਿੰਡ ਵਾਲਿਆਂ ਨੇ ਜੁੱਤੀਆਂ ਮਾਰ ਕੇ ਕੱਢਿਆ ਵੀ ਦਵਾ ਹੋ ਜਾਓ? ਭੌਂਕੀ ਜਾਂਦੇ ਨੇ ਭੌਂਕੀ, ਤੂੰ ਮਰਵਾਏਗਾ ਸਾਨੂੰ ਹੌਲੀ ਬੋਲ। पम्मे मैनू लगता फिर लुट्टण वाले आ गए। पासपोर्ट नहीं, मैं लगता डोंकर ने। ओए इमीग्रेशन वाले ने यार, नहीं डोंकर ने। ओ पासपोर्ट दो,
ਪਾਸਪੋਰਟ ਮੰਗਣ ਦੇ ਆਪਣੇ ਫਾਇਦੇ ਵਾਸਤੇ ਹੀ ਆ। ਫਾਇਦਾ ਕਾਹਦਾ? ਜੇ ਕੱਲ ਨੂੰ ਮੈਨੂੰ ਵਾਪਸ ਜਾਣਾ ਪਿਆ ਤੇ ਫੇਰ? ਉਹ ਭਰਾਵਾ ਇਹ ਆਈ ਡੀ ਹੁੰਦੀ ਆ, ਜੇ ਅੱਗੇ ਆਰਮੀ ਵਾਲੇ ਨੇ ਫੜ ਲੈਣਾ ਤੇ ਇਹੋ ਹੀ ਆਈ ਡੀ ਵੇਖ ਕੇ ਸਾਨੂੰ ਆਪਣੇ ਆਪਣੇ ਮੁਲਕਾਂ 'ਚ ਵਾਪਸ ਭੇਜ ਦੇਣਗੇ। ਮੈਂ ਨਹੀਂ ਦੇਣਾ। ਤੂੰ ਛੱਤ 'ਚ ਧਰ ਕੇ ਲੈ ਕੇ ਜਾਣਾ, ਇੱਥੋਂ ਜੰਗਲ 'ਚੋਂ ਤੇਰੀ ਕਿਹੜੀ ਫਲਾਈਟ ਉੱਡਣੀ ਹੋਵੇ? ਫੜਾ ਆਪਣਾ ਪਾਸਪੋਰਟ। ਤੇਰੇ ਕਹਿਣ 'ਤੇ ਦੇ ਰਿਹਾ, ਮੈਂ ਆਪਣੇ ਸਕੇ ਪਿਓ ਨੂੰ ਵੀ ਨਹੀਂ ਸੀ ਦੇਣਾ। ਐਲਾ ਰਿਪੋਰਟ ਹੋ ਜਾਵਾਂਗੇ। ਮੂੰਹ ਚੰਗਾ ਨਹੀਂ, ਗੱਲ ਤੇ ਚੰਗੀ ਕਰ। Anybody else? Passports. ഞാൻ പാസ്പോർട്ട് കൊടുത്തു, എന്റെ പാസ്പോർട്ട് ഇല്ല. ഹലോ, ഓദാ കിസനെ പാസ്പോർട്ട് ഹി ത്രൂട്ടാ. Any ID? പാസ്പോർട്ട് ਦਿੰਦੇ ਹੀ ਅਸੀਂ ਵਾਪਸ ਜਾਂਦੇ ਸਾਰੇ ਰਾਹ ਬੰਦ ਕਰ ਲਏ ਸੀ। ਆਪਣੇ ਫਾਇਦੇ ਵਾਸਤੇ ਹੀ ਆ? ਨਹੀਂ ਹੈ। ਤੇ ਜਿਹੜਾ ਰਾਹ ਬਚਿਆ ਸੀ ਉਹ ਸਿਰਫ ਡੌਂਕਰਾਂ ਨੂੰ ਪਤਾ ਸੀ। Okay, let's go. Come on, let's go. ਕਹਿੰਦੇ ਦੁਨੀਆਂ ਦੇ ਸਭ ਤੋਂ ਖਤਰਨਾਕ ਜੰਗਲ ਪਨਾਮਾ ਦੇ ਹੈ। ਇੱਥੇ ਇਕੱਲੇ ਜਾਨਵਰ ਹੀ ਨਹੀਂ, ਦਰਖਤ ਵੀ ਜ਼ਹਿਰੀਲੇ ਹੈ ਤੇ ਉੱਥੋਂ ਪੈਰ ਪੈਰ ਤੇ ਮਾਫੀਆ ਦਾ ਖਤਰਾ। ਜੇ ਮਾਫੀਆ ਤੋਂ ਬਚ ਗਏ ਤੇ ਆਰਮੀ ਦੀ ਗੋਲੀ ਦਾ ਡਰ। ਕੁੱਲ ਮਿਲਾ ਕੇ ਇਸ ਪਨਾਮਾ ਦੇ ਜੰਗਲ ਚੋਂ ਨਿਕਲਣਾ ਇੱਕ ਨਵਾਂ ਜਨਮ ਲੈਣ ਬਰਾਬਰ ਸੀ। ਚੱਲ ਅੰਨਾ ਹੋ ਗਿਆ ਤੇ ਅਮਰੀਕਾ ਜਾ ਕੇ ਮੰਗਣ ਲੱਗ ਪਈ। ਯਾਰ ਸਭ ਨੂੰ ਪਤਾ ਵੀ ਆ ਜੰਗਲਾਂ 'ਚ ਡੌਂਕੀ ਲੱਗਦੀ ਹੈ, ਇੱਥੇ ਪੁਲਿਸ ਪਾਲਸ ਕਿਉਂ ਨਹੀਂ ਫੜਦੀ? ਤੂੰ ਫੜਵਾਏਗਾ, ਹੌਲੀ ਬੋਲ, ਇੱਥੇ ਆਰਮੀ ਵੀ ਹੁੰਦੀ। ਤੁਰੇ ਆਓ ਯਾਰ, ਦੋਵਾਂ ਦਿਨਾਂ ਦਾ ਸਫ਼ਰ ਇੱਕੋ ਦਿਨ 'ਚ ਕੱਢਣਾ ਆਪਾਂ। ਮੈਂ ਸੁਣਿਆ ਇਹਨਾਂ ਜੰਗਲਾਂ ਦੇ ਜਾਨਵਰ ਪੂਰਾ ਪੂਰਾ ਬੰਦਾ ਚੁੱਕ ਕੇ ਲੈ ਜਾਂਦੇ। ਆ ਜਿਹੜਾ ਪਿੱਛੇ ਹੁੰਦਾ ਤੇ ਅੱਗੇ ਵਾਲੇ ਦੇ ਸਭ ਤੋਂ ਪਹਿਲਾਂ ਆਰਮੀ ਗੋਲੀ ਮਾਰ ਦਈਏ। ਸਭ ਤੋਂ ਬਹੁਤਾ ਖੋਤੇ ਟੁਰਦੇ ਨੇ, ਅਸੀਂ ਖੋਤਿਆਂ ਨਾਲ ਵੀ ਵੱਢ ਟੁਰ ਲਿਆ। ਤੇਰੇ ਕੋਲ ਹੋਰ ਕੋਈ ਮਿਸਾਲ ਨਹੀਂ ਸੀ? ਮੈਨੂੰ ਪਤਾ ਸੀ ਖੋਤਾ ਬੋਲੇਗਾ। ਚੁੱਪ ਕਰੋ ਖੋਤਿਓ। ਹਾਂ ਨਮਲ ਇਵੜੇ ਤੇਲੋ। ਮਿਸਟਰ ਡੌਂਕਰ ਵੀ ਥੋੜਾ ਬਹਿ ਸਕਦੇ ਹੈ? ਇਹ ਜਿੰਨਾ ਮੈਂ ਜੰਗਲ ਫਿਰ ਲਿਆ ਨਾ, ਅਗਲੇ ਜਨਮ 'ਚ ਮੈਂ ਬਾਂਦਰ ਪੈਦਾ ਹੋਵਾਂਗਾ। ਤੇ ਹੁਣ ਕੀ ਹੈ ਪੁੱਤਰ? ਹੁਣ ਲੰਗੂਰ ਏ ਯਾਰ। ਮੈਂ ਕਹਿੰਦਾ ਵਾਪਸ ਚਲੀ, ਫਿਰ ਆ ਜਾਵਾਂਗੇ। ਫਿਰ ਕਿਹੜਾ ਕੁੱਛੜ ਚੁੱਕ ਕੇ ਲੈ ਆਉਣਗੇ, ਤੁਰਨਾ ਹੀ ਪੈਣਾ। ਯਾਰ ਮੇਰੇ ਕੋਲ ਤਾਂ ਨਹੀਂ ਤੁਰਿਆ ਜਾ ਰਿਹਾ, ਮੈਂ ਇੱਥੇ ਬਹਿਣ ਲੱਗਾ। ਜੇ ਬਹਿ ਜਾਓ ਯਾਰ। ਲੈਟਸ ਗੋ। ਉਹ ਕੀ ਗੋ, ਤੈਨੂੰ ਤੇ ਆਦਤ ਟੁਰਨ ਦੀ। ਬਹਿ ਜਾਓ ਯਾਰ। ਯਾਰ ਸਾਰੀ ਉਮਰ ਬੈਠੇ ਹੀ ਰਹੇ ਹੋ, ਤੁਰ ਪੋ। ਆਹ ਤੇ ਅਮਰੀਕਾ ਰਹਿ ਗਿਆ ਯਾਰ। ਹਾਂ ਮੈਨੂੰ ਨਜ਼ਰ ਆ ਰਿਹਾ, ਤੂੰ ਜਾ ਕੇ ਸੈੱਟ ਹੋ, ਮੈਂ ਆ ਜਾਵਾਂਗਾ। ਤੁਰ ਪੈ, ਲੈਟਸ ਗੋ। ਕਮ ਆਨ, ਆ ਜਾ, ਮੈਂ ਤੈਨੂੰ ਕਹਿੰਦਾ ਰਹਿ ਪੈਂਗਾ। ਉਹ ਪਿੱਛੇ ਕੱਲਾ ਰਹਿ ਜਾਏਗਾ। ਆ ਜਾ, ਹਨੇਰਾ ਹੋਣ ਵਾਲਾ ਹੀ। ਉਹ ਸਹੀ ਕਹਿ ਰਿਹਾ, ਆ ਜਾ। ਉਹ ਕਿੱਥੇ ਠਹਿਰੋ, ਮੈਂ ਆਉਣਾ। ਛੱਡ ਹੀ ਗਿਆ ਨੇ ਮੈਨੂੰ। ਤੁਰਦੇ ਤੁਰਦੇ ਰਾਤ ਪੈਣ ਵਾਲੀ ਹੋ ਗਈ ਸੀ। ਸਾਨੂੰ ਸਾਡੇ ਨਾਲ ਦਾ ਗਰੁੱਪ ਮਿਲਿਆ ਜੋ ਟਰਬੋ ਤੋਂ ਸਾਡੇ ਨਾਲ ਤੁਰਿਆ ਸੀ। ਬੰਦੇ ਦੇ ਚਿਹਰੇ ਤੇ ਇੱਕ ਮਜਬੂਰੀ ਦਿਸਦੀ ਸੀ। ਪਰ ਮੈਂ ਉਸ ਕੁੜੀ ਦੀ ਮਜਬੂਰੀ ਜਾਣਨਾ ਚਾਹੁੰਦਾ ਸੀ। ਚੁੱਪ ਕੀਤੀ ਕੁੜੀ ਦੇ ਚਿਹਰੇ ਤੇ ਅਲੱਗ ਜਿਹੀ ਪਰੇਸ਼ਾਨੀ ਸੀ। ਬ੍ਰਦਰ, ਹੈਲੋ, ਯੂ ਨੋ ਹਰ? ਯਾ, ਆਈ ਨੋ ਹਰ, ਮੀ ਹਰ ਫਰੋਮ ਸੇਮ ਵਿਲੇਜ। ਓਕੇ, why is she going? She doesn't have no parents. Her parents dead and she has to look after her four sisters. That's why she has to go. Let's go. Hurry up. یا
You need to stay here. We go and come back. No speak and no fire. Remember, mafia around. ਉਹ ਮੇਰਾ ਵੀਰ ਬੈਟਰੀ ਬੂਟਰੀ ਦੇ ਜਾਂਦੇ ਬੰਦੇ ਨੇ ਪਿਸ਼ਾਬ ਸ਼ੂ ਵੀ ਕਰ ਜਾਣਾ ਹੁੰਦਾ ਇਹ ਕੀ ਕਹਿ ਰਿਹਾ ਬਹਿਣ ਦਾ ਕਹਿ ਨੇ ਉਹ ਅੱਲਾ ਤੇਰਾ ਭਲਾ ਕਰੇ ਤੇਰੇ ਬੱਚੇ ਜੀ ਓ ਸ਼ੁਕਰ ਓਏ ਟੁੱਟ ਟੁੱਟ ਕੇ ਤੇ ਸਾਡੇ ਪੈਰ ਵੀ ਜਵਾਬ ਦੇ ਗਏ ਸਨ ਬੈਠ ਜਾ ਯਾਰ ਯਾਰ ਕੁਝ ਖਾ ਨਾ ਲਈਏ ਸਬਰ ਕਰ ਉਹਨੇ ਹੁਣੇ ਵਾਪਸ ਆ ਕੇ ਗੋ ਗੋ ਹੁਣ ਨਹੀਂ ਆਉਂਦੇ ਟੁਰ ਕੇ ਨੇ ਅੱਛਾ ਮੇਰੀ ਗੱਲ ਸੁਣੋ ਇੱਥੇ ਮਾਫੀਆ ਪੈਂਦਾ ਜੀ ਉਹ ਯਾਰ ਪੈ ਜਾਵੇ ਮਾਫੀਆ ਮੇਰੇ ਕੋਲ ਨਹੀਂ ਜਗ੍ਹਾ ਇੱਥੇ ਮੇਰੇ ਨਾਲ ਪਾ ਦੇਈ ਉਹ ਜਿਹੜੇ ਲੁੱਟਾਂ ਖੋਹਾਂ ਕਰਦੇ ਨੇ ਜਿਹੜੇ ਗੋਲੀ ਮਾਰ ਕੇ ਪੈਸੇ ਖੋ ਲੈਂਦੇ ਨੇ ਇਹਨੂੰ ਹਾਲੀ ਮਾਫੀਆ ਪਿਆ ਨਹੀਂ ਨਾ ਤਾਂ ਬੋਲ ਰਿਹਾ ਉੱਥੋਂ ਆਪਣੀਆਂ ਜਰਾਬਾਂ ਲਕਾਲਾ ਜਿਹੜੇ ਤੇ ਕੋਈ $20 ਹੈਗੇ ਉਹਨਾਂ ਨੇ ਉਹ ਵੀ ਖੋਲਣੇ ਨਹੀਂ ਰੈਸਟ ਕਰ ਲਓ ਯਾਰ ਉਹਨੇ ਆ ਕੇ ਸਵੇਰੇ 5 ਵਜੇ ਫਿਰ ਠਾ ਦੇਣਾ ਜੇ ਤੈਨੂੰ ਬੜਾਓ ਟਾਈਮ ਟੇਬਲ ਦੱਸ ਕੇ ਗਏ ਨੇ 5 ਵਜੇ ਠਾ ਦੇਣਾ ਮੈਂ ਨਹੀਂ ਉੱਠਣਾ ਮੈਂ ਘਰ ਵੀ 10-11 ਵਜੇ ਉੱਠਦਾ ਹੁੰਦਾ ਪਿੰਡ ਇਹ ਕਰਦੇ ਨਹੀਂ ਹੈਗੇ ਨਾ ਇਹ ਸੁੱਤੇ ਪੈਣ ਛੱਡ ਜਾਂਦੇ ਨੇ ਗੋਲੀ ਮਾਰ ਕੇ 5:30 ਥਾ ਤੇ ਫਿਰ ਸਰਦਾਰ ਜੀ ਬ੍ਰੈਡ ਗੱਲੇ 4 ਲਿਓ ਆ ਕੇ ਨਹੀਂ ਵੀਰੇ ਥੈਂਕ ਯੂ ਠੀਕ ਹੈ ਭਾਈ ਨਾ ਪੁੱਤ ਨਾ ਮੇਰਾ ਬੱਚਾ ਨਾ ਵਾਹਿਗੁਰੂ ਮਿਹਰ ਕਰੇਗਾ ਭਾਜੀ ਕੀ ਹੋਇਆ ਇਹਨੂੰ ਵੀਰੇ ਥੱਕ ਗਿਆ ਜ਼ਾਹਿਰ ਹੈ ਯਾਰ ਅਸੀਂ ਟੁੱਟ ਟੁੱਟ ਕੇ ਥੱਕ ਗਏ ਉਹ ਤੇ ਫਿਰ ਬੱਚਾ ਨਾ ਬੱਚਾ ਭਾਈ ਤੁਹਾਨੂੰ ਪਤਾ ਸੀ ਵੀ ਰਾਹ 'ਚ ਆ ਸਾਰਾ ਕੁਝ ਹੋਣਾ ਪਤਾ ਤਾਂ ਸੀ ਵੀਰੇ ਆ ਫਿਰ ਵੀ ਬੱਚੇ ਨੂੰ ਨਾਲ ਲੈ ਆਏ ਯਾਰ ਮਜਬੂਰੀਆਂ ਨਾਲੇ ਪਿੱਛੇ ਕਿਹੜਾ ਬੱਚੇ ਦਾ ਕੋਈ ਫਿਊਚਰ ਹੈ ਇਹ ਵੀ ਹੈ ਪੰਮੇ ਉਹ ਕੁਝ ਖਾ ਨਹੀਂ ਰਹੀ ਮੇਰੇ ਖਿਆਲ ਉਹਦੇ ਕੁਝ ਖਾਣ ਨੂੰ ਹੈ ਨਹੀਂ ਉਹਨੂੰ ਭੁੱਖ ਨਹੀਂ ਉਸ ਕੁੜੀ ਦੇ ਮਾਂ ਪਿਓ ਹੈ ਨਹੀਂ ਸੀ ਵਿਚਾਰਿਆਂ ਨੇ ਮਰਨ ਤੋਂ ਪਹਿਲਾਂ ਆਪਣਾ ਸਭ ਕੁਝ ਲਾ ਕੇ ਕੁੜੀ ਦਾ ਅਮਰੀਕਾ ਵਿਆਹ ਕੀਤਾ ਪਰ ਉਹਦੇ ਹਸਬੈਂਡ ਨੇ ਕਿਸੇ ਲਾਲਚ ਆ ਕੇ ਕੁੜੀ ਨੂੰ ਡਿਪੋਰਟ ਕਰਵਾ ਦਿੱਤਾ ਅਫਸੋਸ ਦੀ ਗੱਲ ਉਸ ਕੁੜੀ ਦਾ ਬੱਚਾ ਉੱਥੇ ਸੀ ਅਤੇ ਵਿਚਾਰੀ ਹੁਣ ਉਹਨੂੰ ਮਿਲਣ ਲਈ ਡੌਂਕੀ ਲਾ ਰਹੀ ਸੀ ਗਲਾਸ ਪਾਣੀ ਤੇ ਕੋਸਾ ਕਰਨ ਮੈਂ ਜ਼ਰਾ ਫਰੈਸ਼ ਹੋਣਾ ਯਾਰ ਐਡਾ ਤੂੰ 5-star ਹੋਟਲ ਚ ਨੀ ਬੈਠਾ ਆਪੇ ਕਾਲਾ ਕੋਸਾ ਕਰਨਾ ਓ ਜੈਰੀ ਆ ਜਾ ਉਹਨਾਂ ਨੇ ਛੱਡ ਜਾਣਾ ਹੀ ਆ ਗਿਆ ਆ ਗਿਆ ਓਏ ਆ ਜਾ ਜੈਰੀ ਪੁੱਤਰ ਰਸਤੇ 'ਚ ਕਰ ਲਈ ਬਾਕੀ ਓਏ ਆਹੋ ਰਸਤੇ 'ਚ ਬਿੱਠਾ ਕਰਦਾ ਜਾਈ ਆ ਮੇਰਾ ਬੈਗ ਚੁੱਕ ਲਿਓ ਰੁਕੀ ਯਾਰ ਆ ਤੋ ਆਈ ਆਪਣੀ ਪਾਣੀ ਦੀ ਬੋਤਲ ਦੇ ਯਾਰ ਮੇਰਾ ਪਾਣੀ ਹੈਗਾ ਨਹੀਂ ਤੂੰ ਆ ਦੇ ਜਾਂ ਫਿਰ ਮੈਂ ਨਹੀਂ ਤੂੰ ਆਂਦਾ ਭਰਾ ਨਹੀਂ ਯਾਰ ਨਹੀਂ ਪਨਾਮਾ ਕੈਂਪ ਪਹੁੰਚਣ ਲਈ 3 ਪਹਾੜੀਆਂ ਪਾਰ ਕਰਨੀਆਂ ਪੈਣੀਆਂ ਸੀ ਤੇ ਅੱਜ ਅਸੀਂ ਪਹਿਲੀ ਪਹਾੜੀ ਪਾਰ ਕਰਨ ਲੱਗੇ ਸੀ ਮੁੰਡੇ ਦੱਸਦੇ ਸੀ ਕਿ ਪਹਾੜੀ ਚੜ੍ਹਨ ਲੱਗੇ ਮਾਫੀਆ ਬਹੁਤ ਪੈਂਦਾ ਜੋ ਪੈਸੇ ਦੇ ਛੱਡੋ ਖਾਣ ਪੀਣ ਵਾਲਾ ਸਮਾਨ ਤੱਕ ਨਹੀਂ ਛੱਡਦਾ ਓਏ ਕਿਤੇ ਰਲ ਕਿਤੇ ਨਹੀਂ ਲੁੱਟਣ ਲੱਗੇ ਨਹੀਂ ਆਪਾਂ ਨੂੰ ਬਚਾ ਰਹੇ ਨੇ ਆਲ ਮਾਈ ਰਿਸਪੋਨਸਿਬਿਲਟੀ ਏਯੋਸ ਅਸਤਾਨ ਲੈਟਸ ਗੋ ਫਰਮ ਹਿਅਰ ਰਿਸਪੋਨਸਿਬਿਲਟੀ ਆਲ ਥੀਸ ਪੀਪਲ ਆਰ ਮਾਈ ਰਿਸਪੋਨਸਿਬਿਲਟੀ ਪਰ ਸਾਡੇ ਨਸੀਬ ਚੰਗੇ ਸੀ ਸਾਨੂੰ ਡੌਂਕਰ ਚੰਗੇ ਮਿਲ ਗਏ ਉਹਨਾਂ ਨੇ ਮਾਫੀਆ ਨਾਲ ਗੱਲ ਕਰਕੇ ਸਮਝਾਇਆ ਕਿ ਇਹਨਾਂ ਕੋਲ ਕੁਝ ਵੀ ਨਹੀਂ ਸਾਡੀ ਤੇ ਸ਼ਾਇਦ ਉਹ ਨਾ ਸੁਣਦੇ ਪਰ ਉਹਨਾਂ ਨੇ ਆਪਣੇ ਬੰਦਿਆਂ ਦੀ ਮੰਨ ਕੇ ਸਾਨੂੰ ਛੱਡਤਾ ਜੋ ਦਾਣਿਆ ਖਾਤਰ ਆਲਣਿਆਂ ਤੋਂ ਦੂਰ ਗਏ ਰਾਜੀ ਵਸਣ ਤੇ ਕਿਰਤਾਂ ਨੂੰ ਬੂਰ ਪਵੇ ਜੋ ਦਾਣਿਆ ਖਾਤਰ ਆਲਣਿਆਂ ਤੋਂ ਦੂਰ ਗਏ ਰਾਜੀ ਵਸਣ ਤੇ ਕਿਰਤਾਂ ਨੂੰ ਬੂਰ ਪਵੇ ਲੰਮੜੇ ਰਾਹੀਂ ਤੁਰ ਗਏ ਪੁੱਤਰ ਮਾਵਾਂ ਦੇ
ਰੱਬ ਰਖਵਾਲਾ ਸਭ ਦਾ ਪੈਰੋ ਪੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਡਿੱਗ ਗਿਆ ਨੂੰ ਮਿਲੇ ਹੌਸਲਾ ਉੱਠਣ ਦਾ ਖੁਦ ਸੰਭਲ ਕੇ ਨਾਲ ਦਿਆਂ ਨੂੰ ਚੁੱਕਣ ਦਾ ਕੰਮ ਕਦੇ ਨਾ ਛੁੱਟੇ ਕਿਰਤੀ ਬੰਦੇ ਦਾ ਹੱਥ ਅੱਡ ਕੇ ਮੰਗਣਾ ਪੈ ਜੇ ਇਹ ਨਾ ਕੈਰ ਹੋਵੇ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪੰਮੇ ਮੈਨੂੰ ਪਤਾ ਹੁੰਦਾ ਨਾ ਕਿ ਡੌਂਕੀ ਐਡੀ ਮੁਸ਼ਕਲ ਲੱਗਦੀ ਏ ਤੇ ਮੈਂ ਕਦੀ ਵੀ ਨਹੀਂ ਸੀ ਆਉਣਾ ਮੈਂ ਵੀ ਨਹੀਂ ਆਉਣਾ ਯਾਰ ਬੜੀ ਔਖੀ ਲੱਗਦੀ ਹੈ ਡੌਂਕੀ ਸਾਡੇ ਪਿੰਡ ਲਾਈ ਸੀ ਇੱਕ ਮੁੰਡੇ ਨੇ ਤੇ ਕਿੰਨੀ ਦੇਰ 'ਚ ਪਹੁੰਚਿਆ ਸੀ ਪਹੁੰਚੇ ਨਹੀਂ ਹੁਣ ਵੀ ਕਿਹਾ ਬੰਦਾ ਮਰ ਮੁਰ ਕੇ ਪਹੁੰਚ ਜਾਵੇ ਤੇ ਬੜੀ ਗੱਲ ਏ ਉਹ ਨਾ ਕਹੋ ਯਾਰ ਮੇਰਾ ਜਾਣਾ ਬਹੁਤ ਜ਼ਰੂਰੀ ਜੇ ਤੇ ਅਸੀਂ ਕੀ ਪਹਾੜਾਂ 'ਚ ਲੇਲੇ 'ਚ ਰਹਿਣਾ ਹੈ ਸਾਡਾ ਵੀ ਪਹੁੰਚਣਾ ਜ਼ਰੂਰੀ ਹੈ ਸ਼ੁਕਰ ਯਾਰੇ ਵੀ ਥੱਕਿਆ ਜਿੰਨਾ ਇਹ ਥੱਕਿਆ ਨਾ ਮੈਨੂੰ ਲੱਗਦਾ ਬੈਠੇਗਾ ਪਾਣੀ ਭਰ ਕੇ ਤੁਰੇਗਾ ਮੈਨੂੰ ਲੱਗਦਾ ਪਾਣੀ ਪੂਣੀ ਭਰ ਕੇ ਬੈਠੇਗਾ ਵੇਖ ਲੈਣਾ ਤੁਸੀਂ ਤੁਰੇਗਾ ਨਹੀਂ ਬੈਠੇਗਾ ਤੁਰੇਗਾ ਲੱਗਦੀ $50,000 ਦੀ ਸ਼ਰਤ ਲੱਗੀ ਲੱਗ ਗਈ ਲੈਟਸ ਗੋ ਹੈ ਕੱਢ ਅਮਰੀਕਾ ਪਹੁੰਚ ਕੇ ਦਿਆਂਗਾ ਉਹ ਵਿਚਾਰਾ ਮੂਵ ਮੰਗਦਾ ਪਿਆ ਹੈ ਤੇ ਉਹਦੇ ਗਿੱਚੇ ਤੇ ਦਰਦ ਹੋ ਰਹੀ ਹੋਣੀ ਹੈ ਉਹ ਤੁਰਨ ਨੂੰ ਕਹਿਣ ਡਿਆ ਤੁਰਨ ਤੇ ਡਏ ਆ ਸੁੱਤਿਆ ਪਿਆ ਦੀ ਪਿਸਤੌਲ ਕੱਢ ਕੇ ਮੈਂ ਗਿੱਟੇ ਤੇ ਗੋਲੀ ਮਾਰਨੀ ਹੈ ਫੇਰ ਕਿਤੇ ਅੱਧਾ ਘੰਟਾ ਪੈਣ ਦਏਗਾ ਸਾਨੂੰ ਹੈ ਹੀ ਬਹੁਤ ਤਗੜਾ ਅੰਨੀ ਦਾ ਥੱਕਦਾ ਹੀ ਨਹੀਂ ਉਹ ਸ਼ੁਕਰ ਕਰੋ ਉਹਨੂੰ ਤੁਹਾਡੀਆਂ ਗੱਲਾਂ ਨਹੀਂ ਸਮਝ ਆ ਰਹੀਆਂ ਨਹੀਂ ਤਾਂ ਗੋਲੀ ਉਹਨੇ ਮਾਰਨੀ ਜੇ ਉਹ ਧਿਆਨ ਰੱਖਣਾ ਇਹ ਹੌਲੀ ਹੌਲੀ ਛੱਪੜ ਚ ਵੀ ਵੜ ਜਾਂਦਾ ਆਉਂਦੇ ਪੈ ਕੀਸੀ ਕਰਕੇ ਆ ਜਾ ਧਿਆਨ ਨਾਲ ਆਉਣਾ ਸਾਥੀਓ ਇਹੋ ਜਿਹਾ ਇੰਜ ਕਹਿਣ ਹੁੰਦਾ ਧਿਆਨ ਨਾਲ ਸਾਥੀਓ ਤੇ ਆਪ ਰੇਟ ਦਾ ਜਾਣ ਡਿਆ ਹੁੰਦਾ ਯਾਰ ਪੰਮੇ ਇਹਨੂੰ ਕਹਿ 2 ਮਿੰਟ ਖਲੋ ਜਾਵੇ ਮਾੜੀ ਮੋਟੀ ਸ਼ਰਮ ਕਰ ਲਓ ਕੁੜੀ ਹੋ ਕੇ ਤੁਰੀ ਜਾ ਰਹੀ ਮੈਨੂੰ ਲੱਗਦਾ ਬਹਿਗਾ ਨਹੀਂ ਇਹ ਤੁਰੇਗਾ ਮੇਰਾ ਪਾਇਆ ਲੱਗਦੀ $50,000 ਦੀ ਸ਼ਰਤ ਲੱਗੀ ਉਹ ਯਾਰ ਮੇਰੇ ਲੱਤਾਂ ਦਰਦ ਕਰਨ ਡੀਆਂ ਮੈਂ ਤੇ ਬਹਿਣ ਲੱਗਾ ਸੀ ਕੱਢ ਕੱਢ ਪਿਆ $100 ਹੋ ਗਿਆ ਅਮਰੀਕਾ ਜਾ ਕੇ ਲੈ ਲਈ ਨਾਲੇ ਇੱਥੇ ਕਿਹੜਾ ਕੋਈ ਦੁਕਾਨ ਹੈ ਜਿਹੜਾ ਤੂੰ ਚੀਜ਼ੀ ਲੈਣੀ ਬਸ ਹੌਲੀ ਹੌਲੀ 8 ਲੱਖ ਪੂਰਾ ਹੋ ਰਿਹਾ
ਡਰੀ ਓਏ ਤੂੰ ਤੇ ਵੜ ਅੰਦਰ ਤੇ ਆਂਡਾ ਟਾਈਮ ਤੇ ਦੇਵੀ ਅੱਛਾ ਅੱਛਾ ਜਿੱਥੇ ਵੀ ਜਾਂਦੇ ਆ ਤਾਂ ਕਮਰਾ ਬਣਿਆ ਹੀ ਹੁੰਦਾ ਉਹ ਵੀ ਆ ਜਾਓ ਆ ਜਾ ਜੁਗਰਾਜ ਬੜਾ ਕਲ ਦਾਵਾਂ ਲਓ ਵੀ ਦੋਸਤੋ ਮੈਨੂੰ ਲੱਗਦਾ ਆਪਾਂ ਨੂੰ ਅੱਜ ਇੱਥੇ ਰਾਤ ਕੱਟਣੀ ਪੈਣੀ ਜੇ ਯਾਰ ਚੰਗਾ ਚਾਰ ਦੀਵਾਰੀ ਸੱਪ ਕੀੜੇ ਦਾ ਡਰ ਕੋਈ ਨਹੀਂ ਸਾਨੂੰ ਸੱਪ ਕੀੜੀਆਂ ਨੇ ਬੜਾ ਕਿਤੇ ਤੇ ਡੋਰ ਨੌਕ ਕਰਕੇ ਆਉਣਾ ਉਹਨੇ ਤਾਂ ਅੱਗੇ ਲੜੀ ਜਾਣਾ ਜੇ ਲੜਨਾ ਉਹ ਯਾਰ ਸ਼ੁਭ ਸ਼ੁਭ ਬੋਲੋ ਯਾਰ ਜੇ ਮੈਂ ਇੱਥੇ ਮਰ ਗਿਆ ਨਾ ਤੇ ਅਗਲਿਆ ਮੇਰਾ ਮਕਾਨ ਖੋਲਣ ਮੈਂ ਅੱਗੇ ਗਿਰਵੀ ਰੱਖ ਕੇ ਆਇਆ ਤੂੰ ਮਕਾਨ ਗਿਰਵੀ ਰੱਖ ਕੇ ਆਇਆ ਤੂੰ ਤਾਂ ਕਹਿੰਦਾ ਸੀ ਤੇਰੀ ਤੂਤੀ ਬੋਲਦੀ ਉਹ ਜਿਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਉਹ ਆਪਣਾ ਦੇਸ਼ ਛੱਡ ਕੇ ਦੂਜੇ ਮੁਲਕ ਜਾਂਦੇ ਨੇ ਸਾਰੇ ਕਰਜ਼ਾ ਲੈ ਕੇ ਆਏ ਵੀਰੇ ਇੱਥੇ ਮੈਂ ਵੀ ਲੈ ਕੇ ਆਇਆ ਸਾਰੇ ਕਰਜ਼ੇ ਲੈ ਜਾਣੇ ਨੇ ਵੀਰੇ ਬਸ ਇੱਕ ਵਾਰੀ ਪਹੁੰਚ ਜਾਈਏ ਅਮਰੀਕਾ ਪਹੁੰਚ ਜਾਈਏ ਕੀ ਮਤਲਬ ਪਹੁੰਚ ਗਏ ਅਮਰੀਕਾ ਵੀਰ ਬੇਫਿਕਰ ਹੋ ਜਾ ਹੁਣ ਨਹੀਂ ਮੁੜਦੇ ਯਾਰ ਲੈ ਦੱਸ ਆਦਾ ਜੇ ਪਹੁੰਚ ਗਏ ਮੋਈ ਬਿਆਨ ਗ੍ਰੈਸੀਅਸ ਇਟੂ ਮੋਈ ਬਿਆਨ ਮੋਈ ਬਿਆਨ ਮੋਈ ਬਿਆਨ ਕਮੋ ਫੁਏ ਓ ਫਤਾ ਸਲੂਟ ਹੈ Strong. Hey, mucho dinero, eh? Pama. ਮੇਰੇ ਦੋ ਭੈਣਾਂ ਨੇ ਮੈਂ ਕੱਲਾ ਕੱਲਾ ਹੀ ਆ ਕਾਲਾ ਕਾਲਾ ਨਹੀਂ ਕਾਲਾ ਕਾਲਾ ਕੱਲਾ ਓਨਲੀ ਵਨ ਵਨ ਮੈਂ ਫਿਰ ਅਮਰੀਕਾ ਪਹਿਲਾਂ ਜਾ ਕੇ ਸੈੱਟ ਹੋਇਆ ਨਾ ਫਿਰ ਮੈਂ ਭੈਣਾਂ ਦਾ ਵਿਆਹ ਕਰੂੰਗਾ ਮੁੜ ਕੇ ਫਿਰ ਮੈਂ ਵਿਆਹ ਕਰਾਉਂਗਾ ਉਹ ਕੁਛ ਹੋਰ ਕਹਿ ਰਹੀ ਏ ਤੈਨੂੰ ਪਤਾ ਕੀ ਕਹਿ ਰਹੀ ਹੈ ਚੁੱਪ ਕਰਕੇ ਬਹਿ ਜਾ ਰਾਜ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਮੇਰਾ ਅਮਰੀਕਾ ਹੋਏ ਹੋਏ ਕਹਿ ਰਹੀ ਹੈ ਮੇਰਾ ਬਿਨੋਈ ਬੜਾ ਜ਼ਾਲਮ ਮੇਰੀ ਭੈਣ ਤੇ ਜ਼ੁਲਮ ਕਰਦਾ ਦੱਸ ਰਹੀ ਹੈ ਬਹੁਤ ਅੱਛੇ ਤੂੰ ਤੇ ਇੰਜ ਕਹਿਣ ਡਿਆ ਜਿਵੇਂ ਤੈਨੂੰ ਸਾਰੀ ਸਮਝ ਲੱਗ ਗਈ ਮੈਂ ਪੁੱਛਣਾ ਉਹਨੂੰ ਤੂੰ ਅਮਰੀਕਾ ਕੀ ਲੈਣ ਜਾ ਰਹੀ ਆਪਣੀ ਬਕਵਾਸ ਬੰਦ ਕਰ ਉਹ ਤੁਹਾਨੂੰ ਵੀ ਉਹ ਕਹਿ ਰਹੀ ਸੀ ਦੋਨਾਂ ਨੂੰ ਪਾਣੀ ਦੇ ਭਾਈ ਨੇ ਉੱਥੇ ਮੈਂ 30 ਲੱਖ ਰੁਪਈਆ ਭਰਿਆ ਇੱਥੇ ਮੈਨੂੰ ਲੱਗਦਾ ਮੈਂ ਛੱਪੜ 'ਚ ਕੱਪੜੇ ਭਰ ਲੈਣੇ ਨੇ ਅੱਜ ਤੀਜਾ ਦਿਨ ਹੈ ਜਦ ਨਾ ਪਹੁੰਚੇ ਮੈਂ ਡੌਂਕਰ ਮਾਰ ਦੇਣਾ ਉਹ ਯਾਰ ਪੰਮੇ ਨਾ ਟੈਨਸ਼ਨ ਲਿਆ ਕਰ ਈਜ਼ੀ ਰਿਹਾ ਕਰ ਹੁਣ ਕਿਹੜੀ ਗੱਲ ਹੈ ਇਹ ਸਾਹਮਣੇ ਤਾਂ ਅਮਰੀਕਾ ਹੈ ਬਿਰਾਵਾ ਤੂੰ ਐਵੇਂ ਟੈਨਸ਼ਨ ਚੱਲ ਜਾ ਪਹੁੰਚ ਇੱਕ ਦਿਨ ਦਾ ਜੰਗਲ ਦੱਸ ਕੇ ਤੋਰਿਆ ਸੀ ਤੇ ਅੱਜ ਤੀਜਾ ਦਿਨ ਸੀ ਮੈਨੂੰ ਖਿੱਜੀ ਚੜਨ ਲੱਗ ਗਈ ਸੀ ਪੈੜੇ ਤੈਨੂੰ ਉਹ ਚਲੋ ਧੱਕੇ ਧੁੱਕੇ ਖਾ ਕੇ ਵੀ ਅਮਰੀਕਾ ਪਹੁੰਚ ਜੇ ਤੇ ਬੜੀ ਗੱਲ ਤੂੰ ਨਿਕਲ ਬਾਹਰ ਆ ਓਏ ਤੈਨੂੰ ਮੈਂ ਦੱਸਾਂ ਤੂੰ ਨਿਕਲ ਬਾਹਰ ਆ ਹਰੇਕ ਗੱਲ ਤੇ ਅਮਰੀਕਾ ਪਹੁੰਚ ਜੀ ਬੜੀ ਗੱਲ ਆ ਰਹਿ ਰਹਿ ਕੇ ਤੇ ਜੰਗਲ ਦਾ ਗੰਦਾ ਪਾਣੀ ਪੀ ਪੀ ਕੇ ਮੁੰਡੇ ਬਿਮਾਰ ਹੋਣ ਲੱਗ ਗਏ ਸੀ ਤੇ ਡੌਂਕਰ ਰੁਕਣ ਨਹੀਂ ਸੀ ਦਿੰਦੇ ਜਿਹੜਾ ਬਹਿ ਜਾਵੇ ਉਹਨੂੰ ਉੱਥੇ ਛੱਡ ਜਾਂਦੇ ਸੀ ਤੇ ਮਗਰੋਂ ਜਾਂ ਤਾਂ ਭੁੱਖ ਨਾਲ ਮਰ ਜਾਂਦਾ ਤੇ ਜਾਂ ਉਹਨੂੰ ਜਿਉਂਦੇ ਨੂੰ ਜਾਨਵਰ ਖਾ ਜਾਂਦੇ ਕਮ ਆਨ ਲੈਟਸ ਗੋ ਹੇ ਕਮ ਆਨ ਮੈਨ ਲੈਟਸ ਗੋ ਕਮ ਆਨ ਲੈਟਸ ਗੋ ਕੀ ਹੋਇਆ ਉੱਠ ਪੇਰਾ ਵੀਰ ਕੀ ਹੋਇਆ ਮਦਸਰ ਉੱਠ ਪੇਰੇ ਹੈ ਵੀਰੇ ਉੱਠ ਲੈ ਪਾਣੀ ਪੀ ਲਾ ਲੈ ਪਾਣੀ ਪੀ ਲਾ ਪਾਣੀ ਪੀ ਪਾਣੀ ਪੀ ਵੀਰ ਪਲੀਜ਼ ਯਾਰ ਉੱਠ 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 ਪੈ ਸਾਰੇ ਜਾਣਦੇ ਨੇ ਉੱਠ ਪੈ ਥੋੜ੍ਹਾ ਜਿਹਾ ਤਰਾ ਰਹਿ ਗਿਆ
ਨੇੜੇ ਆ ਥੋੜਾ ਰਹਿ ਗਿਆ ਮੇਰਾ ਅਸੀਂ ਚਾਹੁੰਦੇ ਸੀ ਕਿ ਉਹ ਮੁੰਡੇ ਨੂੰ ਨਾਲ ਲੈ ਜਾਈਏ ਪਰ ਔਖਾ ਸੀ ਕਿਉਂਕਿ ਉਸ ਮੁੰਡੇ ਕਰਕੇ ਬਾਕੀਆਂ ਨੇ ਵੀ ਹੌਲੀ ਤੁਰਨਾ ਸੀ ਤੇ ਟੌਂਕਰਾਂ ਨੇ ਉਸ ਮੁੰਡੇ ਨੂੰ ਗੋਲੀ ਮਾਰ ਦੇਣੀ ਸੀ ਰਾਜਾ ਯਾਰ ਆਜਾ ਵੀਰ ਬਣ ਕੇ ਯਾਰ ਓਏ ਆਇਆ ਯਾਰ ਵੀਰੇ ਕਿੰਨਾ ਕੁ ਰਹਿ ਗਿਆ ਯਾਰ ਹੁਣ ਰਾਜਾ ਮੇਰਾ ਵੀਰ ਅਸੀਂ ਹੌਲੀ ਜਾਵਾਂਗੇ ਯਾਰ ਆਜਾ ਕਮ ਔਨ ਮੈਨ ਸਰ ਆਜਾ ਵੀਰੇ ਆਜਾ ਯਾਰ ਵੀਰ ਬਣ ਕੇ ਕਮ ਔਨ ਪਨਾਮਾ ਕੈਂਪ ਜੀ ਬਹੁਤ ਦੂਰ ਸੀ ਤੇ ਤੁਰ ਤੁਰ ਕੇ ਹਰ ਬੰਦੇ ਨੂੰ ਆਪਣੇ ਮੋਢੇ ਤੇ ਚੁੱਕਿਆ ਛੋਟਾ ਜਿਹਾ ਬੈਗ ਭਾਰਾ ਲੱਗਣ ਲੱਗ ਗਿਆ ਸੀ ਦਿਸ ਪਾਥ ਵਿਲ ਟੇਕ ਯੂ ਟੂ ਪਨਾਮਾ ਕੈਂਪ You must follow these path. ਪਰ ਜਿਵੇਂ ਅਗਲੇ ਦਿਨ ਉਹਨਾਂ ਨੇ ਰੋਕ ਕੇ ਸਾਨੂੰ ਕਿਹਾ ਕਿ ਪਨਾਮਾ ਕੈਂਪ ਆ ਗਿਆ ਸਾਡੀ ਸਾਰੀ ਥਕਾਵਟ ਦੂਰ ਹੋ ਗਈ ਇੰਨੀ ਐਨਰਜੀ ਆ ਗਈ ਕਿ ਜਿਵੇਂ ਅਮਰੀਕਾ ਹੀ ਪਹੁੰਚ ਗਏ ਹੋਈਏ How time much hai? Two, three. About three hours. ਲਾ ਉਹ ਤਿੰਨ ਘੰਟੇ ਆਪਾਂ 15 ਮਿੰਟ ਲੰਘ ਜਾਣਾ ਓਕੇ ਥੈਂਕ ਯੂ ਵੈਰੀ ਗੁੱਡ ਥੈਂਕ ਯੂ ਪਰ ਸ਼ਾਇਦ ਸਾਨੂੰ ਇਹ ਨਹੀਂ ਸੀ ਪਤਾ ਕਿ ਸਾਡਾ ਮਾੜਾ ਟਾਈਮ ਤੇ ਹੁਣ ਸ਼ੁਰੂ ਹੋਇਆ ਮੇਰੇ ਪਿੱਛੇ ਪਿੱਛੇ ਆ ਜਾਓ ਇਹ ਰਾਹ ਜਾਣਾ ਆਪਾਂ ਸਿੱਧਾ ਪੰਮੇ ਤੈਨੂੰ ਰਸਤੇ ਦਾ ਪਤਾ ਵੀ ਹੈ ਕਿ ਐਵੇਂ ਲਈ ਜਾ ਰਹੇ ਆ ਸਾਨੂੰ ਤੈਨੂੰ ਪਤਾ ਨਹੀਂ ਤੁਰਿਆ ਚੱਲ ਫਿਰ ਯਾਰ ਇਸ ਜੰਗਲ 'ਚ ਸੱਪ ਸ਼ੇਰ ਚੀਤੇ ਤੇ ਐਂਡਾ ਕੌਂਡਾ ਵੀ ਹੁੰਦੇ ਜੇ ਧਿਆਨ ਨਾਲ ਉਸੇ ਐਂਡਾ ਕੌਂਡਾ ਨੇ ਖਾਣਾ ਤੈਨੂੰ ਉਹ ਤੇ ਕਹਿੰਦਾ ਸੀ ਇਹ ਰਸਤਾ ਸਿੱਧਾ ਜਾਂਦਾ ਹੈ ਇਹ ਤੇ ਤਰੇ ਚਾਰ ਰਸਤੇ ਨੇ ਮੇਰੇ ਹਿਸਾਬ ਨਾਲ ਆ ਰਾਹ ਮੇਨ ਹੈ ਆ ਮੇਨ ਹੈ ਇੱਥੇ ਬੜੀ ਚਿਪਸ ਲੱਗੀ ਸਾਰੇ ਰਸਤੇ ਪੰਮੇ ਇੱਕੋ ਜਿਹੇ ਨੇ ਮੈਨੂੰ ਲੱਗਦਾ ਇਹ ਸਹੀ ਰਸਤਾ ਹੈ ਕਿਉਂਕਿ ਉਹਨੇ ਕਿਹਾ ਸੀ ਸਿੱਧਾ ਹੀ ਜਾਣਾ ਤੈਨੂੰ ਇਹ ਲੱਗਦਾ ਚੱਲ ਤੂੰ ਨਿਕਲ ਇੱਧਰ ਜਿਹਨੇ ਮੇਰੇ ਨਾਲ ਜਾਣਾ ਮੇਰੇ ਪਿੱਛੇ ਆ ਜਾਓ ਤੇ ਜਿਹਨੇ ਅਮਰੀਕਾ ਜਾਣਾ ਉਹ ਮੇਰੇ ਪਿੱਛੇ ਆ ਜਾਓ ਸਰਦਾਰ ਜੀ ਸਹੀ ਜਾ ਰਿਹਾ ਨਾ ਆ ਜਾ ਸਹੀ ਜਾ ਰਿਹਾ ਕੀ ਗੱਲ ਹੈ ਉਹਦਾ ਰਸਤਾ ਬੰਦ ਸੀ ਨਹੀਂ ਮੈਂ ਇਸ ਲਈ ਵਾਪਸ ਆਇਆ ਕਿ ਤੁਸੀਂ ਨਾ ਰਸਤਾ ਭੁੱਲ ਜਾਓ ਅੱਛਾ ਬਕਵਾਸ ਕੀਤੀ ਨਾ ਚੁੱਪ ਕਰਕੇ ਮੇਰੇ ਪਿੱਛੇ ਲੱਗੋ ਆਓ ਆਓ ਇਹਦੇ ਮਜ਼ਾਕ ਬਣਾਇਆ ਇਹਨਾਂ ਨੇ ਪੱਤੇ ਨੀ ਲੱਗਦੇ ਜ਼ਲੀਲ ਹੋ ਰਹੇ ਪੂਰੇ ਜੰਗਲ ਦੇ ਵਿੱਚ ਚਵਲ ਦੀ ਨਾ ਹੋਵੇ ਤੇ ਕਿੱਧਰ ਜਾਣਾ ਪੰਮਿਆ ਸਹੀ ਦੱਸ ਵੈਸੇ ਜ਼ਲੀਲ ਕੌਣ ਹੋ ਰਿਹਾ
चलेगा। शुक्र है चले गया, मैंने तो लगा जी आज गोली बज जाएगी। चलो आ जाओ यार, असी आर्मी पहली बार वेखी है ना। वेखी कदों है, असी थी उड़ दी वेखी। मैं यार स्मेल बड़ी आ रही है, जंगल कोई जानवर जुनवर मरिया होना। ਮੈਂ ਕਿਹੜੇ ਰਸਤੇ ਲੈ ਆਏ ਯਾਰ, ਮੈਨੂੰ ਲੱਗਦਾ ਇਸ ਰਸਤੇ ਤੋਂ ਅੱਜ ਤੱਕ ਕੋਈ ਜ਼ਿੰਦਾ ਗਿਆ ਹੀ ਨਹੀਂ। ਉਹ ਵੀ ਵੇਖ ਲਾਸ਼ ਪਈ ਹੈ। ਯਾਰ ਮੈਂ ਤੈਨੂੰ ਕਿਹਾ ਸੀ ਨਾ ਰਸਤਾ ਠੀਕ ਹੈ, ਮੈਂ ਤਾਂ ਕਹਿੰਦਾ ਹੁਣ ਵੀ ਮੁੜ ਚੱਲੀਏ। ਹਾਂ ਯਾਰ ਜਿਉਂਦਾ ਵੇ, ਉਹਨੇ ਪਾਣੀ ਹੈ ਕੇ ਕੋਲ ਵੀਰੇ, ਉੱਠ ਉੱਠ ਵੀਰੇ ਆਪਣੀ ਯਾਰ ਠੀਕ ਹੈ ਬਾਈ, ਖਾਣ ਨੂੰ ਹੈਗਾ ਕੁਛ? ਹਾਂ ਖਾਣ ਨੂੰ ਹੈਗਾ ਹੈਗਾ। ਅਸੀਂ ਖਾਣਾ ਪਿਓ ਪਿਓ ਕੇ ਸਟਾਫ ਅਸੀਂ ਖਾਂਦੇ ਆਏ ਹਾਂ ਇੱਥੇ ਕਿਵੇਂ? ਮੈਨੂੰ ਤਾਂ ਮਹੀਨਾ ਹੋ ਗਿਆ ਬਾਈ ਇੱਥੇ ਧੱਕੇ ਖਾਂਦਿਆਂ ਨੂੰ। ਏਜੰਟ ਨੇ ਡੌਂਕਰ ਨੂੰ ਪੈਸੇ ਨਹੀਂ ਭੇਜੇ, ਉਹਨਾਂ ਨੇ ਮੈਨੂੰ ਕੁੱਟਿਆ ਬਾਈ। ਇੱਥੇ ਲੁਕਦਾ ਫਿਰਦਾ ਤੁਸੀਂ ਨਾਲ ਲੈ ਜਾਓ ਮੈਨੂੰ। ਅਸੀਂ ਖਿੜ ਬਈ ਜਾਇ 'ਤੇ ਚੜ ਕੇ ਜਾਣਾ, ਤੁਰੇ ਜਾਂਦੇ ਜੰਗਲਾਂ 'ਚ, ਤੂੰ ਵੀ ਤੁਰਪਾ ਨਾਲ। ਚਲ ਉੱਠ ਫਿਰ, ਹੱਲ ਫੜੋ ਉੱਠ ਮੇਰਾ ਵੀਰ। ਇੱਕ ਬਿਸਕੁਟ ਦੇ ਦੇ ਬਾਈ, ਇੱਕ ਹੋਰ ਪੰਮੇ ਵੀਰੇ। ਉਹਨੇ ਦੋ ਤਿੰਨ ਘੰਟਿਆਂ ਦਾ ਆਖਿਆ ਸੀ ਯਾਰ, ਹੁਣ ਤੇ ਸ਼ਾਮਾਂ ਪੈਣ ਵਾਲੀਆਂ ਹੋ ਗਈਆਂ। ਮੈਨੂੰ ਵੀ ਦੋ ਘੰਟਿਆਂ ਦਾ ਕਿਹਾ ਸੀ, ਦੋ ਮਹੀਨੇ ਹੋ ਗਏ। ਬਾਈ ਖਾਣ ਨੂੰ ਹੈਗਾ ਜੀ ਕੁਛ ਥੋੜਾ ਜਿਹਾ? ਬਾਈ ਯਾਰ ਤੈਨੂੰ ਅਸੀਂ ਬੱਸ 'ਚ ਗਿਰੀਆਂ ਵੇਚਣ ਵਾਲੇ ਲੱਗਦੇ ਹਾਂ, ਸਾਡਾ ਤਾਂ ਆਪਣਾ ਢਿੱਡ ਯਾਰ ਭੁੱਖ ਨਾਲ ਗੁੜ ਗੁੜ ਕਰਨ ਡਿਆ। ਉਹ ਯਾਰ ਦੀ ਸ਼ਰਟ ਤਾਂ ਚੇਂਜ ਕਰਾ, ਮੈਨੂੰ ਲੱਗਦਾ ਲੱਗਦਾ ਮੈਂ ਮਕੈਨਿਕ ਨਾਲ ਡੌਂਕੀ ਲਾਉਣ ਡਿਆ। ਹਾਂ ਬਾਈ ਸ਼ਰਟ ਹੈਗੀ ਆ, ਨਵੀਂ ਸ਼ਰਟ ਦੇ ਦਿਓ ਜੀ। ਲੱਗਦਾ ਆਪਾਂ ਕੋਈ ਗਲਤ ਲਾਸ਼ ਠਾ ਬੈਠੇ ਹਾਂ। ਤੈਨੂੰ ਸ਼ਰਟ ਦੇ ਦਈਏ, ਨਾਲ ਤੌਲੀਆ ਤੇ ਨਾਲ ਪੱਗ ਨਾ ਲਾ ਦਈਏ, ਏਡਾ ਤੂੰ ਸਾਡਾ ਜਵਾਈ। ਪੰਮਾ fängt man die Wahl an, haben wir mir das im Amerika? Wie geht es? Aap puch lo. What? Fängt man nicht, haben wir mir das im Amerika? Tension free ho ja, pahunch jange. Befikri ho ja, no tension, kal lo, befikri na. Naala namal orpaite tuo. ਇਹ ਵੀ ਇਹਦਾ ਹੀ ਭਰਾ ਜੇ, ਨਾ ਇਹਦੀ ਸਮਝ ਆਉਂਦੀ ਹੈ ਤੇ ਨਾ ਉਹਦੀ ਸਮਝ ਆਉਣ ਡਈ। ਯਾਰ ਇਹ ਵੀ ਇਹੀ ਪੁੱਛ ਰਿਹਾ ਉਹਨੇ ਕਿ ਕੱਲ ਪਹੁੰਚਣਾ ਕਿੰਨੇ ਵਜੇ? ਕੱਲ ਨੂੰ ਪਹੁੰਚ ਰਿਹਾ ਵੀਰ, ਟਮਾਰੋ ਕੱਲ ਨੂੰ।
ਸਾਰਿਆਂ ਨੂੰ ਜਵਾਬ ਦੇ, ਤੂੰ ਲੀਡਰ ਹੈ। ਜਵਾਬ ਹੀ ਦੇਣ ਡਿਆ। ਭੈਣੇ ਭੈਣੇ ਕਿਉਂ ਤੂੰ ਕਿਉਂ ਨੀ ਖੁਰਕ ਰਿਹਾ? ਖਾਣ ਨੂੰ ਹੈਗਾ ਕੁਛ? ਓਏ ਲੰਘਾ ਲਿਆ ਰਾਤ, ਕੀ ਤੈਨੂੰ ਮੌਤ ਪਈ ਹੋਏ? ਸਮੂਲ നാളെ നമ്മൾ ഉറപ്പായിട്ട് എത്തുവോ? യാരേ പുച്ഛനക്ക് കൽ പോച്ചണ കിന്നെ വജ ਜਿਵੇਂ ਜਿਵੇਂ ਗਰੁੱਪ 'ਚ ਬੰਦੇ ਘੱਟ ਰਹੇ ਸੀ, ਅਸੀਂ ਟੁੱਟ ਰਹੇ ਸੀ। ਸਾਨੂੰ ਪਤਾ ਨਹੀਂ ਸੀ ਅਗਲੀ ਵਾਰੀ ਕੀ ਥੀ ਆ। ਪੀਸੇ ਲੈ ਲੈ ਨੰਗਾ ਨਾ ਹੂੰ। ਮਾਫੀਆ ਨੇ ਤਲਾਸ਼ੀ ਲੈਣ ਲਈ ਸਭ ਨੂੰ ਅਲਫ ਨੰਗੇ ਹੋਣ ਲਈ ਕਿਹਾ। ਸਾਰਿਆਂ ਦੇ ਮੂੰਹ ਤੱਕ ਖਲਾ ਕੇ ਵੇਖਿਆ ਉਹਨਾਂ ਨੇ ਕਿ ਅਸੀਂ ਕੋਈ ਚੀਜ਼ ਤੇ ਨਹੀਂ ਲੁਕਾਈ ਹੋਈ। ਉਹ ਕੁੜੀ ਮੇਰੇ ਕੋਲ ਖੜੀ ਡਰ ਰਹੀ ਸੀ ਕਿ ਕਿਤੇ ਉਹਨੂੰ ਕੱਪੜੇ ਲਾਉਣ ਲਈ ਨਾ ਕਹਿ ਦੇਣ, ਤੇ ਉਹੀ ਹੋਇਆ। Take off your clothes. Take off your clothes. Thank you.
ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ ਨਵੀਆਂ ਰੁੱਤਾਂ ਲੱਭਦੇ ਰਹੇ ਇੱਕ ਚਾਨਣ ਦੀ ਲੀਕ ਲਈ ਪਰਛਾਵਿਆਂ ਪਿੱਛੇ ਭੱਜਦੇ ਰਹੇ ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ ਨਵੀਆਂ ਰੁੱਤਾਂ ਲੱਭਦੇ ਰਹੇ ਇੱਕ ਚਾਨਣ ਦੀ ਲੀਕ ਲਈ ਪਰਛਾਵਿਆਂ ਪਿੱਛੇ ਭੱਜਦੇ ਰਹੇ ਹਾਏ ਭਰੇ ਨਾ ਹੁੰਗਾਰਾ ਕੋਈ ਕਾਹਤੋਂ ਸਾਡੇ ਰੋਸ ਦਾ ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀ ਮਾਏ ਇੱਥੇ ਕੋਈ ਸਾਡਾ ਪਰਬਤ ਨਾਲੋਂ ਉੱਚੇ ਹੋ ਗਏ ਵੱਡੇ ਮਸਲੇ ਰੋਟੀ ਦੇ ਹੁਣ ਸੁਪਨਾ ਜਾਹੀ ਲੱਗਦਾ ਏ ਕਦਮਾਂ ਦੀਆਂ ਪੱਕੀਆਂ ਖਾਵਾਂਗੇ ਜਦ ਮਿਲਿਆ ਰੱਬ ਤਾਂ ਰੱਬ ਨੂੰ ਵੀ ਜ਼ਿੰਦਗੀ ਦੀ ਸ਼ਿਕਾਇਤ ਲਗਾਵਾਂਗੇ ਭਾਵੇਂ ਪਤਾ ਸਾਨੂੰ ਖਾਬ ਨਾ ਕੋਈ ਥਾਲੀ ਚ ਪਰੋਸਦਾ ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪਲੋਸਦਾ ਨੀ ਮਾਏ ਇੱਥੇ ਕੋਈ ਸਾਡਾ ਸਾਨੂੰ ਚੁੱਪ ਨਾ ਕਰਾਏ ਅਸੀਂ ਪੰਜਾਬ ਦੇ ਜਾਏ ਅਸੀਂ ਪੰਜਾਬ ਦੇ ਜਾਏ ਅਸੀਂ ਪੰਜਾਬ ਦੇ ਜਾਏ ਧਰਤੀ ਵਾਹਣ ਲੱਗ ਗਈ ਪਾਰ ਬੰਬ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਤੁਖ ਲਾਗੇ ਨਾ ਪਾਏ ਧਾਤੀ ਵਾਹੁਣ ਲੱਗ ਗਈ ਪਾਰ ਬੰਬ ਸਰਨਾਈ ਹੋਇਆ ਵੀਰ ਚੌਗਿਰਦ ਹਮਾਰੇ ਰਾਮ ਕਾਰ ਤੁਖ ਲਾਗੇ ਨਾ ਪਾਏ ਵੇਖ ਯਾਰ ਤਪੀ ਜਾਣ ਡਿਆ ਪੁੱਤ ਓਏ ਸ਼ਬਾਜ਼ਾ ਪਾਣੀ 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 ਹੈ ਘੁੱਟ ਧਾਤੀ ਵਾਹੁਣ ਲੱਗ ਗਈ ਪਾਰ ਬੰਬ ਸਰਨਾਈ ਪਾਣੀ ਹੈ ਕਹਿ ਕੋਲ ਨਹੀਂ ਯਾਰ ਨਹੀਂ ਮੈਂ ਲੈ ਕੇ ਆਇਆ ਪਾਣੀ ਹੈ ਕਿਸੇ ਕੋਲ ਕਾਕੇ ਕਾਕੇ ਉੱਠ ਮੇਰਾ ਪੁੱਤਰ ਕਾਕੇ ਕਾਕੇ ਉੱਠ ਕਾਕੇ ਕਾਕੇ ਭਾਜੀ ਚੰਗਾ ਭਲਾ ਸੀ ਕੀ ਹੋਇਆ ਕੀ ਇਹਨੂੰ ਕਾਕੇ
आखे लग मन मेरिया ओनु देवे कौन सला आखे लग मन मेरिया ओनु देवे कौन सला जे ओ सब दी मनण लग गया ओ जे ओ सब दी मनण लग गया ओनु आखू कौन खुदा ਵੀਰੇ ਮੇਰੇ ਪਿੰਡ ਦਾ ਸੀ ਸਾਰੇ ਰਸਤੇ ਮੇਰੇ ਨਾਲ ਆਇਆ ਵੀਰੇ ਜੋ ਹੋਇਆ ਉਹਨੂੰ ਭੁੱਲ ਜਾਓ ਪਰ ਹੁਣ ਲਾਸ਼ ਨੂੰ ਪਛਾਣੀ ਨਾ ਨਹੀਂ ਤਾਂ ਕੰਟਰੀ ਆਊਟ ਨਹੀਂ ਜੇ ਮਿਲਣਾ ਰਵਿਦਾਸ ਵੱਖਰਾ ਹੀ ਉਹਦਾ ਸ਼ੌਕ ਹੈ ਹੱਥੀ ਦੇ ਕੇ ਖੋਣ ਦਾ ਕੈਸਾ ਮਾਈ ਬਾਪ ਹੈ ਅਸਰ ਨੀ ਸਾਡੇ ਰੋਣ ਦਾ ਹੱਥੀ ਆਪਣੇ ਤੋਰਨੇ ਹੱਥੀ ਆਪਣੇ ਸਭ ਨੂੰ ਮਿੱਠੀ ਜਾਪਦੀ ਉਹਦੀ ਅੱਖਾਂ ਜਈ ਰਜ਼ਾ ਜੇ ਸਭ ਦੀ ਮੰਨਣ ਲੱਗ ਗਿਆ ਉਹਨੂੰ ਆਖੂ ਕੌਣ ਖੁਦਾ ਸਭ ਦੀ ਮੰਨਣ ਲੱਗ ਗਿਆ ਉਹਨੂੰ ਆਖੂ ਕੌਣ ਖੁਦਾ ਸਭ ਦੀ ਮੰਨਣ ਲੱਗ ਪਨਾਮਾ ਕੈਂਪ ਪਹੁੰਚਣ ਦੀ ਕੋਈ ਖੁਸ਼ੀ ਨਹੀਂ ਹੋਈ ਕਿਉਂਕਿ ਕੈਂਪ ਤੱਕ ਆਉਂਦੇ ਆਉਂਦੇ ਸਭ ਨੇ ਬਹੁਤ ਕੁਝ ਗਵਾ ਲਿਆ ਸੀ ਟੌਂਕੀ ਦਾ ਅਸਲ ਸੱਚ ਤੇ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਇੱਥੇ ਜਿੰਨੇ ਵੀ ਮੁੰਡੇ ਸੀ ਸਭ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ ਕਿਸੇ ਨੂੰ ਡਾਇਰੈਕਟ ਫਲਾਈਟ ਦਾ ਕਹਿ ਕੇ ਜੰਗਲ 'ਚ ਛੱਡਤਾ ਕਿਸੇ ਨੂੰ ਇੱਕ ਦਿਨ ਦਾ ਰਾਹ ਦੱਸ ਕੇ ਗੁੰਮਰਾਹ ਕਰਤਾ ਕਈ ਮਾਵਾਂ ਦੇ ਪੁੱਤ ਤਾਂ ਇੱਥੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਆਪਣੇ ਘਰ ਗੱਲ ਕੀਤਿਆਂ ਕਈ ਮਹੀਨੇ ਹੋ ਗਏ ਸੀ
ਭਾਈਜਾਨ ਇੱਕ ਜ਼ਰੂਰੀ ਕਾਲ ਕਰਨੀ, ਫੋਨ ਮਿਲ ਸਕਦਾ ਹੈ? ਕਰ ਲਓ ਬਾਈ। ਬੜੀ ਮਿਹਰਬਾਨੀ ਵੀਰਾ। ਅਸਲਾਮ ਵਾਲੇਕੁਮ ਭਾਈਜਾਨ। ਕੌਣ ਬੋਲ ਰਿਹਾ? ਵਕਾਰ ਜੀ। ਵਕਾਰ? ਬੇਕਾਰ ਨਹੀਂ ਜਨਾਬ, ਵਕਾਰ ਖਾਨ ਬੋਲਦਾ ਪਿਆ। ਹਾਂ ਹਾਂ ਬੋਲ। ਉਹ ਬਾਈ ਜਾਨ, 3-4 ਦਿਨ ਹੋ ਗਏ ਨੇ ਪਨਾਮਾ ਕੈਂਪ ਧੱਕੇ ਖਾਂਦੇ ਪਏ। ਹਾਂ ਅੱਛਾ, ਇਹ ਦੱਸੋ ਕੰਟਰੀ ਆਊਟ ਮਿਲ ਸੀ ਕਿ ਨਾ? ਓ ਹਾਂ ਹਾਂ ਮਿਲ ਜੇਗੀ ਯਾਰ, ਗਰੰਟੀ ਏ। ਗਰੰਟੀ ਤਾਂ ਤੁਸੀਂ ਸਿੱਧੇ ਜਾਣ ਦੀ ਦਿੱਤੀ ਆਈ। ਓਏ ਆਹੋ ਤੇ ਜਾ ਹੀ ਰਿਹਾ ਨਾ, ਚੁੱਪ ਕਰਕੇ ਜਾਈ ਜਾ ਯਾਰ। ਗੱਲ ਸੁਣੋ, ਹੈਲੋ ਐ ਵੇਖ, ਪਹਿਲੇ ਮੈਨੂੰ ਵਿਰਾਹ ਵਿਰਾਹ ਆਖਦਾ ਈ, ਹੁਣ ਪੂਰੀ ਗੱਲ ਵੀ ਨਹੀਂ ਸੁਣੀ। ਮੇਰੇ ਏਜੰਟ ਤੇ ਮੈਨੂੰ ਰਿਸ਼ਤਾ ਦੇਣ ਨੂੰ ਵੀ ਫਿਰਨ ਡਿਆ ਸੀ, ਤੇ ਹੁਣ ਵੇਖ ਕੀ ਹੋਇਆ। ਵੀਰੇ ਮੈਂ ਵੀ ਕਰ ਲਿਆ ਕਾਲ। ਕਰ ਲਓ ਬਾਈ। ਥੈਂਕ ਯੂ। ਹੈਲੋ, ਕਿਵੇਂ ਬਾਪੂ? ਓ ਪੰਮੇ, ਪੰਮੇ ਤੂੰ ਕਿੱਥੇ ਆ? ਤੇਰਾ ਤੇਰਾ ਫੋਨ ਨਹੀਂ ਆਇਆ। ਬਾਪੂ ਮੇਰਾ ਫੋਨ ਗਵਾਚ ਗਿਆ ਸੀ। ਓ ਗਬਲਿਆ, ਤੇਰੀ ਮਾਂ ਅਰਦਾਸਾਂ ਕਰ ਕਰਕੇ ਪਾਗਲ ਹੋ ਗਈ। ਓ ਚਰਨੇ, ਓ ਚਰਨੇ, ਪੰਮੇ ਦਾ ਫੋਨ। ਕੀ ਹੋਇਆ? ਪੰਮੇ ਦਾ ਫੋਨ, ਗੱਲ ਕਰ। ਪੰਮੇ ਦਾ? ਹੈਲੋ, ਮੱਥਾ ਟੇਕਦਾ ਬੇਬੇ। ਪੰਮੇ ਪੁੱਤ ਠੀਕ ਹੈ ਤੂੰ? ਮੈਂ ਠੀਕ ਹਾਂ ਬੇਬੇ। ਕੀ ਗੱਲ ਪੁੱਤ, ਇੰਨੇ ਦਿਨਾਂ ਤੋਂ ਫੋਨ ਹੀ ਨਹੀਂ ਕੀਤਾ। ਮੇਰਾ ਫੋਨ ਗਵਾਚ ਗਿਆ ਸੀ, ਉਹ ਮੈਂ ਕਿਸੇ ਮੁੰਡੇ ਤੇ ਫੋਨ ਤੋਂ ਫੋਨ ਕਰਨ ਡਿਆ। ਚੱਲ ਪੁੱਤ, ਆਪਣਾ ਧਿਆਨ ਰੱਖੀ, ਠੀਕ ਠਾਕ ਪਹੁੰਚ ਗਿਆ ਨਾ ਤੂੰ? ਪਹੁੰਚ ਕੇ ਬੇਬੇ ਤੂੰ ਫਿਕਰ ਨਾ ਕਰ, ਮੈਂ ਦੱਸਣਾ ਵੀ ਠੀਕ ਠਾਕ ਆ, ਤੁਸੀਂ ਫਿਕਰ ਨਾ ਕਰੋ, ਬਾਪੂ ਦਾ ਧਿਆਨ ਰੱਖਿਓ। ਮੈਂ ਕਿਸੇ ਮੁੰਡੇ ਦੇ ਫੋਨ ਤੋਂ ਫੋਨ ਕਰਦਾ, ਮੈਂ ਤੁਹਾਨੂੰ ਫਿਰ ਕਰਾਂਗਾ, ਤੁਸੀਂ ਫਿਕਰ ਨਾ ਕਰੋ, ਮੈਂ ਠੀਕ ਠਾਕ ਆ। ਅੱਛਾ, ਚੰਗਾ ਪੁੱਤ, ਮੈਂ ਗੁਰਦੁਆਰੇ ਜਾ ਕੇ ਅਰਦਾਸ ਕਰਾ ਕੇ ਆਉਂਦੀ ਹਾਂ। ਚੰਗਾ। ਦੋ ਦਿਨ ਬਾਅਦ ਸਾਡੇ ਫਿੰਗਰ ਪ੍ਰਿੰਟ ਹੋਏ। ਕਾਸ਼ ਜੀ ਹੋਈ ਕਿ ਛੇਤੀ ਇੱਥੋਂ ਨਿਕਲ ਜਾਵਾਂਗੇ, ਪਰ ਇੱਕ ਡਰ ਵੀ ਸੀ ਕਿ ਜੇ ਕਿਤੇ ਕੰਟਰੀ ਆਊਟ ਨਾ ਮਿਲਿਆ ਫਿਰ, ਕਿਉਂਕਿ ਕਈ ਮੁੰਡੇ ਉੱਥੇ ਸਾਲ ਸਾਲ ਤੋਂ ਵੀ ਬੈਠੇ ਸੀ। ਬੇਬੇ ਸਤਿ ਸ਼੍ਰੀ ਅਕਾਲ। ਉਹ ਕੋਈ ਨਾ ਯਾਰ, ਦਿਲ ਨਾ ਛੱਡ, ਤੂੰ ਆਪਣੇ ਘਰਦਿਆਂ ਨੂੰ ਮੇਰੇ ਵਾਲੇ ਏਜੰਟ ਦਾ ਨੰਬਰ ਦੇ, 2-3 ਲੱਖ 'ਚ ਤੇਰਾ ਕੰਮ ਹੋ ਜਾਣਾ। ਟੈਨਸ਼ਨ ਕਾਹਤੋਂ ਲੈਣਾ, ਇੰਨੇ ਪੰਗਿਆਂ 'ਚੋਂ ਲੰਘ ਆਇਆ, ਆਹ 2 ਕੰਟਰੀਆਂ ਟੱਪੀਆਂ ਤੇ ਗਾੜੀ ਅਮਰੀਕਾ। ਘਰਦੇ ਪਹਿਲਾਂ ਹੀ ਬਈ 2-4 ਏਜੰਟਾਂ ਕੋਲ ਜਾ ਆਏ ਆ, ਧੋਖਾ ਦੇ ਜਾਂਦੇ ਆ ਸਾਰੇ। ਉਹ ਕੋਈ ਨੀ ਯਾਰ, ਟੈਨਸ਼ਨ ਕਿਉਂ ਲੈਣਾ, ਭਰੋਸਾ ਕਰ। ਚੱਲ ਚੱਲ, ਤੂੰ ਕਰਕੇ ਵੇਖ ਲੈ ਗੱਲ। ਹਾਂ ਹਾਂ, ਕੋਈ ਗੱਲ ਨੀ ਯਾਰ, ਬਸ ਤੂੰ ਘਰ ਨੰਬਰ ਭੇਜ ਮੇਰੇ ਏਜੰਟ ਦਾ। ਰੱਬ ਦਾ ਪਤਾ ਨਹੀਂ, ਜਿਵੇਂ ਸਾਡੇ ਹਾਸਿਆਂ ਦੇ ਖਿਲਾਫ ਹੀ ਹੋ ਗਿਆ ਸੀ। ਇੱਕ ਖੁਸ਼ੀ ਦੇ ਨਾਲ ਇੱਕ ਤਕਲੀਫ ਵੀ ਦੇ ਰਿਹਾ ਸੀ। ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਸੀਂ ਖੁਸ਼ ਹੋਈਏ ਜਾਂ ਨਾ, ਕਿਉਂਕਿ ਸਾਨੂੰ ਸਾਰਿਆਂ ਨੂੰ ਤਾਂ ਕੰਟਰੀ ਆਊਟ ਮਿਲ ਗਿਆ ਸੀ, ਪਰ ਜਿਹਨੇ ਇਸ ਸਫ਼ਰ 'ਤੇ ਆਪਣਾ ਪੁੱਤ ਗਵਾ ਲਿਆ ਉਹਨੂੰ ਨਹੀਂ ਸੀ ਮਿਲਿਆ। ਮਿਲ ਜਾਣਾ ਵੀਰੇ ਕੰਟਰੀ ਆਊਟ ਸਾਨੂੰ ਵੀਰੇ, ਅੱਜ ਦੂਜੇ ਕੈਂਪ 'ਤੇ ਸ਼ਿਫਟ ਕਰਨ ਲੱਗੇ ਆ, ਹੁੰਦੀ ਫਿਰ ਮੁਲਾਕਾਤ ਅਮਰੀਕਾ ਪਹੁੰਚ ਕੇ। ਅੱਲਾ ਹਾਫਿਜ਼। ਚੱਲ ਵੀਰੇ, ਆਪਣਾ ਖਿਆਲ ਰੱਖੀ। ਪਨਾਮਾ ਤੋਂ ਕੋਸਟਾਰੀਕਾ, ਕੋਸਟਾਰੀਕਾ ਤੋਂ ਨਿਕਾਰਗੁਆ, ਹੋਂਡਰਸ ਹੁੰਦਿਆਂ ਲੁਕ ਤਿਲਕਾਉਂਦੇ ਗੱਡੀਆਂ 'ਚ ਭੁੱਖਣ ਭਾਣੇ ਸਫ਼ਰ ਕਰਦੇ ਰਹੇ। 15 ਦਿਨ ਬਾਅਦ ਅਸੀਂ ਗੁਆਟਾਮਾਲਾ ਦੇ ਜੰਗਲ 'ਚ ਪਹੁੰਚੇ, ਜੋ ਬਸ ਅਸੀਂ 7-8 ਘੰਟੇ ਵਿੱਚ ਪਾਰ ਕਰਕੇ ਮੈਕਸੀਕੋ ਐਂਟਰ ਹੋਣਾ ਸੀ। ਅੰਨੀ ਦਾ ਦੱਸ ਕੇ ਨਹੀਂ ਗਿਆ, ਜਾਣਾ ਕਿਹੜੇ ਪਾਸੇ? ਮੰਮੀ ਸੁਣਾ ਬਾਖੋ ਜਬਰੀਨ, ਬਾਬਰੀਨ ਉਮਰ ਨੇ ਕਾ ਗੋਆ। ਕੀ ਕਹਿ ਰਹੀ?
ਪੁੱਤੋ ਕਹਿ ਰਹੀ ਸਹੀ ਕਹਿ ਰਹੀ ਉਹਦੇ ਮਗਰ ਲੱਗੋ ਆ ਜਾਓ ਆ ਜਾਓ ਆ ਲੈ ਹੁਣ ਪੰਜਾਬੀ ਵੀ ਆ ਗਈ ਸੂ ਪਤਾ ਇਹਨੂੰ ਸਾਰਾ ਹੀ ਏ ਕੈਸੀ ਸਰਵਿਸ ਤਾਰੇ ਰੋ ਮੋਬਾਈਲ ਅਸ਼ੁਨ ਮੋਬਾਈਲ ਸਰਵਿਸ ਮੋਬਾਈਲ ਨੋ ਨੋ ਜਿਹੜੇ ਜੰਗਲ 'ਚ ਜਾਈਏ ਯਾਰ ਬੂਟ ਕੱਪੜੇ ਚੱਪਲਾਂ ਹੀ ਲੱਭਦੇ ਆ ਖਾਣ ਨੂੰ ਕੁਛ ਨਹੀਂ ਲੱਭਦਾ ਯਾਰ ਬਾਈ ਅੱਧੇ ਜੰਗਲ ਦੇ ਪੱਤੇ ਖਾ ਗਏ ਹੁਣ ਸਾਨੂੰ ਖਾ ਲੈ ਮੈਂ ਤੇਰੇ ਕੋਈ ਚੀਜ਼ ਮੰਗਾ ਨਾ ਤਾਂ ਨਹੀਂ ਕਰੇ ਮੰਗ ਲੈ ਬਾਈ ਮਾਫੀ ਮੰਗਣਾ ਚਾਹੁੰਦਾ ਉਹ ਬਿਸਕੁਟ ਦਾ ਪੈਕਟ ਹੋਏ ਉਹ ਛੱਡ ਦੇ ਛੱਡ ਦੇ ਮੱਖਣ ਛੱਡ ਦੇ ਬਈ ਉਹ ਮੈਂ ਫੜਿਆ ਨਜ਼ਰ ਮੇਰੀ ਪਹਿਲਾਂ ਪਈ ਆ ਛੱਡ ਦੇ ਮੇਰੇ ਹੱਥ 'ਚ ਹੱਥ ਸਭ ਤੋਂ ਪਹਿਲੇ ਮੇਰਾ ਪਿਆ ਛੱਡ ਦੇ ਤੂੰ ਤੇ ਜਦੋਂ ਦਾ ਸਾਡੇ ਨਾਲ ਟੁਰੇ ਤਨ ਤੇ ਉਦੋਂ ਦੀ ਭੁੱਖ ਲੱਗੀ ਇਹਨਾਂ ਦੇ ਬੋਲ ਉਹ ਛੱਡ ਦੇ ਲਈ ਤਾਂ ਮੈਂ ਤੁਹਾਡੇ ਹੱਥਾਂ ਦੇ ਦੰਦੀ ਵੜ ਦੇਣੀ ਹੋਰ ਕੀ ਮੈਨੂੰ ਲੱਗਦਾ ਫਿੱਟ ਇੰਜ ਪਏ ਜਿਵੇਂ ਪੀਜ਼ਾ ਹੁੰਦਾ ਚੂਰਨ ਸਮਝ ਕੇ ਚੱਟ ਲਾਉਣ ਸਬਰ ਕਰ ਜਾਂਦੇ ਸਾਰਿਆਂ ਨੂੰ ਇੱਕ ਇੱਕ ਆ ਜਾਣਾ ਸੀ ਕੁੱਤੇ ਵਾਂਗੂ ਪਏ ਨੇ ਵਾਜ ਲੱਗਦਾ ਬਾਜੀ ਵੀ ਥੱਕ ਗਏ ਨੇ ਯਾਰ ਮੱਤ ਵੱਜ ਗਈ ਇੱਥੇ ਬਹਿ ਜਾਂਦੇ ਹਾਂ ਉਹ ਯਾਰ ਪਾਸੇ ਹੋ ਕੇ ਬੜਾ ਵਿੱਚ ਹੀ ਬਹਿਣਾ ਹੁੰਦਾ ਤੂੰ ਇਹ ਮੇਰੇ ਕੋਲ ਤਾਂ ਹੀ ਬਹਿੰਦਾ ਜਿਵੇਂ ਮੈਂ ਇਹਨੂੰ ਜੰਮਿਆ ਖੁਦਾਇਆ ਮੈਂ ਖੈਲੀ ਸਖਤੀ ਕਸ਼ਤੀ ਤੂੰ ਇਨ ਰਾਹ ਉਮੀਦਵਾਰਾਂ ਬਾਗੇ ਰਾਹ ਪਰ ਰਾਹਤੀ ਬਰਸੀ ਪਮਾ ਸ਼ਮਾ ਰਸੀ ਦੇ ਮਾਮਲੇ ਕਾ ਮੈਂ ਖਾ ਚੁਕਾ ਬਕੋਨੀ ਮਾੜੀ ਮੁੱਟੀ ਵੀ ਨਹੀਂ ਆਉਂਦੀ ਇੰਗਲਿਸ਼ ਬਿੱਟ ਵਾਟ ਯੂ ਡੂ ਅਮਰੀਕਾ ਫਰਸਟ ਅੱਛਾ ਵੀ ਅਮਰੀਕਾ ਕੀ ਕਰਾਂਗੇ ਜਾ ਕੇ ਪਹਿਲਾਂ ਤੇ ਬੌਂਡ ਭਰਨ ਤੋਂ ਹੀ ਬਚਾਂਗਾ ਉਹ ਨਹੀਂ ਬਚਿਆ ਜਾਣਾ ਭਰਾਵਾ ਬੌਂਡ ਭਰਨੇ ਪੈਣੇ ਨੇ ਅਮਰੀਕਾ ਆਰਮੀ ਬਹੁਤ ਤੇਜ਼ ਆ ਪਰ ਮੂੰਹ ਨਹੀਂ ਚਾਹੀਦਾ ਕੋਈ ਗਲਤ ਚਾਹੀਦੀ ਕਰ ਲਿਆ ਕਰ ਓਏ ਹਾਂਜੀ ਕੀ ਕਰੀ ਇਹਨੇ ਬਾਈ ਕੋਈ ਸਵਾਦ ਜਿਹਾ ਪੱਤਾ ਵੇਖਦਾ ਸੀ ਖਾਣ ਨੂੰ ਪੱਤੇ ਨੂੰ ਮੈਂ ਹਲਦੀ ਰਾਮ ਦਾ ਦਰਖਤ ਤੂੰ ਕੁਝ ਨਾ ਕੁਝ ਕਰਾ ਲੈਣਾ ਤੈਨੂੰ ਮੈਂ ਦੱਸਾਂ ਇਹ ਦਰਖਤ ਬਹੁਤ ਜ਼ਹਿਰੀਲੇ ਹੁੰਦੇ ਨੇ ਨਹੀਂ ਸੀ ਦੱਸਣਾ ਯਾਰ ਖੱਟਾ ਜਿਹਾ ਸੀ ਪੱਤਾ ਇਮਲੀ ਟੈਪ ਉਹ ਖਾ ਲਈਦਾ ਹੁੰਦਾ ਇਹ ਜੰਗਲਾਂ ਦੇ ਪੱਤੇ ਕੋਈ ਸਾਡੇ ਕੋਲ ਲੁਕੇ ਨਹੀਂ ਹੈਗੇ ਸਾਡੇ ਪਿਓ ਦਾਦੇ ਹਕੀਮੀ ਜੀ ਮਰੇ ਨੇ ਆਪਦੀ ਕੋਈ ਜੜੀ ਬੂਟੀ ਖਾ ਕੇ ਮਰੇ ਹੋਣਗੇ ਮਿਹਨਤ ਲੱਗਦਾ ਗਰੀਬੀ 'ਚ ਮਰੇ ਨੇ ਹਾਂ ਹੈਲੋ ਅੰਕਲ ਜੀ ਕਦੋਂ ਕੌਣ ਕੇ ਡੌਂਕਰ ਰਾਤ ਹੋ ਗਈ ਜੰਗਲਾਂ 'ਚ ਬੈਠੇ ਡਰ ਲੱਗਣ ਡਿਆ ਉਹ ਤੈਨੂੰ ਜ਼ਿਆਦਾ ਕਾਲੀ ਆ ਜਾਣ ਦੀ ਆਣਗੇ ਤਾਂ ਫੋਨ ਕਰ ਦੇਣਗੇ ਸਵੇਰੇ 4-5 ਵਜੇ ਆਉਣਗੇ ਠੀਕ ਹੈ ਜੀ ਕਹਿੰਦਾ ਸਵੇਰੇ ਤੜਕੇ ਜੇ ਆ ਕੇ ਫੋਨ ਕਰਨਗੇ ਮੈਨੂੰ ਕਿਹੜੀ ਖੱਚ ਨੇ ਕਿਹਾ ਸੀ ਵੀ ਇਹ ਜੰਗਲ ਇੱਕੋ ਦਿਹਾੜੀ ਦਾ ਮੈਂ ਤੂੰ ਇੱਥੇ 4 ਚੱਕਰ ਲਾ ਕੇ ਗਿਆ ਮੈਂ ਯਾਰ ਮੈਂ ਡੌਂਕੀ ਲਾਉਣ ਤੋਂ ਪਹਿਲਾਂ ਸਾਰੀਆਂ ਵੀਡੀਓ ਵੇਖੀਆਂ ਸੀ ਉਹਨਾਂ ਨੇ ਇਸ ਰਾਹ ਦੇ 8 ਘੰਟੇ ਦੱਸੇ ਤੂੰ ਸਾਰੀਆਂ ਗਲਤ ਵੀਡੀਓ ਦੇਖੀਆਂ ਨੇ 10 ਘੰਟੇ ਤੇ ਸਾਨੂੰ ਹੋ ਗਏ ਟੁਰਦਿਆਂ ਉਹ ਜੇ ਡੌਂਕਰ ਦਾ ਫੋਨ ਫੋਨ ਉਠਾ ਦੀ ਓਏ ਓਕੇ ਗੁੱਡ ਨਾਈਟ ਸਵੇਰੇ ਡੌਂਕਰ ਸਾਨੂੰ ਗੁਆਟਾਮਾਲਾ ਦੇ ਜੰਗਲਾਂ ਚ ਚੁੱਕ ਕੇ ਸਿਟੀ ਲੈ ਗਏ ਮੈਂ ਤੇ ਬੜੇ ਆਰਾਮ ਨਾਲ ਜਿਸ ਬੈੱਡ ਤੇ ਸੁਣਿਆ ਇਸ ਬੈੱਡ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ
ਯਾਰੀ ਓਏ ਓਏ ਟਾਈਮ ਕਿ ਹੋ ਗਿਆ ਕਾਰ ਏਜੰਟ ਨੂੰ ਫੋਨ ਪੁੱਛੋ ਨੂੰ ਕਦੋਂ ਟੱਪਣੀ ਕੰਧ ਯਾਰ ਮੇਰੇ ਏਜੰਟ ਨੇ ਕਿਹਾ ਸੀ ਕਿ ਕੰਧ ਨਹੀਂ ਟੱਪਣੀ ਬੜੀ ਸਖਤੀ ਹੈ ਇਹ ਮਸਕੀਕੋ ਦੇ ਜੰਗਲ ਨਹੀਂ ਇਧਰ ਕਿਧਰ ਜਾਣਾ ਹੈ ਆਹੋ ਆਹੋ ਉਹ ਟੈਕਸਸ ਵੱਲੋਂ ਜਾਣਾ ਆਪਾਂ ਆ ਗਿਆ ਚੇਤਾ ਤੂੰ ਫੋਨ ਕਰਨ ਨੂੰ ਉੱਠ ਮੈਂ ਕਹਿੰਦਾ ਥੋੜ੍ਹੀ ਜਿਹੀ ਸ਼ਾਪਿੰਗ ਨਾ ਕਰ ਲਈਏ ਅਸੀਂ ਅਮਰੀਕਾ ਚੀਜ਼ਾਂ ਬਹੁਤ ਮਹਿੰਗੀਆਂ ਹੋਣੀਆਂ ਉਹ ਤੂੰ ਇੱਥੇ ਵਾਪਸ ਪਰਤਣਾ ਸ਼ਾਪਿੰਗ ਕਰਨੀ ਨਾਲੇ ਉਹਨੇ ਸਖਤੀ ਨਾਲ ਕਿਹਾ ਸੀ ਕਿਤੇ ਬਾਹਰ ਨਹੀਂ ਨਿਕਲਣਾ ਇੱਥੇ ਹੀ ਰਹਿਣਾ ਤੂੰ ਨਾਲ ਚੱਲਣਾ ਮੈਂ ਤੇਰਾ ਠੇਕਾ ਲਿਆ ਨਾਲੇ ਤੂੰ 30 ਲੱਖ ਮੈਨੂੰ ਦਿੱਤਾ ਹੈਲੋ ਅੰਕਲ ਜੀ ਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਨਹੀਂ ਲੈ ਸਕਦੇ ਅਸੀਂ ਖਾਣ ਨੂੰ ਆਇਆ ਕੁਛ ਬਈ ਉਹ ਯਾਰ ਅੱਲਾਹ ਨੇ ਬੈੱਡ ਦਿੱਤਾ ਬਾਹਰ ਜ਼ਰੂਰ ਜਾਣਾ ਅਸੀਂ ਇਹਨੂੰ ਇੰਜੋਏ ਕਰੋ ਕਿਤਵਾਰਾ ਕਹੇ ਉਹ ਯਾਰ ਬਿਰਿਆਨੀ ਤੇ ਖੋਲੋ ਖੋਲੋ ਉੱਠਦਾ ਹੈ ਇੰਜ ਜਿਵੇਂ ਦੇਖ ਖੁੱਲ ਗਈ ਹੈ ਡੰਕਰਾਂ ਦਾ ਫੋਨ ਆਇਆ ਕਿ ਅੱਜ ਅਸੀਂ ਕੰਧ ਟੱਪਣੀ ਆ ਉਸ ਦਿਨ ਅਸੀਂ ਸਭ ਤੋਂ ਜ਼ਿਆਦਾ ਖੁਸ਼ ਸੀ ਜੀ ਦੋਸਤੋ ਮੈਕਸੀਕੋ ਤੋਂ ਤੁਰਨ ਲੱਗੇ ਅਮਰੀਕਾ ਵੱਲ ਨੂੰ ਕੂਚ ਕਰਨ ਲੱਗੇ ਆ 5 ਦਿਨਾਂ ਬਾਅਦ ਡੰਕਰਾਂ ਦਾ ਫੋਨ ਆਇਆ ਆ ਮੇਰਾ ਵੀਰ ਤਿਆਰ ਹੋ ਰਿਹਾ ਆ ਜੀ ਲੋ ਐ ਪੱਗ ਬੰਨ ਨਿਕਲਣ ਲੱਗੇ ਆ 4-5 ਦਿਨ ਹੋ ਗਏ ਜੀ ਇਸੇ ਕਮਰੇ ਰਹਿੰਦੇ ਨੂੰ ਤੇ ਬਾਕੀ ਬਾਬਾ ਸੁੱਖ ਰੱਖੇ ਪਹੁੰਚ ਜਾਣਾ ਬਸ ਅਮਰੀਕਾ ਅਗਲੀ ਵੀਡੀਓ ਨੂੰ ਅਮਰੀਕਾ ਜਾ ਕੇ ਬਣਾਵਾਂਗੇ ਹਾਂਜੀ ਤੁਸੀਂ ਦੱਸੋ ਇੱਧੇ ਲਿਆ ਆਏ ਲੋ ਦੋਸਤੋ ਸਫ਼ਰ ਚੱਲਾ ਜੇ ਮੋਕੀ ਮਾਨ ਨਾਲ ਹੁਣ 3-4 ਦਿਨ ਚ ਅਮਰੀਕਾ ਚ ਉਹ ਹਸ਼ਰ ਪਾਉਣੇ ਨੇ ਇਹ 4-5 ਦਿਨ ਹੋਟਲ ਨੇ ਮਾਨ ਨਾਲ ਬੜਾ ਮਜ਼ਾ ਆਇਆ ਇਹ ਬੈੱਡਾਂ ਤੇ ਸੁੱਤੇ ਇੰਜੋਏ ਕੀਤਾ ਦੁਆ ਕਰਨਾ ਖੈਰ ਨਾ ਉੱਥੇ ਪਹੁੰਚ ਕੇ ਫਿਰ ਗੱਲਾਂ ਹੋਣਗੀਆਂ ਇਸ ਤੋਂ ਅੱਗੇ ਕਿੱਥੇ ਜਾਣਾ ਹੁਣ ਤੇ ਸਾਹਮਣੇ ਅਮਰੀਕਾ ਹੈ ਇੰਜ ਕਰਕੇ ਅਮਰੀਕਾ ਜਾਣਾ ਤੇ ਮੌਜਾਂ ਹੀ ਮੌਜਾਂ ਬਾ ਪਹੁੰਚ ਗਏ ਸਮਝੋ ਕਿ ਯਾਦਰ ਫੜਾ ਤੇ ਮੈਂ ਤੁਹਾਡਾ ਜੈਰੀ ਪਨਾਮਾ ਦੇ ਜੰਗਲਾਂ ਤੁਸੀਂ ਸਾਰੇ ਹੁੰਦੇ ਹੋਏ ਪਹੁੰਚ ਗਏ ਮੈਕਸੀਕੋ ਤੱਕ ਤੇ ਮੈਕਸੀਕੋ ਤੋਂ ਅੱਗੇ ਜਾਵਾਂਗੇ ਅਸੀਂ ਅਮਰੀਕਾ ਆ ਸਾਡਾ ਵੀਰ ਇਹਦੇ ਪੈਸੇ ਭਰਦੇ ਅਸੀਂ ਹੁਣ ਅਸੀਂ ਨਾਲ ਲੈ ਕੇ ਚੱਲੇ ਹਾਂ ਹੁਣ ਇਹ ਪੀਜ਼ੇ ਬਰਗਰ ਖਾਊਗਾ ਦੱਸ ਭਾਊ ਹਾਂਜੀ ਚਲ ਬਸ ਉਰਾ ਫੜਾ ਓਏ ਫੋਨ ਤੇ ਗੱਲ ਵੀ ਕਰਨੀ ਹੁੰਦੀ ਕਿ ਯਾਰੀ ਚਲੋ ਬਈ ਕਰ ਲਓ ਤਿਆਰੀ ਮੈਂ ਆ ਗਿਆ ਇੱਕ ਮਿੰਟ ਮੈਂ ਗੱਲ ਕਰ ਲਾਂ ਕਰ ਲੈ ਯਾਰ ਨਿਕਲਣਾ ਹੈ ਕਰ ਲਓ ਆਪਣਾ ਸਮਾਨ ਸਮੂਨ ਵੇਖ ਲਓ ਕੋ ਰਹਿ ਨਾ ਜਾਵੇ ਇੱਥੇ ਇਹ ਜੱਗ ਸਾਡਾ ਮੰਮੀ ਮੰਮੀ ਵੀਰੇ ਦਾ ਫੋਨ ਆਇਆ ਵੀਰਾ ਮੈਕਸੀਕੋ ਪਹੁੰਚ ਗਿਆ ਅੱਛਾ ਰੱਬ ਦਾ ਲੱਖ ਲੱਖ ਸ਼ੁਕਰ ਹੈ ਮਾਣੋ ਤੂੰ ਐ ਕਰ ਮੇਰੇ ਕੱਪੜੇ ਕੱਢ ਮੈਂ ਗੁਰਦੁਆਰੇ ਜਾ ਕੇ ਅਰਦਾਸ ਕਰਾ ਕੇ ਆਵਾਂ ਆਈ ਮੈਂ ਜੇਤੀ ਕਰੀ ਰੱਬ ਦਾ ਲੱਖ ਲੱਖ ਸ਼ੁਕਰ ਹੈ ਮੇਰਾ ਪੁੱਤ ਪਹੁੰਚ ਗਿਆ ਲਾਸਟ ਬਾਰਡਰ ਹੈ ਇਸ ਤੋਂ ਬਾਅਦ ਸਿੱਧਾ ਅਮਰੀਕਾ ਹੀ ਐਂਟਰ ਹੋਣਾ ਹੁੰਦਾ ਇਸ ਲਈ ਡੋਂਕਰਾਂ ਨੇ ਮੈਕਸੀਕੋ ਹੱਬ ਬਣਾਈ ਹੁੰਦੀ ਹੈ ਜਿੱਥੇ ਸਾਰੇ ਮੁੰਡਿਆਂ ਤੋਂ ਪੈਸੇ ਵਸੂਲ ਕੀਤੇ ਜਾਂਦੇ ਆ ਸਾਨੂੰ ਵੀ ਉੱਥੇ ਲੈ ਕੇ ਜਾਇਆ ਗਿਆ Thank you.
Sucio, fuera, sal. Call another one. Hey, Ben. You come, you come. ¿Cómo es tu nombre? ¿Tu nombre? What's your name? ¿Tu nombre? ¿Cuál? ¿Cómo te llamas? Khalna ji, mainu tadi nahi samajh aa rahi. What's your name? Waqar Khan. Waqar. Waqar. What's your agent name? Sharif. Sharif. Chori Sharif. Chori Sharif. Where is it? Payment is done. Waqar Khan? Okay, yes. Okay, sure. Sal. Ligas. El siguiente. Next. Achha. What's your name? Jerry. Jerry? Jerry. Tommy Jerry? No, Tom Jerry. Huh? Jerry Singh. Jerry Singh. What's your agent name? Tarsem. What's your name? Makhan. What's the agency? Tarsem. Tarsem. Accounts payment? Okay, yes. Okay. Thank you. Next. El siguiente. Buenas tardes. What's your name? Parminder Singh. Parminder. What's your agency? Sukhchand Singh. Sukhchand Singh. Where are you from? Punjab. Sarao, Payamin Parminder Singh? No? Okay, no. No. No, Payamin? Hey, go. Sigues. El siguiente. No money for you. No, llévatelo. No, llévatelo. Pese dete, madam ji. Llévatelo. Pese dete. Next, please. Pese, sir, dete ji. Llévatelo. Payment done. Clear. Payment. मेरे एजेंट ने मेरे तो पैसे ले ले सी पर अगे ना डोंकरां नूं नहीं दित्ते ते हुण मैनूं नहीं सी पता इन्हां ने मेरे नाल की करना सर पेमेंट डन सर सर यार और दी पै मेरे कोल सर मैं देते ऑलरेडी सर डन सर प्लीज सर सर मैं देते पैसे सर नहीं मेरे कोल और नहीं मैं देते सर प्लीज सर What's up? How much did you make? Give me. You have any problem with that man? No, payment. Oh, really? No money for you. No payment? Hey, yes. All right, I'll see how he doesn't pay the money. You! I'm going to kill you! To stay alive, then where's the money? Where is the money? ਘਰ ਫੋਨ ਨਾ ਕਰੀਏ ਨਹੀਂ ਤੈਨੂੰ ਮਾਰ ਦੇਣਗੇ ਮੈਂ ਕਰਦਾ ਯਾਰ ਦੇ ਘਰੇ ਫੋਨ ਯੂ ਵਿਲ ਪੇ ਦ ਪ੍ਰਾਈਸ ਈਦਰ ਵੇ ਸਭ ਰੁਲ ਖੁੱਲ ਗਈਆਂ
ਫਰਿਆਦਾਂ ਦੇ ਵਿੱਚ ਰਹਿ ਗਈਆਂ ਬਸ ਚੁੱਕੀਆਂ ਬਾਹਾਂ ਮਿਹਨਤ ਨੀ ਤਾਂ ਸਾਫ ਸੀ ਤੂੰ ਭੁੱਲ ਗਇਓ ਚੇਤਾ ਸੁਖਣਾ ਸੁਖ ਦੀਆਂ ਰਹਿ ਗਈਆਂ ਬਸ ਪੋਲੀਆਂ ਮਾਵਾਂ ਪਾਰਾ ਬਣ ਕੇ ਡਿੱਗਦੇ ਅੱਖੀਆਂ ਚੋਂ ਹੰਝੂ ਹੋ ਕੇ ਬਣ ਕੇ ਆਉਂਦੀਆਂ ਨੇ ਬਾਕੀ ਸਾਵਾਂ ਟੱਬਰ ਰਹਿਣਗੇ ਲੱਭਦੇ ਚਾਨਣ ਦੇ ਟੋਟੇ ਨੇਰਾ ਖਾ ਗਿਆ ਚੰਨ ਨੂੰ ਇਹ ਕੈਸੀਆਂ ਥਾਵਾਂ ਨੇਰਾ ਖਾ ਗਿਆ ਚੰਨ ਨੂੰ ਇਹ ਕੈਸੀਆਂ ਥਾਵਾਂ ਨੇਰਾ ਖਾ ਗਿਆ ਚੰਨ ਨੂੰ ਇਹ ਕੈਸੀਆਂ ਥਾਵਾਂ ਪਾਟੀ ਚੋਲੀ ਕਿੱਦਾਂ ਅੱਡੀਏ ਤੇਰੇ ਤੇ ਕੀ ਰੋਸੇ ਕੱਢੀਏ ਪਾਟੀ ਚੋਲੀ ਕਿੱਦਾਂ ਅੱਡੀਏ ਤੇਰੇ ਤੇ ਕੀ ਰੋਸੇ ਕੱਢੀਏ ਵੀਰ ਹੰਡਾ ਕੇ ਤੁਰ ਚੱਲੇ ਆ ਜੂਨ ਅਜ਼ਾਬਾਂ ਦੀ ਅੱਖੀਆਂ ਅੱਗੇ ਬਣ ਚੱਲੀਏ ਮੜੀ ਖੁਆਫਾਂ ਦੀ ਅੱਖੀਆਂ ਅੱਗੇ ਬਣਨ ਦਵੀ ਨਾ ਮੜੀ ਖੁਆਬਾਂ ਦੀ ਓਏ ਰੱਬਾ ਮੜੀ ਖੁਆਬਾਂ ਦੀ ਮੜੀ ਖੁਆਬਾਂ ਦੀ ਓਏ ਰੱਬਾ ਮੜੀ ਖੁਆਬਾਂ ਦੀ ਓਕੇ ਐਂਟੋਨਸਿਸ ਇਸਤਾ ਹੈਚੋ ਅਲ ਪਾਗੋ ਦੇ ਪਰਮਿੰਦਰ De acuerdo. Entonces está pagado ya el Parminder. De acuerdo. Ya está pagado. Come on, hurry. Come on, hurry, hurry. You're messing up with me, no? Keep moving. Hold the cabron, let's go. Come on. Yeah. Yes, you can do it, cabron. Let's go. Hold the cabron. No chingues, cabron. Vamos. Vamos. ¿Quieres morir? ¿Quieres morir, cabron? Leave him. He won't make it. Aja yaar. I said let's go. Aja yaar bamme. Himmat kar mera veer thoda ja reh gaya hai. Aja. Aja yaar bamme. Keep going. Come on, let's go. Bas thoda ja te safar reh gaya ho. Aaja. Get up. Oye, aaja. Let's go. Aaja bamme. Aaja. Hmm. Going. I said move. Pomme. Pomme.
इधर हो यार। पम्मे उठ मेरा वीर, उठ बैक हैम। ध्यान नाल, ध्यान नाल, आराम नाल फड़ना। वामस कीप गोइंग। पम्मे 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 उठ खड़ा हो भाई, उठ खड़ा हो भाई, शेर बन तू ही तो लेके आना सानू। जाओ यार वीर बड़के। भाई उठ, भाई उठ, तू ही तो लेके आना सानू। इनफ, जाओ। हिम्मत, जाओ। गोइंग गोइंग गो गोइंग पम्मे, जाओ पम्मे। भड़का रले मिलेगा मेरे ना दिया भी दो चपेड़ा मारी उन्हें चंगा। जाके शर्त लाल उधर ही अपने दोस्तों चार पैसे जोड़ ली। क्यों भाजी? नहीं भाजी, allow us to shoot them, otherwise animal will eat them. की कह रहे हैं? कहंदा इनू गोली मार दो, जे आपा इनू छड़ गए ते जींदे इनू जानवर खाणगे। एवें गोली मार दियो, पागल होया। Enough of this. नहीं नहीं नहीं, गानड़िए साडा मोना प्यानी गुड़ा मरिया मैं तेरी इक ते तेरे विच रलियानी पूरा धरत बेगानड़िए साडा मोना प्यानी गुड़ा पचाता तेरा पुत अमरीका चुरी नी खांदा वेखने से शगन मेरे बेबे खाब तेरा रह गया अधूरा हर तू बेगानड़िए साडा मोना प्यानी गुड़ा मरियम तेरी इक ते टेक
ਟਿਕਣਾ ਮੈਂ ਆਪਣੇ ਘਰਾਂ ਤੇ ਮੌਤ ਲਾੜੀ ਚਾ ਕਰਦੀ ਚੱਲੀ ਪੁਲਗੀ ਬਾਹਾਂ ਦਾ ਚੂੜਾ ਪੁੱਤ ਅਮਰੀਕਾ ਪਹੁੰਚ ਗਿਆ।